ਸਤਨਾਮ ਵਾਹਿਗੁਰੂ ਸਹਿਬ ਜੀਓ ਜੇ ਤੂੰ ਟੁੱਟਾ ਕਿਰਪਾ ਨਿਦਾਨ ਨਾ ਤੂੰ ਜਾਵੇ ਖਾਲ ਇਹ ਆਪਈ ਮੂੰਦਤਲੀ ਨਿਤ ਹਿਰਦੈ ਰੱਖ ਸਮਾਲੋ ਕਿਰਪਾ ਕਰੋ ਦੀਨ ਕੀ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੂ ਕੋਈ ਮਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਕਟ ਏਹੀ ਤਮ ਸਭ ਸਾਜੀ ਸਾਜਨੇ ਵਾਜੀ ਜਿਉ ਪਿੰਡ ਦੀ ਪ੍ਰਾਨਾ ਨਿਰਗੁਣਿਆਰੀ ਕੁਨ ਨਹੀਂ ਕੋਈ ਤਮ ਜਾਨ ਦੇਹੁ ਮਿਹਰਵਾਨਾ ਨੇ ਰੁਕੁਨੀ ਆਰੀ ਕੁਨ ਨਹੀਂ ਕੋਈ ਤੁਮ ਦਾਨ ਦੇ ਹੋ ਮਹਿਰਵਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਚੁਣ ਮਿਲ ਬੈਠੇ ਸਤ ਸੰਗੀ ਪਿਆਰਿਓ ਕਰੋ ਕਿਰਪਾ ਬ੍ਰਿਤੀਆਂ ਦੀ ਇਕਾਗਰਤਾ ਬਣਾਓ ਸਤਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਜੋੜੀਏ ਤਾਂ ਕਿ ਮਾਲਕ ਦੀਆਂ ਰਹਿਮਤਾਂ ਦੇ ਭਾਗੀ ਬਣ ਸਕੀਏ ਅਤਿਬ ਸਤਕਾਰ ਨਾਲ ਗੁਰੂ ਚਰਨ ਵਿੱਚ ਸਿਰ ਸੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤੋਪੈ ਨ ਪੈਸੇ ਬੜੇ ਹੀ ਪਿਆਰ ਨਾਲ ਰੱਬੀ ਬਣੀ ਦਾ ਕੀਰਤਨ ਕਰ ਰੇ ਸਾਂ ਸ਼ਬਦੀਆਂ ਮੁਬਾਰਕ ਪੰਕਤੀਆਂ ਆਪਨੇ ਸਰਵਣ ਕੀਤੀਆਂ ਨੇ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਮੇਰੇ ਮਾਲਕ ਮੇਰੇ ਅੰਦਰ ਦੀ ਬੇਦਨਾ ਮੇਰੇ ਅੰਦਰ ਦਾ ਦਰਦ ਤੂੰ ਜਾਣਦਾ ਮੈਂ ਤੁਝ ਬਿਨ ਅਬਰ ਨ ਕੋਈ ਮੈਨੂੰ ਤੇਰੇ ਤੋਂ ਬਿਨਾ ਕਿਸੇ ਦੂਜੇ ਦਾ ਸਹਾਰਾ ਨਹੀਂ ਹੈ ਇਹਨਾਂ ਦੋ ਪੰਕਤੀਆਂ ਦੀ ਸਾਂਝ ਦਾਸ ਤੁਹਾਡੇ ਨਾਲ ਪਾਏਗਾ ਜਿੱਤ ਨੰਬਰਸ਼ਮਾ ਆਪਣਾ ਨਸੀਬ ਹੋਇਆ ਸ਼ਾਹ ਸ਼ਬਦ ਅਕਸਰ ਉੱਥੇ ਜੁੜਦਾ ਹੈ ਜਿੱਥੇ ਕਦੇ ਕੋਈ ਮੰਗਤਾ ਕਿਸੇ ਮਾਲਕ ਦੇ ਕੋਲੋਂ ਕੁਝ ਮੰਗਣ ਜਾਵੇ ਹੁਣ ਦੁਨੀਆ ਵਿੱਚ ਇੱਕ ਕਹਾਣੀ ਆਮ ਹੈ ਕਈ ਵਾਰੀ ਲੋੜਾਂ ਬੰਦੇ ਨੂੰ ਮਜਬੂਰ ਕਰਦੀਆਂ ਨੇ ਜੋ ਮੰਗਦਾ ਬਣਾ ਦਿੰਦਿਆਂ ਨੇ ਮੰਗਦਾ ਮਨੁੱਖ ਕੋਈ ਕਿਸੇ ਕੋਲ ਮੰਗਦਾ ਕੋਈ ਕਿਸੇ ਕੋਲ ਮੰਗਦਾ ਐਸ਼ਾ ਲੱਭਣਾ ਔਖਾ ਹੈ ਹਜ਼ੂਰ ਦੀ ਬਾਣੀ ਦਾ ਬੜਾ ਪਿਆਰਾ ਫੈਸਲਾ ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ ਰਾਮ ਜਗਤ ਭਿਖਾਰੀਆਂ ਦਾ ਹੀ ਹੈ ਇਹ ਗੱਲ ਵੱਖਰੀ ਵੀ ਕੋਈ ਵੱਡਾ ਭਿਖਾਰੀ ਕੋਈ ਛੋਟਾ ਭਿਖਾਰੀ ਮੰਗਦੇ ਸਾਰੇ ਹੀ ਨੇ ਪਰ ਮੇਰੇ ਮਾਲਕ ਕੱਕ ਜੀ ਨੇ ਕਹਿੰਦੇ ਆਮ ਕੋਲੋਂ ਮੰਗਣਾ ਤੇ ਸ਼ਾਹ ਕੋਲੋਂ ਮੰਗਣਾ ਅੰਤਰ ਕੀ ਹੁੰਦਾ ਹੈ। ਸ਼ਿਆਣੇ ਲੋਕਾਂ ਨੇ ਇੱਕ ਕਹਾਵਤ ਬਣਾ ਦਿੱਤੀ ਸੀ ਪੁਰਾਣੇ ਸਮੇਂ ਵੀ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪਤਲੀ। ਸ਼ਾਹ ਦੇ ਕੋਲੋਂ ਮੰਗਿਆ ਕੀ ਹੈ? ਸ਼ਾਹ ਕਦੇ ਕਿਸੇ ਦੂਜੇ ਨੂੰ ਨਹੀਂ ਦੱਸਦਾ। ਸ਼ਾਹ ਦਾ ਪਰਦਾ ਕਜਦਾ। ਸ਼ਾਹ ਪਰਦਾ ਕਜਦਾ ਸ਼ਾਹ ਦੇ ਵਿੱਚੇ ਖੂਬੀ ਹੈ। ਹਾਲਾਂਕਿ ਸ਼ੀ ਮੰਗਨੇ ਵੀ ਹੈ। ਔਰ ਮੰਗ ਕੇ ਉਹਦੀ ਦਤਾ ਤੇ ਪਰ ਉਹਦੀ ਕਬੱਡੀ ਖੂਬੀ ਇਹ ਵੀ ਉਹ ਦਾਤ ਦੇਣ ਤੋਂ ਬਾਅਦ ਵਿੱਚ ਕਦੇ ਕਿਸੇ ਦਾ ਪਰਦਾ ਉਝਾਰ ਨਹੀਂ ਕਰਦਾ ਥੋੜੀ ਜੀ ਆਪ ਇਸ ਗੱਲ ਨੂੰ ਵਿਚਾਰ ਕੇ ਤੁਰਿਏ ਫਿਰ ਅੱਗੇ ਤੁੰਨੇ ਹੁਣ ਦੇਖੋ ਅ ਦੁਨੀਆਂ ਦੇ ਅੰਦਰ ਇੱਕ ਕਸੂਲ ਹੈ ਵੀ ਜਦੋਂ ਕਿਸੇ ਕੋਲੋਂ ਦਾਤ ਮੰਗੀਏ ਤਿੰਨ ਤਰੀਕੇ ਹੁੰਦੇ ਨੇ ਕਿਸੇ ਦਾਤ ਨੂੰ ਪ੍ਰਾਪਤ ਕਰਨ ਦੇ ਇਹ ਆ ਪਹਿਲੀ ਗੱਲ ਇਹ ਮੁੱਲ ਖਰੀਦ ਲੈਣਾ ਮੁੱਲ ਨਾ ਮਿਲੇ ਤੇ ਕਿਸੇ ਕੋਲੋਂ ਉਧਾਰੀ ਲੈ ਲੈਣਾ ਦਾਤ ਉਧਾਰੀ ਵੀ ਨਾ ਮਿਲੇ ਤੇ ਤੀਜਾ ਇੱਕ ਸਾਧਨ ਹੈ ਕਿਸ਼ੇ ਆਪਣੀ ਚਤਰ ਚਲਾਕੀ ਦੇ ਨਾਲ ਲੈ ਲੈਣਾ ਤੇ ਇਹ ਤਿੰਨੇ ਕੰਮ ਗੁਰਮਤ ਵਿੱਚ ਪਰਮਾਨ ਨਹੀਂ ਹੁੰਦੇ ਰੱਬ ਕੋਲੋਂ ਨਾ ਕੋਈ ਦਾਤ ਮੁੱਲ ਦੇ ਕੇ ਲੈ ਸਕਦਾ ਜੇ ਮੁੱਲ ਦੇ ਕੇ ਲੈ ਸਕਦਾ ਹੁੰਦਾ ਤੇ ਦੁਨੀਆ ਦੇ ਅੰਦਰ ਬਹੁਤਾਤ ਲੋਕ ਨੇ ਜਿਹੜੇ ਬੇਅੰਤ ਸੁਖੀ ਨਜ਼ਰ ਆਉਂਦੇ ਪਰ ਨਾ ਹੀ ਉਹ ਕੋਈ ਦਾਤ ਉਧਾਰੀ ਲੈ ਸਕਦਾ ਬੰਦਾ ਇਹੀ ਨਹੀਂ ਕਹਿ ਸਕਦਾ ਵੀ ਰੱਬਾ ਮੈਂ ਇਹ ਮਨੁੱਖਾ ਜੀਵਨ ਗੁਜ਼ਾਰਨਾ ਹੈ ਤੇ ਥੋੜੇ ਜਿ ਦਿਨਾਂ ਵਾਸਤੇ ਤੂੰ ਆਪਣਾ ਨਾਮ ਉਧਾਰ ਦੇ ਦੇ ਮੈਨੂੰ ਤੂੰ ਜਪਿਆ ਹੋਇਆ ਤੇਰੇ ਕੋਲ ਬਸੇੜਾ ਪਿਆ ਭੰਡਾਰੇ ਭਰੇ ਪਏ ਨੇ ਕਿਹੜਾ ਕਿਸੇ ਕਿਸਮ ਦੀ ਕੋਈ ਮੁਸ਼ਕਲ ਐ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ ਤੇਰੇ ਕੋਲ ਤਾਂ ਪੱਕੀ ਦੇ ਭੰਡਾਰੇ ਨੇ ਰੱਬ ਨੇ ਤੇਰੇ ਕੋਲ ਲੇਖਾ ਵੀ ਨਹੀਂ ਲੈਣਾ ਵੀ ਤੂੰ ਕਿਨੂੰ ਦਿੱਤਾ ਕਿਨੂੰ ਲਿਆ ਤੇ ਤੂੰ ਜ਼ਿੰਦਗੀ ਗੁਜ਼ਾਰਨ ਵਾਸਤੇ ਥੋੜੇ ਜਿ ਦਿਨਾਂ ਵਾਸਤੇ ਮੈਨੂੰ ਨਾਮ ਦੇ ਦੇ ਮੈਂ ਜੋ ਨਾਮ ਜਪਾਂਗਾ ਮੈਂ ਜੋ ਮੁਸ਼ਕਲ ਝੱਲਾਂਗਾ ਉਹਦੇ ਨਾਲ ਚੰਗਾ ਤੇਰੇ ਉਧਾਰੇ ਨਾਮ ਨਾਲ ਮੈਂ ਆਪਣੀ ਜ਼ਿੰਦਗੀ ਦਾ ਕੁਜ਼ਾਰਾ ਕਰਨਾ ਤੇ ਉਧਾਰ ਵੀ ਨਹੀਂ ਮਿਲਦਾ ਨਾ ਮੁੱਲ ਵੀ ਨਹੀਂ ਮਿਲਦਾ ਨਾ ਉਧਾਰਾ ਵੀ ਨਹੀਂ ਮਿਲਦਾ ਤੇ ਨਾਮ ਚਲਾਕੀ ਨਾਲ ਵੀ ਨਹੀਂ ਮਿਲਦਾ ਵੀ ਤੇਰੇ ਘਰੋਂ ਚਾਰ ਕੁ ਦਿਨ ਚੁਰਾ ਲੀਏ ਤੇ ਚਾਰ ਕੁ ਦਿਨ ਚੁਰਾ ਕੇ ਨਾਮ ਤੇਰੀ ਆਪਣੀ ਜ਼ਿੰਦਗੀ ਕੱਟ ਲਈਏ ਮੁੜ ਕੇ ਤੇਰਾ ਤੈਨੂੰ ਮੋੜਦੀ ਏ ਨਾਮ ਤੇ ਇਹ ਵੀ ਨਹੀਂ ਹੋ ਸਕਦਾ ਫਿਰ ਸਹਬ ਕਹਿੰਦੇ ਉਹਦੇ ਲਈ ਇੱਕੋ ਹੀ ਕਰ ਇੱਕ ਕੰਮ ਹੈ ਉਹ ਹੈ ਗੁਰੂ ਚਰਨਾ ਵਿੱਚ ਡੇਕੇ ਅਰਦਾਸ ਕਰਨੀ ਇਹ ਕਬੂਲ ਕਰਨਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਸ਼ਾਦਾ ਮਤਲਬ ਆਏ ਬਸ ਛਾ ਉਹਨੂੰ ਕਹਿੰਦੇ ਨੇ ਜਿਹੜਾ ਨਿੱਜ ਪੱਤ ਦਾ ਵੀ ਰਾਖਾ ਬਣੇ ਇਹ ਨਾ ਕਰੇ ਕਿ ਦਾਤ ਮੇ ਤੈਨੂੰ ਦੇਣ ਲੱਗਾ ਹੈ ਪਰ ਦੁਨੀਆਂ ਦੇ ਅੰਦਰ ਪ੍ਰਗਟ ਕਰਾਂਗਾ ਅਕਸਰ ਆਪਾਂ ਦੇਖਨੇ ਹੈ ਕਦ ਕਿਸੇ ਨੇ ਗਰੀਬੀ ਦੇ ਪੰਗੂੜੇ ਵਿੱਚੋਂ ਉੱਠ ਕੇ ਜੀਵਨ ਦੀ ਉਸ ਮੰਜ਼ਲ ਨੂੰ ਛੂਹਿਆ ਹੋਵੇ ਲੇਕਿਨ ਇੱਕ ਗੱਲ ਅਸੀਂ ਚਾਹਤ ਜ਼ਰੂਰ ਰੱਖਾਂਗੇ ਜੇ ਕਿਸੇ ਬੰਦੇ ਨੇ ਉਹਦੀ ਜ਼ਿੰਦਗੀ 'ਚ ਪਰਉਪਕਾਰ ਕੀਤਾ ਕੱਲ ਨੂੰ ਦੋ ਕੱਪੜੇ ਦੇ ਦਿੱਤੇ ਕੱਲ ਉਹਨੂੰ ਰੋਟੀ ਦੇ ਦਿੱਤੀ ਲੇਕਿਨ ਉਹ ਬੰਦਾ ਚਾਹਤ ਜ਼ਰੂਰ ਰੱਖੇਗਾ ਪੀ ਜਦੋਂ ਕਦੇ ਮੇਰੇ ਸਾਹਮਣੇ ਬੋਲਣ ਲੱਗੇ ਮੈਂ ਕਹਿ ਸਕਾਂ ਕੱਲ ਮੇਰੇ ਟੁਕੜਾਂ ਤੇ ਪਲਿਆ ਹੋਇਆ ਹੈ ਲੇਕਿਨ ਹਜ਼ੂਰ ਦੀ ਬਾਣੀ ਦਾ ਨਿਰਮਲ ਬਚਨ ਹੈ ਕਹਿਣ ਲੱਗੇ ਰੱਬਾ ਇਹ ਮਨ ਹਰਜੀ ਧਿਆਈ ਤੋਂ ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਇਹ ਰੱਬ ਤੈਨੂੰ ਚਾਰ ਬੰਦੇ ਆ ਚ ਕਦੇ ਬਦਨਾਮ ਨਹੀਂ ਕਰੇਗਾ ਭਈ ਆ ਜਿਹੜਾ ਕੱਲ ਮੈਂ ਇਹਨੂੰ ਇੱਦਾਂ ਔਖਾ ਪਾਲਿਆ ਸੀ ਤੇ ਅੱਜ ਇਹ ਰੱਬ ਦੇ ਸ਼ੁਕਰ ਤੋਂ ਮਨੁੱਖ ਹੋਇਆ ਫਿਰਦਾ ਹੈ ਇਹ ਕਦੇ ਰੱਬ ਤੈਨੂੰ ਇਹ ਗੱਲ ਦਾ ਇਤਰਾਜ਼ ਨਹੀਂ ਕਰੇਗਾ ਇਹ ਗੱਲ ਵੱਖਰੀ ਵੀ ਉਹਦੀਆਂ ਦਾਤਾਂ ਲੈ ਕੇ ਆਪਾਂ ਚੰਦ ਰੋਜ ਵੀ ਉਹਦਾ ਨਾਂ ਨਹੀਂ ਲੈਂਦੇ ਨਾ ਆਪਣਾ ਲਾਦੇ ਨੇ ਘਰ ਮੰਗਿਆ ਉਹਦੇ ਕੋਲੋਂ ਸੀ ਪਰ ਘਰ ਦੇ ਅੱਗੇ ਨੇਮ ਪਲੇਟ ਮੇਰੀ ਲੱਗੀ ਹੋਈ ਹੈ ਮੈਂ ਸਾਰਾ ਕੁਝ ਧੀਆ ਪੁੱਤਰ ਮੰਗੇ ਉਹਦੇ ਕੋਲੋਂ ਸਨ ਪਰ ਲੇਕਿਨ ਅੱਜ ਉਹਨਾਂ ਦੇ ਨਾਂ ਤੇ ਮੇਰਾ ਨਾਂ ਹੈ ਕਿਸੇ ਦੂਜੇ ਦਾ ਨਹੀਂ ਹੋ ਸਕਦਾ ਜਦੋਂ ਧਨ ਹੈ ਤੇ ਉਹ ਧਨ ਦੀ ਖਾਤਰ ਮੈਂ ਮੰਗਿਆ ਤੇਰੇ ਕੋਲੋਂ ਲੇਕਿਨ ਅਜੋਸ ਧਨ ਦਾ ਮਾਲਕ ਜਦੋਂ ਮੈਂ ਆਪਣੇ ਆਪ ਨੂੰ ਜ਼ਾਹਰ ਕਰਾਂਗਾ ਕਹਾਂਗਾ ਮੇਰੇ ਕੋਲ ਇੰਨੇ ਜੋ ਕੁਝ ਮਰਜ਼ੀ ਹੈ ਦੇ ਕਾਰੋਬਾਰ ਦਾ ਨਾਂ ਲੈ ਲਈਏ ਮੇਰੇ ਕੋਲ ਇਨੀਆਂ ਫੈਕਟਰੀਆਂ ਨੇ ਮੇਰੇ ਕੋਲ ਇੰਨੇ ਘਰ ਨੇ ਮੇਰੇ ਕੋਲ ਇਨੀਆਂ ਕਾਰਾਂ ਨੇ ਹਰ ਇੱਕ ਚੀਜ਼ ਕਦੇ ਕੋਈ ਕਹਿੰਦਾ ਵੀ ਮੇਰੇ ਕੋਲ ਮੇਰੇ ਸਤਿਗੁਰੂ ਦੀ ਦਿੱਤੀ ਹੋਈ ਦਾਤ ਆ ਹੈ ਨਹੀਂ ਪਿਆਰ ਵਾਲਿਓ ਮੇਰੇ ਸ਼ਰਪਿਤਨੀ ਬੇਨਤੀ ਕਰਿਆ ਸੰਸ਼ਾ ਸ਼ਬਦ ਦਾ ਅਰਥ ਹੈ ਜਿਹੜਾ ਦਾਤ ਦਿੰਦਾ ਵੀ ਹੈ ਨਾਲ ਪਰਦਾ ਵੀ ਕੱਜਦਾ ਹੈ ਦੋ ਗੱਲਾਂ ਖਾਸ ਨੇ ਇੱਕ ਦਾਤ ਦਿੰਦਾ ਵੀ ਹੈ ਨਾਲ ਪਰਦਾ ਵੀ ਕੱਜਦਾ ਹੈ ਫਿਰ ਪੰਕਤੀ ਵੱਲ ਖਿਆਲ ਕਰਿਓ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਈ ਮੈਨੂੰ ਤੇਰੇ دیدار ਕਨਿਆ ਕੀ ਸੁਖ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਜਦੋਂ ਨਾ ਮੈਂ ਤੇਰੇ ਨਾਲ ਸਨੇਹ ਲਾਇਆ ਜਦੋਂ ਨਾ ਮੈਂ ਤੇਰੇ ਚਰਨਾਂ ਵਿੱਚ ਆਪਣੇ ਜੀਵਨ ਦੀ ਛਾਂਝ ਜੋੜੀ ਹੈ ਉਸ ਦਿਨ ਦੀ ਮੇਰੇ ਜੀਵਨ ਅੰਦਰ ਕੋਈ ਕਮੀ ਨਹੀਂ ਹੈ ਪਹਿਲੀ ਇਤਨੀ ਅਰਜ਼ ਕੀਤੀ ਸ਼ਾਦੀ ਗੱਲ ਦੂਸਰੀ ਬੇਨਤੀ ਕਰਾਂ ਦੁਨੀਆ ਦੇ ਅੰਦਰ ਬਹੁਤ ਸ਼ਾ ਲੋਕ ਵੀ ਹੋਏ ਨੇ ਇਸ ਕਾਲ ਚ ਕੋਈ ਦੋ ਰਾਮਾ ਨਹੀਂ ਇਤਿਹਾਸ ਨੇ ਕੁਝ ਸ਼ਾਹਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਵੀ ਰੱਖੀਆਂ ਨੇ ਮੈਂ ਇੱਕ ਦੋ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਧਰਤੀ ਦੇ ਤਖਤੇ ਦੇ ਇੱਕ ਸ਼ਾਹਜਹਾਨ ਆਪ ਅਕਸਰ ਉਹਦਾ ਨਾਮ ਪੜ੍ਹਨੇ ਜਹਾਂਗੀਰ ਦਾ ਪੁੱਤਰ ਹੈ ਸ਼ਾਹਜਹਾਨ ਨੇ ਆਪਣੇ ਵੇਲੇ ਬੜਾ ਨਾਮਣਾ ਕਮਾਇਆ ਲਾਲ ਕਿਲਾ ਇਸ ਸ਼ਾਹਜਹਾਨ ਦਾ ਬਣਾਇਆ ਹੋਇਆ ਹੈ 1592 ਦੇ ਵਿੱਚ ਇਹਦਾ ਜਨਮ ਹੋਇਆ ਸੀ ਜਾਮਾ ਮਸਜਿਦ ਇਸੇ ਸ਼ਾਹਜਹਾਂਦੀ ਬਣਾਈ ਹੋਈ ਹੈ ਯਾਦ ਰੱਖਣ ਵਾਲੀ ਬਾਤ ਹੈ ਆਗਰੇ ਦੇ ਵਿੱਚ ਤਾਜ ਮਹਿਲ ਐਸੇ ਹੀ ਸ਼ਾਹਜਹਾਂਦਾ ਬਣਾਇਆ ਹੋਇਆ ਮੁਮਤਾਜ਼ ਦੀ ਹੱਦ ਵਿੱਚ ਅਣਗਿਣਤੇ ਗੋਦੀਆਂ ਗੱਲਾਂ ਆਪਾਂ ਆਪਣੇ ਜੀਵਨ ਵਿੱਚ ਵੇਖ ਸਕਨੇ ਆ ਲਾਲ ਕਿਲਾ ਅੱਜ ਵੀ ਖੜੋ ਕੇ ਜਸ ਰਿਹਾ ਪਰ ਲੇਕਿਨ ਇਹੋ ਜਿਹੇ ਜਿਹੜੇ ਜਹਾਨ ਦੇ ਸ਼ਾਹ ਬਣਨ ਵਾਲੇ ਲੋਕ ਸਨ ਅੱਜ ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਬੰਦਾ ਨਹੀਂ ਹੈ ਜਿਹੜੇ ਐਡੇ ਵੱਡੇ ਸ਼ਾਹ ਕੋ ਹੋਣ ਵਾਲੇ ਲੋਕ ਸਨ ਅਜੋਨ ਨੂੰ ਕੋ ਪੁੱਛਦਾ ਨਹੀਂ ਹੈ ਦੂਜੇ ਪਾਸੇ ਤੁਸੀਂ ਦੇਖੋ ਧਰਤੀ ਦੇ ਤਖਤੇ ਦੇ ਉੱਤੇ ਐਸ ਐਸ ਮੈਂ ਕੁਝ ਕੀ ਸ਼ਾਹਾਂ ਦੀ ਗੱਲ ਕਰਨੀ ਹੈ ਉਹ ਸ਼ਾਹ ਵੀ ਹੋਏ ਨੇ ਜਿਹਦਾ ਨਾਮ ਨਾਦਰ ਸ਼ਾਹ ਆਪਾਂਖ ਨੇ ਨਾਦਰ ਸ਼ਾਹ ਅਬਦਲ ਨਾਦਰ ਸ਼ਾਹ ਅਬਦਾਲੀ ਇਹ ਅਬਦਾਲ ਤੋਂ ਐਸੀ ਨਾਦਰ ਸ਼ਾਹ ਦੁਰਾਨੀ ਇਹ ਦੁਰਾਨੀ ਇਹਨਾਂ ਦੀ ਲਾਸਟ ਗੋਤ ਹੈ ਤੇ ਅਬਦਾਲ ਤੋਂ ਆਇਸਾ ਨੇ ਨਾਦਰ ਸ਼ਾਹ ਬੜਾ ਆਪਣਾ ਨਾਮਣਾ ਰੱਖਿਆ ਹੋਣੇ ਲੇਕਿਨ ਉਹ ਵੀ ਧਰਤੀ ਦੇ ਤਖਤੇ ਉਤੇ 1687 ਵਿੱਚ ਜੰਮਿਆ 1736 ਵਿੱਚ ਉਹਨੇ ਇਲਾਕੇ ਦੇ ਉਤੇ ਕਬਜ਼ਾ ਕਰਕੇ ਆਪਣਾ ਨਾਮਣਾ ਕਮਾਇਆ ਇਮਾਮ ਕੁਲ ਦਾ ਇੱਕ ਆਜੜੀ ਦਾ ਪੁੱਤਰ ਹੈ ਭੇਡਾਂ ਚਾਰਦਿਆਂ ਹੋਇਆਂ ਇੱਥੇ ਤੱਕ ਪਹੁੰਚਿਆ ਲੇਕਿਨ ਚੇਤਾ ਰੱਖਿਓ ਜਿਹੜੀ ਬੇਨਤੀ ਕਰਨਾ ਚਾਹੁੰਦਾ 1739 ਦੇ ਵਿੱਚ ਇਹਨੇ ਹਿੰਦੁਸਤਾਨ ਦੀ ਧਰਤੀ ਦੇ ਉਤੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਰੱਬ ਦਾ ਸਬੱਬ ਬਣਿਆ ਇਹੋ ਦਿੱਲੀ ਨੂੰ ਲੁੱਟਿਆ ਰੱਜ ਕੇ ਮੁਹੰਮਦ ਸ਼ਾ ਰੰਗੀਲੇ ਦੇ ਵੇਲੇ ਤੇ ਉਹਨਾਂ ਦਿਨਾਂ ਦੇ ਵਿੱਚ ਅਚਾਨਕ ਇੱਕ ਭੰਗ ਪੀਣ ਵਾਲੇ ਬੰਦੇ ਨੇ ਇੱਕ ਨਸ਼ਾ ਖਾਣ ਵਾਲੇ ਬੰਦੇ ਨੇ ਸੁਭਾਅਕੀ ਗੱਲ ਉਡਾ ਦਿੱਤੀ ਵੀ ਨਾਦਰ ਸ਼ਾ ਮਰ ਗਿਆ ਤੇ ਉੱਤੇ ਮੁਹੰਮਦ ਸ਼ਾ ਰੰਗੀਲੇ ਦੀਆਂ ਫੌਜਾਂ ਨੇ ਨਾਦਰ ਸ਼ਾ ਦੇ ਅਨੇਕਾਂ ਸਿਪਾਈਆਂ ਨੂੰ ਕਤਲ ਕਰ ਦਿੱਤਾ ਇਸ ਕੱਲ ਦਾ ਪਤਾ ਨਾਦਰ ਸ਼ਾ ਨੂੰ ਲੱਗਿਆ ਤੇ ਉਹਨੇ ਉਸੇ ਵੇਲੇ ਆਪਣੀ ਤਲਵਾਰ ਕੱਢ ਕੇ ਬੈਠ ਗਿਆ 2 ਘੰਟੇ ਕਤਲਿਆਮ ਹੋਇਆ ਦੁਨੀਆਂ ਵਿੱਚ ਇੱਕ ਕਹਾਵਤ ਬਣਾ ਦਿੱਤੀ ਉਹਨੇ ਇਨ ਆਦਰ ਸ਼ਾਹੀ ਕਤਲਿਆ ਮੈਂ ਪਾਪ ਜਦੋਂ ਕੋਈ ਚੰਗੇ ਮੰਦੇ ਦੀ ਪਰਖ ਹੀ ਨਾ ਹੋਵੇ ਉਹਨੂੰ ਨਾਦਰ ਸ਼ਾਹੀ ਕਤਲਿਆ ਦਾ ਨਾਂ ਦਿੱਤਾ ਜਾਂਦਾ ਹੈ ਇਸੇ ਨਾਦਰ ਸ਼ਾਹ ਦੇ ਵੇਲੇ ਹੋਇਆ ਆਖਰਕਾਰ ਇਹਨੂੰ ਮਨਤਾ ਕੀਤੀਆਂ ਗਈਆਂ ਸਾਰੀ ਗੱਲ ਪ੍ਰਗਟ ਹੋਈਏ ਨੇ ਕਤਲਿਆ ਬੰਦ ਕਰਵਾਇਆ ਇਹੋ ਜੇ ਸ਼ਾਹ ਵੀ ਧਰਤੀ ਦੇ ਤਖਤੇ ਤੇ ਹੋਏ ਅਹਿਮਦ ਸ਼ਾਹ ਅਬਦਾਲੀ ਇਹ ਵੀ ਕਹਾਦ درجہ ਦਾ ਗਰੀਬ ਹੈ ਤੇ ਇਹਨੇ ਇਸੇ ਨਾਦਰ ਸ਼ਾਹ ਦੇ ਕੋਲੋਂ ਰਾਜ ਲਿਆ ਸੀ ਨਾਦਰ ਸ਼ਾਹ ਨੂੰ ਨਾਦਰ ਸ਼ਾਹ ਦੇ ਸਾਥੀਆਂ ਨੇ ਮਾਰ ਦਿੱਤਾ ਸੀ ਇਸ ਅਹਿਮਦ ਸ਼ਾਹ ਅਬਦਾਲੀ ਨੇ ਵੀ ਇਨ ਇਦਰਾਨੀ ਅਸ਼ੇ ਦਾ ਵੀ ਨਾਮ ਹੈ ਵੀ ਬੇਰ ਬੇਨਤੀ ਕਰਦੀਆਂ ਇਸੇ ਅਹਿਮਦ ਸ਼ਾਹ ਅਬਦਾਲੀ ਨੇ 1647 ਤੋਂ ਲੈ ਕੇ 1667 ਤੱਕ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਅੱਠ ਹਮਲੇ ਕੀਤੇ ਉਹਦੇ ਦਰਮਿਆਨ ਸ੍ਰੀ ਗੁਰਬੰਦਰ ਸਾਹਿਬ ਦੀ ਇਮਾਰਤ ਦੀ ਬੇਅਦਬੀ ਵੀ ਐਸੇ ਅਮਰ ਸ਼ਾਹ ਬਦਾਲੀ ਨੇ ਕਰਵਾਈ ਸੀ ਐਸੇ ਨੂੰ ਸਿੱਖ ਘੇਰ ਕੇ ਰਸਤੇ ਦੇ ਵਿੱਚ ਇਹਨੂੰ ਹਲਕਾ ਕਰਕੇ ਭੇਜਦੇ ਰਹੇ ਨੇ ਇਹ ਉਹੀ ਅਹਿਮਦ ਸ਼ਾਹ ਬਦਾਲੀ ਹੈ ਐਡੇ ਐਡੇ ਸ਼ਾਹ ਕੋ ਹੋਣ ਵਾਲੇ ਪਰ ਅੱਜ ਇਹਨਾਂ ਦਾ ਨਾਂ ਕੇਵਲ ਇਤਿਹਾਸ ਦੇ ਕੁਝ ਚੰਦ ਅੱਖਰਾਂ ਵਿੱਚ ਹੈ ਇਸ ਤੋਂ ਵੱਧ ਇਹਨਾਂ ਸ਼ਾਹਾਂ ਨੂੰ ਕੋਈ ਜਾਣਦਾ ਨਹੀਂ ਲੇਕਿਨ ਹਜ਼ੂਰ ਆਖਦੇ ਨੇ ਇੱਕ ਗੁਰਬਾਣੀ ਦੀ ਪੰਗਤੀ ਕਹਦੇ ਆ ਫਿਰ ਅੱਗੇ ਗੱਲ ਤੋੜਨੇ ਕਬੀਰ ਤਾਂਸਿਓਂ ਪ੍ਰੀਤ ਕਰ ਜਾਕੋ ਠਾਕੁਰ RAM ਪੰਡਿਤ ਰਾਜੇ ਭੂਪਤੀ ਆਵੇਂ ਕੌਨੇ ਕਾਮ ਕਹਿ ਲ ਕੇ ਸਜਣਾ ਜੇ ਪ੍ਰੀਤ ਕਰਨੀ ਹੈ ਨਾ ਤਾਂ ਉਹਦੇ ਨਾਲ ਪ੍ਰੀਤ ਕਰ ਜਿਹਦੇ ਕੋਲੋਂ ਤੇਰੀ ਝੋਲੀ ਵਿੱਚ ਨਾਮ ਦੀ ਦਾਤ ਪੈਣੀ ਹੈ ਪੰਡਿਤ ਬਹੁਤੇ ਚਲਾਕ ਲੋਗ ਰਾਜੇ ਪੰਡਿਤ ਕਿਸੇ ਜਾਤ ਨਾਲ ਸਬੰਧਤ ਨਹੀਂ ਇੱਥੇ ਸ਼ਬਦ ਪੰਡਿਤ ਰਾਜੇ ਪੂਪਤੀ ਪੂਪਤੀ ਅਰਥ ਹੁੰਦਾ ਹੈ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਅਕਸਰ ਬੰਦੇ ਦੀ ਇੱਕ ਲਗਨ ਰਹੀ ਹੈ ਵੀ ਮੈਂ ਕਿਸੇ ਅਮੀਰ ਨਾਲ ਨੇੜਤਾ ਰੱਖਾਂ ਮੈਂ ਕਿਸੇ ਸ਼ਾਹ ਨਾਲ ਨੇੜਤਾ ਰੱਖਾਂ ਸ਼ਾਇਦ ਮੈਨੂੰ ਕੁਝ ਮਿਲ ਜਾਏ ਪਰ ਬੰਦੇ ਦਾ ਬੜਾ ਵੱਡਾ ਭੁਲੇਖਾ ਹੈ ਸਹਬ ਆਖਦੇ ਨੇ ਕਹਿੰਦੇ ਪੰਡਤ ਰਾਜੇ ਭੂਪਤੀ ਆਵੇਂ ਕੌਨੇ ਕਾਮ ਇੱਕ ਗੱਲ ਚੇਤਾ ਰੱਖਿਓ ਸਜਣਾ ਇਹਨਾਂ ਵਿੱਚੋਂ ਤੇਰਾ ਕੰਮ ਕਿਸੇ ਨਹੀਂ ਆਉਣਾ ਤੇਰੇ ਔਖੇ ਵੇਲੇ ਕੰਮ ਕਿਸੇ ਨਹੀਂ ਆਉਣਾ ਹਾਂ ਇੱਕ ਰੱਬ ਹੈ ਉਹ ਇਹੋ ਜੀ ਆਬ ਸੁਭਾ ਦਾ ਮਾਲਕ ਹੈ ਉਹ ਇਹੋ ਜੀ ਆਸ਼ਾ ਹੈ ਜਾਂ ਕੋ ਮੁਸ਼ਕਲ ਅਕ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸ਼ਾਕ ਵੀ ਭੱਜ ਖਲੇ ਸਭੋ ਪਜੈ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਰ ਬ੍ਰह्म ਲੱਗੇ ਨਾ ਤਤੀਬਾਓ ਸ਼ੈਵ ਨਿਤਾਨੀਆ ਕਤਨ ਆਇ ਨਾ ਜਾਈ ਥਿਰ ਸਦਾ ਗੁਰਸ਼ਬ ਦੀ ਸਜਣ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਰਨਾ ਕੋ ਕਰੈ ਨੈਕ ਸ਼ੋਭੈ ਕਾਲਜ ਚਿਤ ਆਵੇ ਉਸ ਪਾਰ ਬ੍ਰह्म ਤਾ ਨਿਹਚਰ ਹੋਵੇ ਰਾਜ ਫਿਰ ਬੇਨਤੀ ਕਰਾਂ ਸਤਗੁਰੂ ਦੀ ਬਾਣੀ ਦੀ ਅੱਜ ਆਪਾਂ ਪੰਗਤੀ ਵਿਚਾਰ ਰਹੇ ਹਾਂ ਮੇਰੇ ਸ਼ਾਹਾਂ ਮੈਂ ਹਰ ਦਰਸ਼ਨ ਸੁਖ ਹੋਏ ਬੜੇ ਦੁਨੀਆ ਵਿੱਚ ਇੱਥੇ ਧਰਤੀ ਦੇ ਤਖਤੇ ਤੇ ਸ਼ਾਹ ਕਹੌਣ ਵਾਲੇ ਬੜੇ ਹੋਏ ਨੇ ਪਰ ਲੇਕਿਨ ਅੱਜ ਉਹਨਾਂ ਦਾ ਨਾਮ ਉਹਨਾਂ ਦੀ ਨਿਸ਼ਾਨੀ ਪ੍ਰਿੰਸੀਪਲ ਸੁਖਵੀਰ ਸਿੰਘ ਨੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੈ ਔਰੰਗਾਬਾਦ ਦੇ ਵਿੱਚ ਔਰੰਗਜ਼ੇਬ ਦੀ ਕਬਰ ਹੈ ਉੱਥੇ ਸੁਖਵੀਰ ਸਿੰਘ ਨੇ ਇੱਕ ਗੱਲ ਇੱਕ ਬੜੀ ਪਿਆਰੀ ਕਹਿਣ ਲੱਗੇ ਉੱਥੇ ਜਦੋਂ ਕੋਈ ਜਗਿਆਸੂ ਜਾਂਦਾ ਹੈ ਲਾਲਸਾ ਰੱਖ ਕੇ ਇਤਿਹਾਸ ਦਾ ਵਿਦਿਆਰਥੀ ਤੇ ਉਹ ਬੜੇ ਮਾਣ ਨਾਲ ਦੱਸਦਾ ਵੀ ਇਹ ਉਹ ਬਾਦਸ਼ਾਹ ਦੀ ਕਬਰ ਹੈ ਜਿਨੇ ਹਿੰਦੁਸਤਾਨ ਦੀ ਧਰਤੀ ਉੱਤੇ 48 ਸਾਲ ਰਾਜ ਕੀਤਾ ਹੈ ਬੜਾ ਲੰਮਾ ਸਮਾਂ ਰਾਜ ਕੀਤਾ ਹੈ ਔਰੰਗਜ਼ੇਬ ਨੇ ਕਿਉਂਕਿ 7ਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਜਾਂਦਾ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ 1707 ਵਿੱਚ ਇਹ ਔਰੰਗਜ਼ੇਬ ਚੜ੍ਹਾਈ ਕਰਦਾ ਤੇ 1708 ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੁਤੀ ਜੋ ਸਮਾਉਂਦੇ ਨੇ ਤੇ ਉਦੋਂ ਤੱਕ ਚੱਲਦਾ ਬੜਾ ਲੰਮਾ ਸਮਾਂ ਨੇ ਰਾਜ ਕੀਤਾ ਤੇ ਬੜੇ ਮਾਣ ਨਾਲ ਦੱਸਦਾ ਔਰੰਗਜ਼ੇਬ ਜਿੰਨੇ ਇੰਨਾ ਸਮਰਾਜ ਕੀਤਾ ਇਹ ਔਰੰਗਜ਼ੇਬ ਹੈ ਜਿਹਦੇ ਅੱਖੇ ਵਿੱਚ ਦੁਨੀਆ ਇੰਨੀ ਤੁਰਦੀ ਸੀ ਮਾਲਕ ਇਹ ਆਲਮਗੀਰ ਕੋ ਹੁੰਦਾ ਸੀ ਆਪਣੇ ਆਪ ਨੂੰ ਜਹਾ ਪਨਾਹ ਕੋ ਹੁੰਦਾ ਸੀ ਆਪਣੇ ਆਪ ਨੂੰ ਲੇਕਿਨ ਜਦੋਂ ਸਾਰੀ ਗੱਲ ਦੱਸ ਕੇ ਤੁਰਨ ਲੱਗਦਾ ਉਹ ਉੱਥੇ ਖਲੋਣ ਵਾਲਾ ਬੰਦਾ ਇੱਕ ਬਚਨ ਆਖ ਰਿਹਾ ਵੀ ਸੱਜਣਾ ਕੋਈ ਰੁਪਈਆ ਦੋ ਰੁਪਈਏ ਮੈਨੂੰ ਦੇ ਜਾ ਉਹ ਪੁੱਛਦਾ ਕਾਦੇ ਨਹੀਂ ਕਹਿਣ ਲੱਗਿਆ ਇਸ ਲਈ ਭਈ ਮੈਂ ਇੱਥੇ ਇਹਦੀ ਕਬਰ ਦੇ ਉੱਤੇ ਦੀਵਾ ਜਗਾ ਦਿਆਂ ਅੱਜ ਇਹਦੀ ਕਬਰ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਹੈ ਅੱਜ ਇਹਦੀ ਕਬਰ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਇਹੋ ਜੇ 2 ਪੈਸੇ ਵੀ ਨਹੀਂ ਇਹਦੇ ਕੋਲ ਪਰ ਇਹਦੀ ਕਬਰ ਦੇ ਉੱਤੇ ਕੋਈ ਦੀਵਾ ਜਗਾਉਣ ਦਾ ਸਾਧਨ ਬਣ ਸਕੇ ਲੇਕਿਨ ਜਦੋਂ ਆਪਾਂ ਆਉਣੇ ਹੁਣ ਸਿਰ ਸ਼ਾਹਾਂ ਦੇ ਸ਼ਾਹ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਇੱਥੇ ਕੋਈ ਖਲੋ ਖਲੋ ਕੇ ਭਿਖਾਰੀਆਂ ਮੰਗੂ ਇਹ ਨਹੀਂ ਮੰਗਦਾ ਪੱਛ ਸਜਣਾ ਇੱਥੇ ਕੋਈ ਦਮੜਾ ਦੋ ਦਮੜੇ ਚੜਾ ਕੇ ਜਾਈਂ ਰੁਪਈਆ ਦੋ ਰੁਪਈਏ ਚੜਾ ਕੇ ਜਾਈਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਇੱਥੇ ਮੈਂ ਦੀਵਾ ਬੱਤੀ ਕਰਨਾ ਹੈ ਇੱਥੇ ਮੈਂ ਕੁਝ ਖਲੋਕੇ ਇਹਦੀ ਕੁਝ ਇਬਾਦਤ ਲਈ ਕੁਝ ਕਰਨਾ ਚਾਹੁੰਦੇ ਤੇ ਇੱਥੇ ਕੁਝ ਪੈਸੇ ਚੜਾ ਕੇ ਜਾਈਂ ਨਹੀਂ ਪਿਆਰਿਓ ਉੱਥੇ ਤਾਂ ਸਗੋਂ ਲੈਣਾ ਲੱਗੀਆਂ ਹੁੰਦੀਆਂ ਨੇ ਦੁਨੀਆਵੀ ਤੇਲ ਦੇ ਦੀਵੇ ਦੀ ਤਾਂ ਗੱਲ ਛੱਡਿਏ ਸਿੱਖ ਦੇ ਮਨ ਵਿੱਚ ਇਤਨੀ ਵੀ ਸ਼ਰਧਾ ਹੁੰਦੀ ਹੈ ਸਤਿਗੁਰੂ ਤੇਰੇ ਘਰ ਦਾ ਦੀਵਾ ਜਗਾਉਣ ਵਾਸਤੇ ਅਗਰ ਮੈਨੂੰ ਆਪਣੀ ਰਤ ਦਾ ਖੂਨ ਦਾ ਵੀ ਤੇਲ ਪਾਉਣਾ ਪੈ ਜਾਏ ਤਰ ਵੀ ਉੱਥੇ ਲੈਣਾ ਲੱਗਿਆ ਹੋਈਆਂ ਨੇ ਕਿਉਂਕਿ ਉੱਥੇ ਦਾ ਮਤੀ ਦਾਸ ਉਹ ਤੇਰਾ ਸਤਿਦਾਸ ਉਹ ਤੇਰਾ ਪਾਈ ਦਾਦਾ ਅੱਜ ਵੀ ਦੱਸਦਾ ਗੁਰੂ ਤੇਗ ਬਹਾਦਰ ਸਾਹਿਬ ਦੁਨੀਆ ਦੇ ਸ਼ਾਹਾਂ ਦੀਆਂ ਭਾਵੇਂ ਅਣਗਿਣਤ ਵਾਰੀ ਦੀਵੇ ਬੁਝ ਜਾਣ ਪਰ ਤੇਰੇ ਦਰ ਦਾ ਉਹ ਸ਼ਾਹਾਂ ਦੇ ਸ਼ਾਹ ਤੇਰੇ ਦਰ ਦਾ ਕਦੇ ਦੀਵਾ ਨਹੀਂ ਬੁਝਣਾ ਜਦੋਂ ਤੱਕ ਧਰਤੀ ਰਹਿੰਦੀ ਹੈ ਸ਼ਿਰਪ ਇਤਨੀ ਅਰਜ਼ ਕਰ ਰਿਹਾ ਹਾਂ ਸਾ ਬੰਦਾ ਸ਼ਾਹ ਦੇ ਨੇੜੇ ਹੋਣਾ ਤੇ ਚਾਹੁੰਦਾ ਸ਼ਾ ਕੋਲ ਕੁਝ ਮੰਗਣਾ ਤੇ ਚਾਹੁੰਦਾ ਲੇਕਿਨ ਇਹਨੂੰ ਇੰਨਾ ਨਹੀਂ ਪਤਾ ਮੈਂ ਕਿਹੜੇ ਸ਼ਾ ਦੇ ਨਾਲ ਨੇੜਤਾ ਰੱਖਾਂ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬੋਲ ਹੈ ਆਪ ਕਈ ਵਾਰੀ ਪੜਦੇ ਸੁਣਦੇ ਹੋਵੋਗੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਹੋਸ਼ਾ ਸ਼ਾ ਨਾ ਕੀ ਜਾਈ ਫਿਰ ਪਛੋਤਾਈਏ ਕਹਿ ਲੱਗੇ ਹੋਛੇ ਸ਼ਾ ਕੋ ਨਾ ਜਾਈ ਕੱਲ ਤੈਨੂੰ ਪੁਛਟਾਉਣਾ ਪਵੇਗਾ ਉਸ ਦਾਤੇ ਕੋਲ ਜਾਈ ਉਸ ਛਾ ਕੋਲ ਜਾਈਂ ਉਸ ਮਾਲਕ ਦੇ ਕੋਲ ਜਾਈਂ ਜਿਹਦੇ ਘਰ ਵਿੱਚ ਸਭ ਕੁਝ ਹੈ ਤੈਨੂੰ ਇਹ ਨਹੀਂ ਕਰਨਾ ਪਵੇਗਾ ਕਿ ਮੈਂ ਕਿਸੇ ਹੋਰ ਕੋਲੋਂ ਮੰਗਣ ਜਾਵਾਂ ਛੋਟੀ ਜੀ ਕੋ ਉਦਾਹਰਣ ਦੇ ਦਿਆਂ ਤੁਸੀਂ ਕਦੇ ਦੇਖਿਓ ਅਕਸਰ ਦੁਨੀਆ ਦੇ ਅੰਦਰ ਇੱਕ ਸਿਸਟਮ ਬਣਿਆ ਹੋਇਆ ਹੈ ਪਰ ਜਿਹੋ ਜੀ ਚੀਜ਼ ਤੁਸੀਂ ਬੀਜੋਗੇ ਉਹੀ ਜੀ ਵਾਢ ਲੋਗੇ ਜਿਹੋ ਜੀ ਕੀਮਤ ਅਦਾ ਕਰੋਗੇ ਉਹ ਰੀਜੀ ਤਾਂ ਲੈ ਲੋਗੇ ਤੁਸੀਂ ਇਹ ਨਹੀਂ ਕਰ ਸਕਦੇ ਭਈ ਮੈਂ ਕੀਮਤ ਅਦਾ ਕਰਾਂ ਪਿੱਤਲ ਦੀ ਤੇ ਖਰੀਦਣਾ ਚਾਹਾਂ ਸੋਨਾ ਤੁਸੀਂ ਇਹ ਨਹੀਂ ਕਰ ਸਕਦੇ ਵੀ ਕੀਮਤ ਅਦਾ ਕਰਾਂ ਮੈਂ ਕੱਚ ਦੀ ਤੇ ਖਰੀਦਣਾ ਚਾਹਾਂ ਮਾਲਕ ਦੇ ਦਰ ਤੋਂ ਸੋਨਾ ਐਸਾ ਨਹੀਂ ਹੋ ਸਕਦਾ ਜੋ ਕੁਝ ਜਿਹੋ ਜੀ ਕੀਮਤ ਅਦਾ ਕਰਦੇ ਹੋ ਉਹੀ ਜੀ ਤੁਹਾਨੂੰ ਦਾਤ ਖਰੀਦਣੀ ਪੈਂਦੀ ਹੈ ਉਹੀ ਜੀ ਦਾਤ ਮਿਲਦੀ ਹੈ ਪੱਥਰਾਂ ਦਾ ਮੁੱਲ ਤਾਰਨ ਵਾਲੇ ਹੀਰੇ ਮੋਤੀਆਂ ਨੂੰ ਨਹੀਂ ਖਰੀਦ ਸਕਦੇ ਹੀਰੇ ਮੋਤੀਆਂ ਦਾ ਵਪਾਰੀ ਹੀਰੇ ਮੋਤੀਆਂ ਦੀ ਕੀਮਤ ਹੀ ਰਵੇਗਾ ਕਾਈਓ ਮਿਲਣਾ ਹੈ ਅਣਗਿਣਤ ਉਹ ਜਿਹਾ ਉਧਾਰਨਾ ਤੁਸੀਂ ਨੇਤਾ ਪ੍ਰਤੀ ਜ਼ਿੰਦਗੀ ਚ ਵੇਖ ਸਕਦੇ ਹੋ ਹੁਣ ਮੇਰੇ ਮਾਲਕ ਨੇ ਕਿਰਪਾ ਕੀਤੀ ਕਹਿਣ ਲੱਗੇ ਸਜਣਾ ਇੱਕ ਗੱਲ ਚੇਤਾ ਰੱਖੀ ਮੈਂ ਤੇਰੀ ਝੋਲੀ ਵਿੱਚੇ ਵਚਨ ਪਾਉਣਾ ਚਾਹੁੰਦਾ ਜਦੋਂ ਤੂੰ ਗੁਰੂ ਦੇ ਦਰ ਤੇ ਆਉਣਾ ਹੈ ਨਾ ਹਾਲਾਂਕਿ ਕਈ ਵਾਰੀ ਮੇਰੀ ਕਾਨੂੰ ਬੁਰਾ ਨਾ ਮਨਾਇਓ ਮੇਰੇ ਵਰਗਾ ਤਾਂ ਇਹੋ ਜੇ ਅਣਗਿਣਤ ਲੋਕ ਨੇ ਜਦੋਂ ਗੁਰੂ ਦੇ ਦਰ ਤੇ ਆਉਣਾ ਹੈ ਤੂੰ ਭੇਟਾ ਕਰਨਾ ਹੈ 1 ਡਾਲਰ ਤੇ ਦਾਤਾ ਮੰਗਦਾ ਕੀ ਹੈ ਹੁਣ ਤਾਂ ਇਹ ਚਾਹਦਾ ਤੁਸੀਂ ਨਾ ਵੀ ਤੂੰ 1 ਡਾਲਰ ਭੇਟਾ ਕੀਤਾ ਹੈ ਤੂੰ 1 ਡਾਲਰ ਦੇ 4 ਬਣਾ ਲੈ 10 ਬਣਾ ਲੈ 20 ਬਣਾ ਲੈ 100 ਬਣਾ ਲੈ ਇਹਨਾਂ ਕਰ ਲੈ ਲੇਕਿਨ ਤੂੰ ਐਸ਼ਾ ਨਹੀਂ ਕਰਦਾ ਤੈਨੂੰ ਪਤਾ ਹੈ ਵੀ ਜਿਹੜੀ ਦੇ ਅਰੋਗਤਾ ਡਾਕਟਰਾਂ ਦੇ ਬੂਗੇ ਤੋਂ ਵੀ ਨਹੀਂ ਨਾ ਮਿਲਦੀ ਉਹ ਤੇਰੇ ਦਰ ਤੋਂ ਮਿਲਦੀ ਹੈ ਸਤਿਗੁਰੂ ਤੇਰੀ ਇੱਕ ਰਹਿਮਤ ਭਰੀ ਨਜ਼ਰ ਹੋ ਜਾਏ ਕਿਰਪਾ ਕਟਾਕ ਅਬਲੋਕਨ ਕਿਨੋ ਦਾਸ ਕਾ ਦੁਖ ਬਿਦਾਰੇਓ ਤੇਰੇ ਚਰਨਾਂ ਵਿੱਚ ਮੈਂ 1 ਡਾਲਰ ਭੇਟਾ ਕੀਤਾ ਲੇਕਿਨ ਮੰਗੀ ਦੇ ਅਰੋਗਤਾ ਤੇਰੇ ਚਰਨਾਂ ਵਿੱਚ 1 ਡਾਲਰ ਭੇਟਾ ਕੀਤਾ ਆਪਣੇ ਬੱਚਿਆਂ ਦੇ ਕਾਰੋਬਾਰ ਦੇ ਵਾਅਦੇ ਮੰਗੇ ਮੈਂ ਉਹਨਾਂ ਦੀ ਦੇਹ ਅਰੋਗਤਾ ਮੰਗੀ ਮੈਂ ਉਹਨਾਂ ਦੇ ਜੀਵਨ ਦੇ ਸੁੱਖਾਂ ਦੀ ਧਾਤ ਮੰਗੀ ਮੈਂ ਆਪਣੀ ਨਿੱਜ ਪੱਤ ਦੀ ਗੱਲ ਮੰਗੀ ਮੈਂ ਲੰਮੀਆਂ ਉਮਰਾਂ ਮੰਗੀਆਂ ਪਤਾ ਨਹੀਂ ਦੁਨੀਆ ਦੀ ਕਿੰਨੀਆਂ ਕੁ ਧਾਤਾਂ ਲਿਸਟ ਖਤਮ ਹੋ ਜਾਂਦੀ ਹੈ ਪਰ ਸਾਡੀਆਂ ਮੰਗਾ ਪਿਆਰਿਓ ਕਦੇ ਖਤਮ ਨਹੀਂ ਹੁੰਦੀਆਂ ਕਦੇ ਕਿਸੇ ਬੰਦੇ ਨੇ ਸੋਚਿਆ ਕਿ ਸਤਿਗੁਰੂ ਮੈਂ ਇੱਕ ਦਾਤ ਤੇਰੇ ਚਰਨਾਂ ਵਿੱਚ ਭੇਟਾ ਕਰਨੇ ਪਰ ਮੰਗਦਾ ਅਨੇਕਾਂ ਮੈਂ ਅਨੇਕਾਂ ਥਾਵਾਂ ਤੇ ਹੋਰ ਪਾਸੇ ਮੈਨੂੰ ਜਾਣਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਨੂੰ ਪਤਾ ਲੱਗ ਗਿਆ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਹਿੱਸਾ ਪਾਵੇ ਮੈਂ ਇੱਕੋ ਇੱਕ ਦਰ ਨਾਲ ਸਨੇਹ ਆਪਣਾ ਲਾਇਆ ਹੋਇਆ ਮੈਂ ਇੱਕੋ ਇੱਕ ਦਰ ਨਾਲ ਆਪਣੀ ਪ੍ਰੀਤ ਪਾਈ ਹੋਈ ਹੈ ਜਦੋਂ ਮੈਂ ਉਸਦੇ ਦਰ ਤੋਂ ਮੰਗਦਾ ਨਾ ਉਹ ਕਦੇ ਮੇਰੀ ਝੋਲੀ ਖਾਲੀ ਨਹੀਂ ਭੇਜਦਾ ਉਹ ਬਖਸ਼ਿਸ਼ਾਂ ਕਰਦਾ ਹਾਂ ਇਹ ਤੇ ਹੋ ਸਕਦਾ ਹੈ ਦਾਤਾਂ ਲੈਣ ਵਾਲੇ ਕਦੇ ਥੱਕ ਜਾਣ ਪਰ ਉਹ ਦਾਤਾਂ ਦੇਣ ਵਾਲਾ ਕਦੇ ਨਹੀਂ ਥੱਕਦਾ ਇੱਕ ਭਾਈ ਗੁਰਦਾਸ ਜੀ ਦਾ ਬੋਲ ਸਾਂਝਾ ਕਰਨਾ ਫਿਰ ਆਪਾਂ ਗੱਲ ਨੂੰ ਅੱਗੇ ਤੋਰਨੇ ਆ ਪਾਤਸ਼ਾਹ ਨੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਹੈ ਕਹਿ ਲੇ ਕਿ ਜਦੋਂ ਤੂੰ ਕਿਸੇ ਦੂਜੇ ਦੀਆਂ ਦੁਕਾਨਾਂ ਤੇ ਜਾਵੇਂਗਾ ਨਾ ਉਦੋਂ ਇੱਕੋ ਜਿਹਾ ਸਿਸਟਮ ਹੈ ਉਹ ਜਦੋਂ ਕੋਈ ਚੀਜ਼ ਖਰੀਦਣਾ ਚਾਹਣਗੇ ਦੁਕਾਨਦਾਰ ਖਰੀਦੇਗਾ ਮੁੱਲ ਘਟਾ ਕੇ ਜਦੋਂ ਉਹ ਵੇਚਣਾ ਚਾਹਵੇਗਾ ਵੇਚੇਗਾ ਮੁੱਲ ਵਧਾ ਕੇ ਕਿਉਂਕਿ ਬਿਜ਼ਨਸ ਇਸੇ ਗੱਲ ਤੇ ਖਲੋਤਾ ਹੈ ਆਪਨੇ ਤਾਂ ਪ੍ਰਤੀ ਜ਼ਿੰਦਗੀ ਚ ਵੇਖ ਨਹੀਂ ਕਹਿਣ ਲੱਗੇ ਦੂਜੀ ਗੱਲ ਹੁਣ ਜੇ ਇਹਨਾਂ ਨਾਲ ਕੋਈ ਵਪਾਰ ਕਰੇ ਬੰਦਾ ਕਹਿਣ ਲੱਗੋ ਕਿੰਨਾ ਕੁ ਚਿਰ ਵਪਾਰ ਕਰਦਾ 8-10 ਦਿਨ ਕਰ ਲੇਗਾ ਬਹੁਤੀ ਗੱਲ ਕਰੇਗਾ ਜਦੋਂ ਚੀਜ਼ ਵੇਚਣੀ ਸਸਤੇ ਭਾਅ ਖਰੀਦਣੀ ਮਹਿੰਗੇ ਭਾਅ ਉਹਨੇ ਨਾਲ ਵਪਾਰ ਕਰਿਆ 2 4 10 ਦਿਨਾਂ ਚ ਉੱਜੜ ਜਾਏਗਾ ਕਾਟਾ ਜੋ ਪੈਂਦਾ ਰੋਜ਼ ਫਿਰ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਕਿ ਐਵੇਂ ਦਾ ਵਪਾਰ ਕਰਿਆ ਤੇਰੀ ਜ਼ਿੰਦਗੀ ਦੀ ਬਹੁਤੀ ਸਾਂਝ ਲੰਮੀ ਨਹੀਂ ਚੱਲ ਸਕਣੀ ਪਰ ਕਹਿੰਦੇ ਅਗੇ ਸਜਣਾ ਇੱਕ ਦੁਕਾਨ ਤੇ ਨੂੰ ਮੈਂ ਦੱਸਣ ਲੱਗਾ ਇੱਕ ਦੁਕਾਨ ਤੇ ਮੈਂ ਦੱਸਣ ਕੋਈ ਹੋ ਜਾ ਛਾ ਇਹਨਾਂ ਸ਼ਾਹਾਂ ਤੋਂ ਬਿਲਕੁਲ ਵੱਖਰਾ ਹੈ ਬਲਕੇ ਮੈਂ ਇੱਥੋਂ ਤੱਕ ਬੇਨਤੀ ਕਰਾਂ ਜਿਹੜੀ ਚੀਜ਼ ਤੇਰੀ ਕਿਤੇ ਨਹੀਂ ਵਿਕਦੀ ਜਿਹੜਾ ਔਗਣ ਤੇਰਾ ਕਿਤੇ ਨਹੀਂ ਵਿਗਦਾ ਜਿਹੜੇ ਤੇਰੇ ਜ਼ਿੰਦਗੀ ਦੇ ਗੁਨਾਹ ਕਿਤੇ ਨਹੀਂ ਵਿਕਦੇ ਉਹ ਮੇਰੇ ਮਾਲਕ ਦੇ ਘਰ ਬੜੇ ਮਹਿੰਗੇ ਭਾਅ ਵਿਕਦੇ ਨੇ ਇੱਥੇ ਪਰ ਇੱਥੇ ਆ ਕੇ ਦੇਖ ਜਨਾ ਵਪਾਰ ਕਰਕੇ ਦੇਖ ਭਾਈ ਗੁਰਦਾਸ ਸਿੰਘ ਦੇ ਬੋਲ ਸੁਣਦੇ ਹੋ ਨਾ ਕਈ ਵਾਰੀ ਆਨ ਹਾਟ ਕੇ ਹਟਉਆ ਲੇਤ ਹੈ ਘਟਾਏ ਮੋਲ ਦੇਤ ਹੈ ਚੜਾਏ ਢਹਿਕਤ ਜੋ ਆਵੇ ਜੀ ਆਨ ਹਟੀਆਂ ਵਾਲੇ ਆਨ ਹਟ ਕੇ ਹਟੂਗਾ ਆਮ ਦੁਕਾਨਦਾਰ ਲੇਤ ਹੈ ਘਟਾਏ ਮੋਲ ਜਨੂੰ ਦਾਤ ਖਰੀਦਣੀ ਹੋਵੇ ਘਟਾ ਕੇ ਲੈਂਦੇ ਨੇ ਦੇਤ ਹੈ ਚੜਾਏ ਢਹਿਕਤ ਜੋ ਆਵੇ ਜੀ ਤਿੰਸਿਓ ਬਨਜ ਕੀਏ ਬੜਤਾ ਨਾ ਪਾਵਿਆ ਕੋ ਤੋਟਾ ਕੋ ਬਨਜ ਪੇਖ ਪੇਖ ਪਛਤਾਵੇ ਜੀ ਕਹਿਣ ਲੱਗੇ ਉਹਨਾਂ ਨੇ ਵਪਾਰ ਕਰਕੇ ਕੋ ਵਾਦੇ ਚ ਨਹੀਂ ਜਾ ਸਕਦਾ ਘਾਟੇ ਵਿੱਚ ਹੀ ਜਾਏਗਾ ਅੱਜ ਕੱਲ ਭਰ ਕੇ ਓਜੜ ਜਾਏਗਾ ਕਾਠ ਹੂੰ ਕੀ ਹਾਂਡੀ ਜੈਸੇ ਚੜਾਏ ਇੱਕ ਵਾਰ ਜਿਵੇਂ ਆਪਾਂ ਨਿੱਤਾ ਪ੍ਰਤੀ ਭਾਂਡੇ ਵਰਤਦੇ ਆਂ ਪਰ ਜਿਹੜਾ ਅੱਗ ਤੇ ਰੱਖਣ ਵਾਲਾ ਭਾਂਡਾ ਹੁੰਦਾ ਉਹ ਆਪਾਂ ਕਦੇ ਲੱਕੜ ਦਾ ਭਾਂਡਾ ਨਹੀਂ ਵਰਤਦੇ ਹਾਂ ਹਾਂ ਇਹ ਹੋ ਸਕਦਾ ਕਿ ਕਿਸੇ ਹੋਰ ਭਾਂਡੇ ਵਿੱਚ ਕੋਈ ਵਸਤੂ ਬਣਾ ਕੇ ਲੱਕੜ ਦੇ ਭਾਂਡੇ ਵਿੱਚ ਵਰਤੋਂ ਵਾਸਤੇ ਪਾ ਲਈਏ ਗੱਲ ਵੱਖਰੀ ਹੈ ਪਰ ਅੱਗ ਤੇ ਲੱਕੜ ਦਾ ਭਾਂਡਾ ਨਹੀਂ ਰੱਖਦੇ ਕਿਉਂਕਿ ਹਰ ਅਣਜਾਣ ਤੋਂ ਅਣਜਾਣ ਬੰਦੇ ਨੂੰ ਵੀ ਪਤਾ ਹੈ ਕਿ ਲੱਕੜ ਦਾ ਭਾਂਡਾ ਅੱਗ ਤੇ ਰੱਖਿਆ ਸੜ ਜਾਂਦਾ ਹੈ ਉਹਦੇ ਵਿੱਚ ਕੋਈ ਵਸਤੂ ਪਕਾਈ ਨਹੀਂ ਜਾ ਸਕਦੀ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਸਜਣਾ ਜੇ ਤੂੰ ਇਹ ਮੇਰਾ ਵਪਾਰ ਕਰਨਾ ਹੈ ਇਹ ਸਮਝ ਲੈ ਕਿ ਮੈਂ ਲੱਕੜ ਦੇ ਭਾਂਡੇ ਵਿੱਚ ਆਪਣਾ ਖਾਣਾ ਬਣਾਉਣ ਲੱਗਿਆ ਹੋਇਆ ਹੈ ਜਿਹੜਾ ਭਾਂਡਾ ਵੀ ਸਾਬਤ ਨਹੀਂ ਰਹਿਣਾ ਤੇ ਤੇਰਾ ਖਾਣਾ ਵੀ ਨਹੀਂ ਜਿਬਣਨਾ ਪਾਈ ਗੁਰਦਾਸ ਜੀ ਅਖਦੇ ਨੇ ਕੰਨ ਲੱਗੇ ਕਾਠ ਹੂੰ ਕੀ ਹਾਂਢੀ ਹਾਂਢੀ ਕਹਿੰਦੇ ਨੇ ਟੌੜੀ ਨੂੰ ਕੁੰਨੀ ਨੂੰ ਬਰਤਨ ਨੂੰ ਕਾਠ ਹੂੰ ਕੀ ਹਾਂਢੀ ਜੈਸੇ ਚੜੇ ਇੱਕ ਬਾਰ ਕਪਟ ਬਿਹਾਰ ਕੀਏ ਆਪੇ ਹੂੰ ਲਖਾਵੇ ਜੀ ਹੁਣ ਅਗਲੀ ਪੰਕਤੀ ਵਿੱਚ ਪਾਈ ਗੁਰਦਾਸ ਜੀ ਬਚਨ ਰੱਖਦੇ ਨੇ ਸਤ ਗੁਰ ਸ਼ਾ ਮੇਰਾ ਸਤਗੁਰੂ ਕਿਹੋ ਜਿਹਾ ਸ਼ਾ ਹੈ ਦੁਨੀਆਦਾਰੋ ਸਤਗੁਰ ਸ਼ਾ ਗੁਣ ਦੇਤ ਮੇਰਾ ਸਤਗੁਰੂ ਉਹ ਸ਼ਾਹ ਹੈ ਜਿਹੜਾ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ ਹੈ ਸਤਗੁਰ ਸ਼ਾਹ ਗੁਣ ਦੇਤ ਅਬ ਗੁਣ ਲੇਤ ਸੁਣ ਸੁਣ ਸੁਜਸ ਜਗਤ ਉੱਠਦਾ ਵੈ ਜੀ ਕਹਿਣ ਲੱਗੇ ਮੇਰਾ ਸਤਗੁਰੂ ਉਹ ਸ਼ਾਹ ਦੁਨੀਆਦਾਰੋ ਜਿਹੜਾ ਜ਼ਿੰਦਗੀ ਦੇ ਔਗਣ ਖਰੀਦ ਲੈਂਦਾ ਤੇ ਗੁਣਾਂ ਦੀ ਦਾਤ ਉਹਦੀ ਝੋਲੀ ਵਿੱਚ ਪਾ ਦਿੰਦਾ ਇਹ ਗੱਲ ਦੇਖ ਕੇ ਜਿਹੜਾ ਬੰਦਾ ਕਿਤੇ ਵੀ ਪਰਵਾਹ ਨਹੀਂ ਹੁੰਦਾ ਉਹ ਮੇਰੇ ਸਤਿਗੁਰੂ ਤੇ ਦਰ ਤੇ ਆ ਕੇ ਅਰਦਾਸ ਕਰਦਾ ਸਤਿਗੁਰੂ ਮੈਂ ਤੇਰੇ ਦਰ ਤੇ ਇੱਕ ਠੱਗੀਆਂ ਮਾਰਨ ਵਾਲੇ ਠੱਗ ਦੀਆਂ ਠੱਗੀਆਂ ਵੀ ਵਿਕਦੀਆਂ ਵੇਖੀਆਂ ਨੇ ਤੇ ਉਹਨੂੰ ਤੂੰ ਜ਼ਿੰਦਗੀ ਜਨਮ ਦੇਣਾ ਇੱਕ ਮਹਾਨ ਸੰਤ ਵਰਗੀ ਇੱਕ ਮਹਾਨ ਗੁਰਮੁਖ ਵਰਗੀ ਇੱਕ ਮਹਾਨ ਬ੍ਰਹਮ ਗਿਆਨੀ ਵਰਗੀ ਇੱਕ ਮਹਾਨ ਚੰਗੇ ਇਨਸਾਨ ਵਰਗੀ ਤੂੰ ਜ਼ਿੰਦਗੀ ਦੇਣਾ ਤੇਰੇ ਦਰਤੇ ਮੈਂ ਕਿਸੇ ਰਾਖਸ਼ ਦੀਆਂ ਉਹ ਕੀਤੇ ਹੋਏ ਅਤਿਅੰਤ ਪਾਪਾਂ ਦੀ ਗੱਲ ਵੀ ਵਿਕਦੀ ਵੇਖੀ ਐ ਤੇਰੇ ਦਰਤੇ ਮੈਂ ਅੱਤ ਦੇ ਕੌੜੇ ਜ਼ਿੰਦਗੀ ਦੇ ਸੱਪ ਵਰਗੀ ਜੀਵਨ ਗੁਜ਼ਾਰਨ ਵਾਲੇ ਪਾਪੀਆਂ ਦੀ ਜ਼ਿੰਦਗੀ ਪਵਿੱਤਰ ਹੁੰਦੀ ਵਿਕਦੀ ਵੇਖੀ ਐ ਮੈਂ ਤਾਂ ਕਰਕੇ ਮੈਂ ਤੈਨੂੰ ਆਪਣੇ ਜੀਵਨ ਦਾ ਸ਼ਾਹ ਮਨਾਇਆ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਇਆ ਮੈਂ ਤੇਰੇ ਚਰਨਾ ਵਿੱਚੋਂ ਮੈਂ ਤੇਰੇ ਦਰਸ਼ਨ ਕਰਕੇ ਜਿੰਦਗੀ ਦਾ ਸੁੱਖ ਮੰਨਦਾ ਮੈਨੂੰ ਤੇਰੇ ਤੋਂ ਵੱਡਾ ਕੋਈ ਸ਼ਾਹ ਨਜ਼ਰ ਨਹੀਂ ਆਉਂਦਾ ਇੱਕ ਪੰਕਤੀ ਗੁਰੂ ਕੀ ਬਾਣੀ ਦੀ ਮੈਂ ਫਿਰ ਬੇਨਤੀ ਕਰਾਂ ਰਬੀ ਬਾਣੀ ਵਿੱਚੋਂ ਕਈ ਵਾਰੀ ਪੜ੍ਹਦੇ ਹੋ ਆਪ ਅਕਸਰ ਜਦ ਹੁਕਮਨਾਮਾ ਲੈਨੇ ਆਪਾਂ ਸ਼ਬਦ ਕਈ ਵਾਰੀ ਦੁਹਰਾਣੇ ਆ ਸੱਜਣ ਬਹੁਤ ਖਿਆਲ ਕਰੇ ਇੱਕ ਇੱਕ ਸ਼ਬਦ ਬਣ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਵਾਂ ਸੱਜਣ ਸੱਜਣ ਵਿਚ ਤੇ ਆਮ ਬੰਦੇ ਵਿਚ ਕੀ ਅੰਤਰ ਹੁੰਦਾ ਹੈ ਜਦੋਂ ਕੋਈ ਵੀ ਬੰਦਾ ਬਾਕੀ ਕੋਈ ਚੀਜ਼ ਲੈਣ ਆਵੇ ਨਾ ਤੇ ਤੁਸੀਂ ਇੱਕ ਸ਼ਰਤ ਰੱਖਦੇ ਹੋ ਵੀ ਪਿਆਰਿਆ ਇਹ ਤੇ ਪੈਸੇ ਲੈ ਕੇ ਚੱਲੇ ਆਂ ਦਾਤ ਲੈ ਕੇ ਚੱਲੇ ਆ ਮੋੜੇਂਗਾ ਕਦੋਂ ਨਿਕ ਸੱਜਣ ਦਾ ਵਸਤਾ ਨਹੀਂ ਹੁੰਦਾ ਸੱਜਣ ਦਾ ਪਤਾ ਹੁੰਦਾ ਇੱਕ ਦੂਜੇ ਦੇ ਸੁਭਾਅ ਤੋਂ ਵਕੀਫ ਹੁੰਦੇ ਨੇ ਸੱਜਣ ਤਾਂ ਹੀ ਪੈਂਦੀ ਉੱਠੇ ਹੈ ਸਾਰਕitabli ਦੇ ਇੱਕ ਬਚਨ ਹੈ ਬੜਾ ਪਿਆਰਾ ਕਹਿੰਦੇ ਨੇ 6 ਗੱਲਾਂ ਜਿੱਥੇ ਮਿਲਦੀਆਂ ਨੇ ਸੱਜਣ ਕਹਿੰਦੇ ਹੀ ਉਹਨੂੰ ਨੇ ਅਸਾਇਸ਼ਤ ਉਪਾਸ਼ਨਾ ਖਾਣ ਪਾਣ ਪਹਿਰਾਨ ਖੱਟ ਲਖਣ ਜਹਾਂ ਮਿਲੇ ਤਹਾਂ ਮਿੱਤਰਤਾ ਜਾਣਾ ਮੈਂ ਕਹ ਲੀੜੀ ਰੱਖਣੀ ਚਾਹੁੰਨੇ ਤਾਂ ਕਿ ਆਪਾਂ ਆਪਣੀ ਲੜੀ ਵਿੱਚ ਹੀ ਰਹੀਏ ਸਾਬ ਕਹਿੰਦੇ ਨੇ ਪਹਿਲੀ ਗੱਲ ਇਹ ਸੱਜਣ ਹੈ ਔਰ ਦੂਜੀ ਗੱਲ ਸੱਤਿਆ ਇਹ ਦੁਨੀਆ ਦੇ ਬਾਕੀ ਸੱਜਣਾ ਵਰਗਾ ਨਹੀਂ ਜਿਹੜਾ ਔਖੇ ਵੇਲੇ ਤੇਰੇ ਮਗਰ ਤਾਂ ਸਾਥ ਛੱਡ ਜਾਏ ਤੇ ਚੰਗੇ ਵੇਲੇ ਤੇਰੇ ਜੀਵਨ ਦਾ ਸਾਥੀ ਬਣਿਆ ਰਵੇ ਉਹ ਹਜਾ ਸੱਜਣ ਨਹੀਂ ਹੈ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਇੱਕ ਉਹ ਕਹਿੰਦਾ ਸੱਜਣ ਦੀ ਜੇ ਪਹਿਚਾਨ ਕਰਨੀ ਹੋਵੇ ਨਾ ਸੱਜਣ ਢਾਲ ਵਰਗਾ ਹੋਣਾ ਚਾਹੀਦਾ ਜਿਹੋ ਜੀ ਢਾਲ ਨਹੰਗ ਸਿੰਘਾਂ ਕੋਲ ਹੁੰਦੀ ਹੈ ਉਹਨੇ ਪੁੱਛਿਆ ਕਿਉਂ ਕਹਿੰਦੇ ਅੱਗੇ ਢਾਲ ਦੇ ਵਿੱਚ ਇੱਕ ਬੜੀ ਵੱਡੀ ਖੂਬੀ ਹੈ ਢਾਲ ਹਮੇਸ਼ਾ ਦੁੱਖਾਂ ਦੇ ਵੇਲੇ ਅੱਗੇ ਆਉਂਦੀ ਹੈ ਸੁੱਖਾਂ ਦੇ ਵੇਲੇ ਪਿੱਛੇ ਲੱਗੀ ਰਹਿੰਦੀ ਹੈ ਉਹ ਕਦੇ ਨਹੀਂ ਕਹਿੰਦੀ ਵੀ ਤੇਰੇ ਸੁੱਖਾਂ ਮੈਂ ਮਾਣਾ ਤੇ ਦੁੱਖ ਤੇਰੇ ਕੋ ਤੂੰ ਆਪ ਮਾਣ ਬਾਕੀ ਸਭ ਚੀਜ਼ਾਂ ਇਤੋਂ ਤੱਕ ਪਰਸ਼ਾਵਾ ਵੀ ਜ਼ਿੰਦਗੀ ਦਾ ਸਾਥ ਛੱਡ ਜਾਂਦਾ ਪਿਆਰਿਓ ਦੁੱਖਾਂ ਵਿੱਚ ਪਰਸ਼ਾਵਾ ਵੀ ਸਾਥ ਨਹੀਂ ਦਿੰਦਾ ਪਰ ਇੱਕ ਢਾਲ ਹੈ ਜਿਹੜੀ ਦੁੱਖਾਂ ਦੇ ਵੇਲੇ ਅੱਗੇ ਆ ਜਾਂਦੀ ਹੈ ਸੁੱਖਾਂ ਦੇ ਵੇਲੇ ਪਿੱਛੇ ਹੋ ਜਾਂਦੀ ਹੈ ਸਾਜਨ ਐਸ਼ਾ ਚਾਹੀਏ ਢਾਲ ਸਰੀਖਾ ਹੋਏ ਦੁੱਖ ਵਿੱਚ ਅੱਗਲ ਹੋਏ ਸੁੱਖ ਵਿੱਚ ਪਛੇ ਹੋਏ ਕਹਿੰਦੇ ਦੁੱਖਾਂ ਵਿੱਚ ਅੱਗੇ ਆ ਜਾਂਦੀ ਸੁੱਖਾਂ ਵਿੱਚ ਪਿੱਛੇ ਰਹਿ ਜਾਂਦੀ ਸੱਜਣ ਔਰ ਸੱਚਾ ਫਿਰ ਇਹ ਝੂਠਾ ਨਹੀਂ ਕੱਲ ਤੇ ਨਾ ਝੂਠੇ ਵਾਅਦੇ ਕਰ ਲੈ ਇਹ ਸੱਜਣ ਹੈ ਸੱਚਾ ਫਿਰ ਅਗਲੀ ਗੱਲ ਇਹ ਪਾਤਸ਼ਾਹ ਹੈ ਅਗਲੀ ਗੱਲ ਇਹ ਪਾਤਸ਼ਾਹ ਹੈ ਜੇ ਤੂੰ ਇਹਦੇ ਕੋਲ ਆਵੇਂਗਾ ਤੇਰੀ ਪਤ ਕੱਜੀ ਜਾਏਗੀ ਛੋਟੀ ਜਿਹੀ ਕੋ ਧਾਰਨ ਦੇ ਦਿਆਂ ਤੁਸੀਂ ਕਿਸੇ ਵੀ ਵੱਡੇ ਛਾ ਦੇ ਕੋਲੋਂ ਆਵੋ ਉੱਥੇ ਦਰਵਾਜ਼ੇ ਵੜਦਿਆਂ ਵੀ ਨਿਕਲਦਿਆਂ ਵੀ ਲੋਕ ਅਕਸਰ ਅੰਦਾਜ਼ਾ ਲਾ ਲੈਣਗੇ ਪਈਆ ਪੈਸੇ ਜਮਾ ਕਰਵਾਉਣ ਗਿਆ ਹੋਵੇਗਾ ਜਾਂ ਲੈਣ ਗਿਆ ਹੋਵੇਗਾ ਕੋਈ ਨਾ ਕੋਈ ਕਰਜ਼ ਨਾਲ ਗੱਲ ਸੰਬੰਧਤ ਹੋਵੇਗੀ ਲੋਕ ਸ਼ੱਕ ਕਰਨਗੇ ਲੇਕਿਨ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿੰਨੀ ਵਧੇਕ ਪੜਦਾ ਜਾਏਗਾ ਲੋਕਾਂ ਦੇ ਮਨਾਂ ਵਿੱਚ ਉਹਦਾ ਉਹਨਾਂ ਵਿਸ਼ਵਾਸ ਬੱਧਦਾ ਜਾਏਗਾ ਕਿਉਂਕਿ ਉਹਦੇ ਕੋਲੋਂ ਆਉਂਦਾ ਜਿਹੜਾ ਪੱਤ ਦਾ ਛਾ ਹੈ ਉਹਦੇ ਤੇ ਵੀ ਇਤਿਹਾਸ ਹੈ ਹੀ ਹੈ ਉਹਦੇ ਤੇ ਵੀ ਲੋਕ ਇਤਬਾਰ ਕਰਨ ਲੱਗ ਪੈਣਗੇ ਜਿਹੜਾ ਗੁਰੂ ਦੇ ਚਰਨਾ ਵਿੱਚ ਜੋ ਆਪਣੇ ਜੀਵਨ ਦੀ ਬਿਰਤੀ ਜੋੜਨ ਲੱਗ ਪੈਂਦਾ ਹੈ ਸਹਬ ਆਖਦੇ ਨੇ ਕਹਿਣ ਲੱਗੇ ਸੱਜਣ ਸੱਚਾ ਪਾਤਸ਼ਾਹ ਇਹ ਬਾਦਸ਼ਾਹ ਨਹੀਂ ਹੈ ਇੱਕ ਪਲ ਮੈਂ ਤੁਹਾਡਾ ਇੱਥੇ ਵੀ ਲਮਾ ਗੁਰੂ ਕੀ ਬਾਣੀ ਵਿੱਚ ਬਹੁਤ ਉਦਾਹਰਨਾ ਜਦੋਂ ਆਉਂਦੀਆਂ ਨੇ ਨਾ ਉਹ ਬਹੁਤੀ ਵਾਰੀ ਸਿੱਖ ਲਈ ਪਾਤਸ਼ਾਹ ਲਈ ਆਉਂਦੀਆਂ ਨੇ ਕੁਝ ਕੋਈ ਬੇਨਤੀਆ ਕਰਾਂ ਸੁਣਿਆ शेख पीर बादशाह बादशाह नहीं है लाख खुशियां बादशाहियां जे सतगुरु नजर करे एते बादशाह नहीं है जिसनु बख्शे सिफत सलाह नानक बादशाह ही बादशाह जिनु सिफत सलाह दा खजाना बख्शिश कर देता तो ओ बादशाह दा बादशाह बन गया लेकिन वो बादशाह नहीं बनया बादशाह नहीं बनया ਹੁਣ ਇੰਨੀਆਂ ਅਣਗਿਣਤ ਪੰਕਤੀਆਂ ਹੋਰ ਵੀ ਆਪਾਂ ਵਿਚਾਰ ਸਕਨੇ ਆ ਪਰ ਸਹਿਬ ਆਖਦੇ ਨੇ ਕਹਿੰਦੇ ਸਜਣਾ ਬਾਦਸ਼ਾਹ ਵਿੱਚ ਤੇ ਪਾਦਸ਼ਾਹ ਵਿੱਚ ਅੰਤਰ ਹੁੰਦਾ ਹੈ ਬਾਦਸ਼ਾਹ ਉਹਨੂੰ ਕਹਿੰਦੇ ਨੇ ਜਿਹੜਾ ਬਦੀ ਦਾ ਸ਼ਾਹ ਹੋਵੇ ਹੋ ਸਕਦਾ ਉਹਨੂੰ ਕੱਲ ਤੇਰੀ ਕਿਰਪਾਨ ਪਾਈ ਚੰਗੀ ਨਾ ਲੱਗਦੀ ਹੋਵੇ ਉਹ ਐਲਾਨ ਕਰ ਦੇ ਵੀ ਜਿਹੜੇ ਕਿਰਪਾਨਾਂ ਵਾਲੇ ਨੇ ਇਹ ਮੈਨੂੰ ਨਜ਼ਰ ਨਹੀਂ ਆਉਣੇ ਚਾਹੀਦੇ ਬਦੀ ਦਾ ਸ਼ਾਹ ਹੈ ਉਹਨੂੰ ਆਪਣੀ ਗੱਲ ਚੰਗੀ ਲੱਗ ਸਕਦੀ ਹੈ ਹੋ ਸਕਦਾ ਕੱਲ ਕੋਈ ਆਪਣੇ ਔਗਣ ਛਪਾਉਣ ਲਈ ਉਹ ਕੱਲ ਤੇਰੇ ਲਈ ਐਲਾਨ ਕਰ ਦੇ ਮੈਨੂੰ ਦਾੜੀਆਂ ਵਾਲੇ ਚੰਗੇ ਨਹੀਂ ਲੱਗਦੇ ਦਾੜੀਆਂ ਵਾਲੇ ਖਤਮ ਹੋਣੇ ਚਾਹੀਦੇ ਨੇ ਮੈਨੂੰ ਪੱਗਾਂ ਵਾਲੇ ਚੰਗੇ ਨਹੀਂ ਲੱਗਦੇ ਮੈਨੂੰ ਜਿਨ੍ਹਾਂ ਦਾ ਲਾਸਟ ਨੇਮ ਸਿੰਘ ਹੈ ਮੈਨੂੰ ਉਹ ਚੰਗੇ ਨਹੀਂ ਲੱਗਦੇ ਅਣਗਿਣਤ ਦੁਨੀਆ ਵਿੱਚ ਇਹੋ ਜਿਹੇ ਆਪਾਂ ਭਾਣੇ ਵਰਤਦੇ ਦੇਖਦੇ ਰਹੇ ਹਾਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਰਿਹਾ ਉਹ ਕਾਰਨ ਇੱਕੋ ਇੱਕ ਸੀ ਕਿਉਂਕਿ ਉਹ ਬਦੀ ਦੇ ਸ਼ਾਹਾਂ ਕੋਲ ਜਾਂਦੇ ਸਨ ਪਰ ਲੇਕਿਨ ਜਿਹੜੇ ਪੱਤ ਦੇ ਸ਼ਾਹਾਂ ਕੋਲ ਜਾਂਦੇ ਸਨ ਜਿਹੜੇ ਪਤ ਦੇ ਸ਼ਾਹਾਂ ਕੋਲ ਜਾਂਦੇ ਸਨ ਉਹਨੇ ਕਦੇ ਕਿਸੇ ਦੀ ਪਤ ਨਹੀਂ ਦੇਖੋ ਹਾਰ ਕੀਤੀ ਇਥੋਂ ਤੱਕ ਦਾ ਜ਼ਿਕਰ ਹੈ ਕਬੀ ਸੰਤੋਖ ਸਿੰਘ ਨੇ ਬੜੇ ਪਿਆਰੇ ਬੋਲ ਲਿਖੇ ਨੇ ਇੱਕ ਅਣਜਾਣ ਬੰਦਾ ਫੌਜ ਵਿੱਚ ਆਇਆ ਹੋਇਆ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਖਲੋ ਕੇ ਇੱਕ ਬੇਨਤੀ ਪੁੱਛਦਾ ਹੈ ਪਾਤਸ਼ਾ ਮੈਂ ਜਦੋਂ ਤੇਰੇ ਸਿੱਖਾਂ ਦਾ ਜੀਵਨ ਵੇਖਣਾ ਪਰ ਜਦੋਂ ਮੈਂ ਜ਼ਾਲਿਮਾਂ ਦਾ ਜੀਵਨ ਵੇਖਣਾ ਮੈਨੂੰ ਦੋਨਾਂ ਦਾ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਇੱਕ ਕਿਰਪਾ ਕਰੋ ਜੀ ਇੱਕ ਬਖਸ਼ਿਸ਼ ਕਰੋ ਜੀ ਮੈਨੂੰ ਇੰਨੀ ਗੱਲ ਦੱਸੋ ਪਾਤਸ਼ਾ ਇਰੇ ਸਿੱਖ ਨੇ ਉਹਨਾਂ ਕੋਲੋਂ ਕੋਈ ਅਣਜਾਣ ਬੱਚੀ ਵੀ ਆ ਜਾਏ ਤੇ ਉਹ ਕਦੇ ਕਿਸੇ ਦੀ ਪਤਖੁਆਰ ਨਹੀਂ ਕਰਦੇ ਉਹਨਾਂ ਨੂੰ ਘਰੇ ਛੱਡ ਕੇ ਆਉਂਦੇ ਨੇ ਜਦ ਕੇ ਕਈ ਵਾਰੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜ਼ਾਲਮ ਬਣ ਕੇ ਲੈ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਵੇਚਦਾ ਰਿਹਾ ਹੈ ਐਸਾ ਕੀ ਕਰਨੇ ਸਤਗੁਰਾਂ ਨੇ ਇੱਕ ਬਚਨ ਆਖੇ ਨੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਬਾਅਦ ਵਿੱਚ ਕੀਆਂ ਨੇ ਇਹ ਗਲਚੀਤਾ ਰੱਖਿਓ ਇਹ ਗੱਲ ਬੱਕਰੀ ਮੈਂ ਸਿਰਫ ਧਾਰਨ ਦਿੱਤੀ ਹੈ ਤੇ ਸਤਗੁਰੂ ਜੀ ਨੇ ਇੱਕ ਬਚਨ ਆਖਿਆ ਸੀ ਉਸੋ ਸਿੱਖ ਇੱਕ ਸਵਾਲ ਕਰਦਾ ਹੈ ਮਾਲਕ ਜੀਓ ਜਿਹੜੇ ਤੇਰੇ ਸਿੱਖ ਨੇ ਉਹ ਕਿਸੇ ਦੀ ਇੱਜ਼ਤ ਕਿਉਂ ਨਹੀਂ ਬਰਬਾਦ ਕਰਦੇ ਸਤਗੁਰ ਜੀ ਨੇ ਜਵਾਬ ਦਿੱਤਾ ਸੁਣ ਬੋਲੇ ਸਤਗੁਰ ਤੇ ਸਵੇਰੇ ਹਮਲੇ ਜਾਨੋਂ ਪੰਥ ਉਚੇਰੇ ਨਹਿ ਅਦੋਗਤ ਵਿਖੇ ਪਹੁੰਚਾਵੇ ਗੁਰੂ ਸ਼ਾਸਤਰ ਇਉਂ ਵਰਜ ਹਟਾਵੇ ਸਤਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਗੁਰ ਐਸਾ ਕਿਉਂ ਕਰਦੇ ਨੇ ਮਾਲਕ ਨੇ ਇੱਕ ਬਚਨ ਆਖਿਆ ਸੀ ਕਹਿਣ ਲੱਗੇ ਮੈਂ ਪੰਥ ਨੂੰ ਏਡਾ ਉੱਚਾ ਲੈ ਕੇ ਜਾਣਾ ਚਾਹੁੰਦਾ ਹਾਂ ਇਹਦੀ ਆਪਣੀ ਧੀ ਪਹਿਣ ਤਾਂ ਗੱਲ ਵੱਖਰੀ ਕੋਈ ਵੀ ਦੁਨੀਆ ਦੀ ਧੀ ਪਹਿਣ ਸਿੱਖ ਨੂੰ ਆਪਣੇ ਕੋਲ ਖਲੋਤਾ ਵੇਖ ਕੇ ਇਹ ਮਾਣ ਕਰ ਸਕੇ ਮੈਂ ਇਸ ਸਿੱਖ ਦੇ ਕੋਲ ਖਲੋਤੀ ਆ ਇਹ ਮੈਨੂੰ ਆਪਣੀ ਧੀ ਤੋਂ ਵਧੀਕ ਧੀ ਚੰਗੀ ਜਾਣ ਕੇ ਆਪਣੇ ਜੀਵਨ ਵਿੱਚ ਹਫਾਜ਼ਤ ਕਰੇਗਾ ਮੇਰੀ ਮੈਂ ਇਹਦੇ ਜੀਵਨ ਦਾ ਕਿਰਦਾਰ ਇਹੋ ਜਿਹਾ ਬਣਾ ਦੇਣਾ ਚਾਹੁੰਦੇ ਤਾਂ ਕਿ ਕੱਲ ਇਹਦੇ ਜੀਵਨ ਵਿੱਚੋਂ ਲੋਕੀ ਇਹ ਵੇਖ ਸਕਣ ਇੱਕ ਉਦਾਹਰਣ ਖੁਰ ਦੇਣੇ ਫਿਰ ਗੱਲ ਇੱਥੋਂ ਸ਼ੁਰੂ ਕਰਨੇ ਡਾਕਟਰ ਦੀ ਲਿਆਕਤ ਕਦੇ ਵੀ ਡਾਕਟਰ ਦੇ ਲੱਗੇ ਹੋਏ ਬੋਰਡਾਂ ਤੋਂ ਨਹੀਂ ਆਉਂਦੀ ਉੱਤੇ ਸਿਰਫ ਡਿਗਰੀਆਂ ਲਿਖੀਆਂ ਹੁੰਦੀਆਂ ਨੇ ਡਾਕਟਰ ਦੀ ਲਿਆਕਤ ਇਸ ਗੱਲ ਤੋਂ ਹੈ ਵੀ ਇਹ ਕਿੰਨੇ ਕੁ ਮਰੀਜ਼ਾਂ ਨੂੰ ਦੇਹ ਅਰੋਗਤਾ ਦਿੰਦਾ ਹੈ ਕਿਸੇ ਵੀ ਮਾਲਕ ਦੀ ਕਿਸੇ ਵੀ ਟੀਚਰ ਦੀ ਕਿਸੇ ਵੀ ਉਸਤਾਦ ਦੀ ਕਦਰ ਇਸ ਗੱਲ ਤੋਂ ਨਹੀਂ ਹੁੰਦੀ ਵੀ ਉਹ ਉਸਤਾਦ ਖੁਦ ਕਿਹੋ ਜਿਹਾ ਹੈ ਉਹਦੀ ਕਦਰ ਇਸ ਗੱਲ ਤੋਂ ਹੈ ਉਹਦੇ ਵਿਦਿਆਰਥੀ ਪੜ੍ਹ ਕੇ ਕਿੱਥੋਂ ਤੱਕ ਪਹੁੰਚ ਗਏ ਨੇ ਅਣਗਿਣਤੇ ਹੋ ਜੀਓ ਉਦਾਹਰਨਾ ਆਪਾਂ ਲੈ ਸਕਦੇ ਹਾਂ ਕਿਸੇ ਵੀ ਫਲ ਦਾ ਕੌੜਾ ਜਾਂ ਮਿੱਠਾ ਹੋਣਾ ਉਹ ਫਲ ਕੋਲ ਨਹੀਂ ਉਹਦੇ ਦਰਖਤ ਕੋਲੋਂ ਨਹੀਂ ਪਤਾ ਲੱਗਿਆ ਕਰਦਾ ਦਰਖਤ ਦੇ ਪੱਤੇ ਖਾ ਕੇ ਕੋਈ ਨਹੀਂ ਕਹਿ ਸਕਦਾ ਅੰਬ ਦਾ ਦਰਖਤ ਮਿੱਠਾ ਹੋਵੇਗਾ ਦਰਖਤ ਦੇ ਫਲ ਜਦੋਂ ਲੋਕੀ ਚੱਖਦੇ ਨੇ ਉਦੋਂ ਕਹਿਣ ਲੱਗ ਪੈਂਦੇ ਨੇ ਆਹ ਅੰਬ ਬੜਾ ਮਿੱਠਾ ਹੈ ਇਹ cetera ਪਿਆਰ ਵਾਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਦੇਖਣੀ ਹੋਵੇ ਤੇ ਨਹੀਂ ਅਣਜਾਣ ਬੰਦੇ ਨੂੰ ਸਮਝ ਲੱਗੇਗੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਅਸਰ ਵੇਖਣਾ ਹੈ ਤਾਂ ਸਿੱਖ ਦੇ ਜੀਵਨ ਵਿੱਚੋਂ ਵੇਖੋ ਸੱਜਣਾ ਇਹਦੀ ਤਾਰੀਫ਼ ਜਰਮ ਲੋਕ ਵੀ ਕਰਦੇ ਨੇ ਇਹਦੀ ਤਾਰੀਫ਼ ਪਾਪੀ ਲੋਕ ਵੀ ਕਰਦੇ ਨੇ ਇਹਦੀ ਤਾਰੀਫ਼ ਇਹਦੇ ਵੈਰੀ ਲੋਕ ਵੀ ਕਰਦੇ ਨੇ ਵਿੱਚ ਸਿੱਖ ਕਿਰਦਾਰ ਦਾ ਇਹਨਾ ਪੱਕਾ ਹੁੰਦਾ ਹੈ ਕਿਉਂਕਿ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਿਆ ਹੋਇਆ ਇਹ ਕਦੇ ਕਿਸੇ ਦੀ ਇੱਜ਼ਤ ਖੁਆਰ ਨਹੀਂ ਕਰਦਾ ਬੇਨਤੀ ਕਰਿਆ ਸਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਤਿਆ ਸੋਹੀ ਹੈ ਸਭਨਾ ਦਾ ਵਿਸਾਹ ਲੋਕ ਤੇਰੇ ਕਿਰਦਾਰ ਤੇ ਕਦੇ ਸ਼ੱਕ ਨਹੀਂ ਕਰਨਗੇ ਇਤਬਾਰ ਕਰਨਗੇ ਛੋਟੀ ਜੀ ਇੱਕ ਗਾਥਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ 1837 ਵਿੱਚ ਲੜਾਈ ਕਰ ਜਾਂਦਾ ਉਸ ਤੋਂ ਬਾਅਦ 1849 ਤੱਕ ਦਸਾਂ ਕੁ ਸਾਲਾਂ ਵਿੱਚ ਸਾਰਾ ਰਾਜ ਬਰਬਾਦ ਹੋ ਕੇ ਉਸ ਪੰਜਾਬ ਦੀ ਧਰਤੀ ਉੱਤੇ ਜਿੱਥੇ ਗੋਰਾ ਕਦਮ ਨਹੀਂ ਸੀ ਰੱਖ ਸਕਦਾ ਉੱਥੇ ਰਾਜ ਕਰਨ ਲੱਗ ਪਿਆ ਸੀ ਉਹਦੇ ਦਰਮਿਆਨ ਮਹਾਰਾਣੀ ਚੰਦ ਕੌਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਅਟਾਰੀ ਆਪ ਜਾਣਦੇ ਹੋ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦਾ ਹਿੰਦੁਸਤਾਨ ਦੀ ਧਰਤੀ ਤੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇੱਕ ਚਿੱਠੀ ਲਿਖਦੀ ਹੈ ਕਹਿੰਦੇ ਕਿ ਸਜਣਾ ਧਿਆਨ ਸਿੰਘ ਡੋਗਰੇ ਨੇ ਲਾਲ ਸਿੰਘ ਡੋਗਰੇ ਨੇ ਗੁਲਾਬ ਸਿੰਘ ਡੋਗਰੇ ਨੇ ਇਹਨਾਂ ਪਾਪੀਆਂ ਨੇ ਜਿਹੜੀਆਂ ਅਥਾਹ ਕੁਰਬਾਨੀਆਂ ਕਰਕੇ ਸਿੱਖੀ ਰਾਜ ਪੈਦਾ ਕੀਤਾ ਅੱਛਾ ਲੱਖ ਸਿੱਖੀ ਰਾਜ ਉਹ ਹੈ ਨਹੀਂ ਸੀ ਗੱਲ ਬਕਰੀ ਹੈ ਮਾਝਾ ਰਣਜੀਤ ਸਿੰਘ ਦੇ ਬਹੁਤ ਖੁਨਾਮੀਆਂ ਸਨ ਇੱਕ ਕਦੇ ਵੱਖਰੀ ਗੱਲ ਹੈ ਪਰ ਜਿਹੜਾ ਰਾਜ ਪੈਦਾ ਕੀਤਾ ਨਾ ਅੱਜ ਉਹਦੇ ਤੇ ਇਹ ਡੋਗਰਿਆਂ ਦੇ ਕਾਰਨ ਅੱਜ ਉਹ ਸਿੱਖੀ ਦੇ ਉਹਨਾਂ ਖਾਲਸਾ ਰਾਜ ਦੇ ਥੰਮ ਡਿੱਗ ਜਾਣ ਦੇ ਕਾਰਨ ਅੱਜ ਉਹ ਰਾਜ ਡਾਵਾ ਡੋਲ ਹੈ ਤੇ ਚੰਦ ਰੋਜ਼ਬਾਦ ਮਹਾਰਾਜਾ ਰਣਜੀਤ ਸਿੰਘ ਮਰਦੇ ਹੋਏ ਇੱਕ ਗੱਲ ਕਹਿ ਕੇ ਗਿਆ ਸੀ ਸਜਣੋ ਭਾਵੇਂ ਕੁਝ ਵੀ ਕਰ ਦਿਓ ਪਰ ਇਸ ਧਰਤੀ ਦੇ ਉੱਤੇ ਕਿਸੇ ਵਿਦੇਸ਼ੀ ਦਾ ਕਬਜ਼ਾ ਨਾ ਜੇ ਹੋਣ ਦਿਓ ਉਹ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਜਿਹੜੀ ਹੈ ਨਾ ਉਹ ਕਬਰਾਂ ਵਿੱਚੋਂ ਕੁਰਲਾਈਗੀ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਮਹਾਰਾਣੀ ਚੰਦਕੌਰ ਨੇ ਇੱਕ ਚਿੱਠੀ ਲਿਖੀ ਤੇ ਉਹਨੂੰ ਧਿਆਨ ਸਿੰਘ ਡੋਗਰੇ ਨੇ ਬੇਸਟ ਕਰਕੇ ਦਰਬਾਰ ਚੋਂ ਕੱਢਿਆ ਆਇਆ ਸੀ ਲਾਹੌਰ ਦਰਬਾਰ ਚੋਂ ਕਿਉਂ ਨਹੀਂ ਮੁੜ ਕੇ ਨਾ ਆਇਆ ਪਰ ਉਹਨੇ ਚਿੱਠੀ ਪੜ੍ਹ ਕੇ ਇੱਕ ਜਵਾਬ ਦਿੱਤਾ ਮਹਾਰਾਣੀ ਚੰਦਕੌਰ ਨੂੰ ਕਹਿਣ ਲੱਗੀ ਭਲੀਏ ਕੋਈ ਸ਼ੱਕ ਨਹੀਂ ਤੁਮ ਵੰਗਾਰ ਪਾਈ ਹੈ ਮੈਂ ਇਸ ਵੇਲੇ ਬੁੱਢਾ ਸ਼ੇਰ ਹੈ ਬਜ਼ੁਰਗ ਹੋ ਚੁੱਕਿਆ ਆਇਆ ਹੈ ਲੰਮਾ ਸਮਾਂ ਹੋ ਗਿਆ ਮੈਂ ਰਾਜ ਦਰਬਾਰ ਤੋਂ ਆਏ ਨੂੰ ਪਰ ਇਸ ਵੇਲੇ ਮੈਂ ਬਜ਼ੁਰਗ ਹਾਂ ਲੇਕਿਨ ਮੈਂ ਤੇਰੇ ਨਾਲ ਇੱਕ ਵਾਦਾ ਕਰਨਾ ਹੈ ਤੂੰ ਮੈਨੂੰ ਬੰਗਾਰ ਪਾਈ ਮੈਂ ਤੇਰੀ ਗੱਲ ਦਾ ਜਵਾਬ ਦੇਵਾਂਗਾ ਇੱਕ ਮੈਂ ਬੇਨਤੀ ਕਰਦਾ ਵੀ ਮੈਂ ਦਰਬਾਰ ਵਿੱਚ ਨਹੀਂ ਆਉਣਾ ਮੈਂ ਦਰਬਾਰ ਵਿੱਚ ਨਹੀਂ ਆਉਣਾ ਤੂੰ ਮੈਨੂੰ ਬਾਹਰ ਜਿੱਥੇ ਮਰਜ਼ੀ ਆਖ ਮੇਰੇ ਲਈ ਕੋਈ ਸੇਵਾ ਲਾ ਤੇ ਮੈਂ ਹਾਜ਼ਰ ਹੋਵਾਂਗਾ ਤੇ ਉਸ ਨੇ ਫਿਰ ਦੁਬਾਰੇ ਜਵਾਬ ਭੇਜਿਆ ਕਹਿਣ ਲੱਗੀ ਸੁਭਰਾਵਾਂ ਦਾ ਜੰਗ ਹੋਣ ਲੱਗਾ ਮੇਰੇ ਕੋਲ ਵਫਾਦਾਰ ਸੂਰਮੇ ਨਹੀਂ ਤੋ ਉਸ ਜੰਗ ਦੇ ਮੈਦਾਨ ਵਿੱਚ ਜਾ ਸ਼ਾਮ ਸਿੰਘ ạtਾਰੀ ਵਾਲਾ ਜੰਗ ਦੇ ਮੈਦਾਨ ਵਿੱਚ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ ਚੱਲਿਆ ਇਹ ਆਖਰੀ ਲੜਾਈਆਂ ਨੇ ਸਿੱਖ ਸਿੱਖਾਂ ਦੀਆਂ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਜਦੋਂ ਉੱਥੇ ਚੱਲਿਆ ਤੇ ਘਰ ਵਾਲੀ ਤੁਰਨ ਲੱਗਿਆ ਇੱਕ ਬਚਨ ਅੱਖ ਦੀ ਕਹਿੰਦੀ ਸਜਣਾ ਇਸ ਘਰੋਂ ਤੂੰ ਕਈ ਵਾਰੀ ਮਹਿੰਮਾਂ ਤੇ ਗਿਆ ਹੈ ਕਈ ਵਾਰੀ ਲੜਾਈਆਂ ਚ ਗਿਆ ਹੈ ਲੇਕਿਨ ਮੈਂ ਤੈਨੂੰ ਕਦੇ ਰੋਕਿਆ ਨਹੀਂ ਮੈਂ ਤੈਨੂੰ ਕਦੇ ਰੋਕਿਆ ਨਹੀਂ ਤੂੰ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਇਨਸਾਨੀਅਤ ਦੇ ਜੰਗ ਵਿੱਚ ਸ਼ਾਮਲ ਹੋਣ ਚੱਲੇ ਆ ਮੈਂ ਤੈਨੂੰ ਕਦੇ ਰੋਕਿਆ ਨਹੀਂ ਪਰ ਅੱਜ ਮੈਂ ਤੇਰੀ ਬਾਹ ਪਕੜ ਕੇ ਇੱਕ ਬਚਨ ਆਖਣੀ ਹੈ ਤੇਰਾ ਜਿਹੜੇ ਸੇਤ ਹੈ ਨਾ ਜਿਹੜੇ ਤੇਰੇ ਹੱਡ ਨੇ ਨਾ ਉਹ ਜੰਗ ਲੜਨ ਵਾਲੇ ਨਹੀਂ ਹੋਣਾ ਔਰ ਸਿੱਖਾਂ ਦੇ ਵਿੱਚ અત્યੰਤ ਗਦਾਰੀ ਹੈ ਇਸ ਵੇਲੇ ਪਛਾਨਣਾ ਔਖਾ ਹੈ ਕੌਣ ਸਰਦਾਰ ਹੈ ਕੌਣ ਗਦਾਰ ਹੈ ਤੈਨੂੰ ਜੰਗ ਲੜਨਾ ਨਹੀਂ ਚਾਹੀਦਾ ਤੈਨੂੰ ਨਹੀਂ ਜਾਣਾ ਚਾਹੀਦਾ ਤੇਰੀ ਸ਼ੂਰਮਤਾਈ ਨੂੰ ਲਾਜ ਲੱਗ ਜਾਏਗੀ ਸ਼ਾਮ ਸਿੰਘ ਟਾਰੀ ਵਾਲੇ ਨੇ ਅੱਜ ਆਪਣੀ ਘਰ ਵਾਲੀ ਨੂੰ ਇੱਕ ਵਚਨ ਆਖਿਆ ਕਹਿਣ ਲੱਗੇ ਭਗਵਾਨੇ ਕੋਈ ਸ਼ੱਕ ਨਹੀਂ ਇਸਤਰੀ ਪੁਰਸ਼ ਦਾ ਜਿਹੜਾ ਜੀਵਨ ਦਾ ਰਿਸ਼ਤਾ ਹੁੰਦਾ ਨਾ ਉਹਨੂੰ ਲੋਕ ਜੀਵਨ ਸਾਥੀ ਆਖਦੇ ਨੇ ਜਿਉਂਦਿਆਂ ਜੀ ਮੇਰਾ ਤੇ ਇਹ ਨਾਲ ਰਿਸ਼ਤਾ ਹੈ ਕੋਈ ਸ਼ੱਕ ਨਹੀਂ ਮੇਰੀ ਜ਼ਿੰਦਗੀ ਦਾ ਹਾਲ ਵੇਖ ਕੇ ਤੇਰੇ ਅੰਦਰ ਤੜਫ ਹੈ ਤੂੰ ਮੈਨੂੰ ਤਾਂ ਦੀ ਰੋਕ ਨਹੀਂ ਹੈ ਮੇਰਾ ਤੇਰੇ ਨਾਲ ਬਹੁਤ ਪਿਆਰ ਹੋਵੇਗਾ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੀ ਅੱਜ ਗੱਲ ਖਾਲਸੇ ਨੇ ਕੀਤੀ ਹੈ ਨਾ ਮੇਰਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਤੇਰੇ ਤੋਂ ਵਧੇਕ ਹੈ ਮੈਂ ਅੱਜ ਤੇਰਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਪਿਆਰ ਤੋਂ ਕੁਰਬਾਨ ਕਰਕੇ ਮੈਂ ਜੰਗ ਦੇ ਮੈਦਾਨ ਵਿੱਚ ਚੱਲਿਆ ਹਾਂ ਹਾਂ ਨਾਲ ਤੈਨੂੰ ਮੈਂ ਇੰਨੀ ਗੱਲ ਦੱਸ ਚੱਲਿਆ ਅੱਜ ਮੈਂ ਇੱਥੋਂ ਹੀ ਆਪਣੀ ਕਿਰਪਾਨ ਨੰਗੀ ਕਰਕੇ ਲੈ ਕੇ ਚੱਲਿਆ ਆ ਮਿਆਨ ਮੈਂ ਤੈਨੂੰ ਦੇ ਚੱਲਿਆ ਜੇ ਤੇ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਦੇ ਮੈਦਾਨ ਵਿੱਚ ਮਰ ਗਿਆ ਮੇਰੀ ਔਲਾਦ ਨੂੰ ਕਹਿਦੀ ਵੀ ਆ ਮਿਆਨ ਪਿਆ ਪੁੱਤਰੋ ਇਹਦੇ ਵਿੱਚ ਕਿਰਪਾਨ ਤੁਸਾਂ ਪਾਉਣੀ ਏ ਤੁਹਾਡਾ ਬਾਪੂ ਬਿਰਧ ਵੇਲੇ ਤੁਹਾਡਾ ਬਾਪੂ ਬਜ਼ੁਰਗ ਸੀ ਉਹ ਜੰਗ ਦੇ ਮੈਦਾਨ ਚ ਮਰ ਗਿਆ ਜਿਵੇਂ ਜਿੱਤ ਕੇ ਆ ਗਿਆ ਤੇ ਇਸ ਮਿਆਂ ਵਿੱਚ ਕ੍ਰਪਾਨ ਮੈਂ ਆਪੇ ਪਾ ਕੇ ਟੰਗ ਲਿਆਂਗਾ ਮੇਰੀ ਬਹਾਦਰੀ ਦਾ ਚਿੰਨ ਹੋਵੇਗਾ ਪਰ ਮੈਂ ਜਾਣਾ ਜ਼ਰੂਰ ਹੈ ਆਖਰਕਾਰ ਜੰਗ ਦੇ ਮੈਦਾਨ ਵਿੱਚ ਚਲਾ ਗਿਆ ਉੱਥੇ ਲਾਲ ਸਿੰਘ ਡੋਗਰਾ ਪਾਪੀ ਹੱਤਦਰਜੇ ਦਾ ਪਾਪੀ ਤੇ ਉਹਨਾਂ ਨੇ ਇੱਕ ਧੋਖਾ ਕੀਤਾ ਧੋਖਾ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਗੁੱਟ ਕੇ ਉੱਤੇ ਹੱਥ ਰੱਖ ਕੇ ਇੱਕ ਬਚਨ ਅਖਵਾਲਿਆ ਕਿਉਂਕਿ ਸਿੱਖ ਗੁਰਬਾਣੀ ਲਈ ਆਪਣਾ ਆਪਾ ਵਾਰ ਦਿੰਦਾ ਹੈ। ਇਹ ਤੇ ਹੁਣ ਸਿੱਖ ਜਾਗਦਾ ਨਹੀਂ ਰਹੇਗਾ। ਆ ਪਿਛਲੇ ਦਿਨਾਂ ਚ 2 ਮਹੀਨੇ ਪਹਿਲਾਂ ਦੀ ਕਹਾਣੀ ਹੈ। ਮੈਂ ਇੱਕ ਸ਼ਰਬਰੋਧੀ ਨਹੀਂ ਪਰ ਮੈਂ ਸੱਚੀ ਗੱਲ ਕਹਿਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਬਰੀ ਬੇਅਦਬੀ ਹੋਈ। ਬਾਕੀ ਦੀ ਗੱਲ ਛੱਡਿਏ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਜونی ਸਰਕੀ। ਸਾਡੇ ਜਥੇਦਾਰਾਂ ਅਖੋਤੀ ਜਥੇਦਾਰਾਂ ਦੇ ਸਿਰ ਤੇ ਜونی ਸਰਕੀ। ਉਹਨਾਂ ਨੂੰ ਪਤਾ ਵੀ ਤੱਕ ਨਹੀਂ ਲੱਗ ਸਕਿਆ। ਲੇਕਿਨ ਇੱਕ ਵਕਤ ਦਾ ਵਕਤ ਦਾ ਸਾਧ ਹਾਲਾਂਕਿ ਪਤਾ ਨਹੀਂ ਕਿਸੇ ਲਜੀਵਨ ਕਿ ਹੋ ਜਾ ਕਿਸੇ ਲਜੀਵਨ ਕਿ ਹੋ ਜਾ ਨਹੀਂ ਤੇ ਗੁਰੂ ਜਾਣੀ ਕਿਸੇ ਲਜੀਵਨ ਕਿ ਹੋ ਜਾ ਕਪੜੇ ਪਾਣੇ ਬੜੇ ਸੁੱਖੇ ਹੁੰਦੇ ਨੇ ਲੇਕਿਨ ਉਹ ਗੱਲ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਉਹ ਚੜਾਈ ਕੀਤਾ ਉਹ ਚੜਾਈ ਕੀਤਾ ਲੇਕਿਨ ਪੰਜਾਬ ਦੀ ਧਰਤੀ ਇਉਂ ਲੱਗਦਾ ਸੀ ਟੀਵੀ ਦੇ ਉੱਤੇ ਜਿਵੇਂ ਸਾਰਾ ਪੰਜਾਬ ਮੁੜ ਕੇ ਜਲ ਉੱਠਿਆ ਹੋਵੇ ਚੰਗੀਆਂ ਰੂਹਾਂ ਕਰਲਾ ਉੱਠੀਆਂ ਹੋ ਬਣਾ ਲੇਕਿਨ ਸਿੱਖ ਨੂੰ ਇੰਨਾ ਪਤਾ ਨਹੀਂ ਹੈ ਸਿੱਖ ਨੂੰ ਇਹ ਗੱਲ ਦਾ ਵਿਸ਼ਵਾਸ ਨਹੀਂ ਹੈ ਸਜਣਾ ਜਿਸਦਨ ਤੇਰੇ ਕੋਈ ਗੁਰੂ ਦੀ ਬੇਅਦਬੀ ਕਰਦਾ ਤੈਨੂੰ ਅੱਜ ਉਹਦਾ ਸ਼ੇਕ ਤੱਕ ਨਹੀਂ ਲੱਗਦਾ ਤੇਰੇ ਘਰ ਵਿੱਚ ਆ ਪੁਰਾਣਾ ਇਤਿਹਾਸ ਇੱਕ ਗੱਲ ਦੱਸਦਾ ਵੀ ਜਦੋਂ ਸਾਬਜਾਦੇ ਸ਼ੀਰੋ ਅਜਸਨ ਸਾਬਜਾਦੇ ਜਦੋਂ ਸ਼ੀਰੋ ਅਜਸਨ ਉਦੋਂ ਸਰਹੰਦ ਦੇ ਉਸ ਇਲਾਕੇ ਵਿੱਚ ਕਈ ਦਿਨ ਲੋਕਾਂ ਨੇ ਰੋਟੀ ਨਹੀਂ ਸੀ ਪਕਾਈ ਕਈ ਦਿਨ ਲੋਕਾਂ ਨੇ ਰੋਟੀ ਨਹੀਂ ਸੀ ਪਕਾਈ ਔਰ ਬਹੁਤ ਲੰਮਾ ਸਮਾਂ ਜਦੋਂ ਉਹ ਦਿਨ ਮਨਾਏ ਜਾਂਦੇ ਸਨ ਖਾਲਸੇ ਵੱਲੋਂ ਉਹ 4-5 ਦਿਨ ਲੋਕ ਥੱਲੇ ਧਰਤੀ ਤੇ ਪੈ ਕੇ guzara ਕਰਦੇ ਸਨ ਭਾਵੇਂ ਰਜਾਈਆਂ ਲੈਂਦੇ ਸਨ ਪਰ ਉਹਨਾਂ ਦਿਨਾਂ 'ਚ ਬਿਸਤਰਿਆਂ ਤੇ ਨਹੀਂ ਸਨ ਪੈਂਦੇ ਸਤਿਗੁਰੂ ਤੇਰੇ ਲਾਡ ਲਿਆਂ ਦੀਆਂ ਲਾਸ਼ਾਂ ਇੱਥੇ ਪਈਆਂ ਸਨ ਔਰ ਲੋਕ ਉਹਨਾਂ ਦਿਨਾਂ ਵਿੱਚ ਚੰਗੀ ਰੋਟੀ ਨਹੀਂ ਸੀ ਬਣਾਉਂਦੇ ਤਾਂ ਕਿ ਇਹਨਾਂ ਦਿਨਾਂ ਵਿੱਚ ਮੇਰੇ ਕਲਗੀਧਰ ਦੇ ਸਹਬਜ਼ਾਦੇ ਲਖਤੇ ਜ਼ਿਕਰਸ਼ੀਰ ਹੋਏ ਨੇ ਔੜੀ ਔੜੀ ਦਰਦ ਸਾਨੂੰ ਭੁੱਲਦਾ ਜਾਂਦਾ ਹੈ ਖਰ ਜਿਹੜੀ ਬੇਨਤੀ ਕਰਿਆ ਸਾਂ ਫਿਰ ਉਹਦੇ ਵੱਲ ਤਵੱਜੋ ਦਿਓ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਗੁਟਕੇ ਉੱਤੇ ਹੱਥ ਰੱਖ ਕੇ ਇੱਕ ਕਸਮ ਖਵਾ ਲਈ ਗਈ ਕੰਢ ਗਏ ਇੱਕ ਕਸਮ ਖਾਏ ਇੱਥੇ ਆ ਕੇ ਇਹ ਬਚਨ ਕਰ ਭਈ ਭਾਵੇਂ ਕੋਈ ਮੁਸੀਬਤ ਬਣ ਜਾਏ ਮੈਂ ਜੰਗ ਦੇ ਮੈਦਾਨ ਵਿੱਚ ਗੁਰੂ ਦੇ ਸਿੱਖਾਂ ਨੂੰ ਪਿੱਠ ਦਿਖਾ ਕੇ ਨਹੀਂ ਜਾਵਾਂਗਾ ਮਰ ਜਾਾਂਗਾ ਇੱਥੇ ਹੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਆਖਰੀ ਥੰਮ ਹੈ ਇਹ ਮੁੜ ਕੇ ਜਾਨ ਇਹ ਪਾ ਸਕਦੇ ਨਹੀਂ ਸੂਰਮੇ ਤੇ ਉਹਨੇ ਆਖਿਆ ਠੀਕ ਹੈ ਮੈਂ ਬਚਨ ਕਰਨਾ ਗੁਟਕੇ ਤੇ ਹੱਥ ਰੱਖ ਕੇ ਉਹਨੇ ਇੱਕ ਕਸਮ ਖਾਦੀ ਗੁਰੂ ਨਾਲ ਵਾਅਦਾ ਕੀਤਾ ਤੇ ਅਰਦਾਸ ਕੀਤੀ ਪਾਤਸ਼ਾਹ ਸ਼ਾਮ ਸਿੰਘ ਦੀਆਂ ਦੋਈ ਚੀਜ਼ਾਂ ਜਾਣੇ ਤੁਮ ਜਿਹੜੀ ਤੈਨੂੰ ਮਨਜ਼ੂਰ ਹੈ ਉਹ ਵੇਚ ਦੇਈ ਜਾਂ ਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਲਾਸ਼ ਜਾਵੇ ਤੁਮ ਜਾਂ ਫਿਰ ਸ਼ਾਮ ਸਿੰਘ ਅਟਾਰੀ ਵਾਲਾ ਜਿੱਤ ਕੇ ਜਾਵੇ ਤੁਮ ਮੈਂ ਤੇਰੇ ਨਾਂ ਨੂੰ ਲਾਜ ਨਹੀਂ ਲਵਾਉਣੀ ਚਾਹੁੰਦਾ ਕੋਈ ਇਹ ਨਾ ਕਦੇ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਦੇ ਗद्दार ਨਿਕਲ ਗਿਆ ਸੀ ਇਹ ਨਾ ਕੋਈ ਕਦੇ ਤੁਪਾਟ ਸ਼ਾਹ ਹਸਰ ਪਾਟਸ਼ੀਆਂ ਕਲ ਤੇਰੀ ਸ਼ਖਸੀਅਤ ਨੂੰ ਕੋਈ ਦਾਗੀ ਨਾ ਕਰੇ ਆਖਰਕਾਰ ਜੰਗ ਲੜਨਾ ਸ਼ੁਰੂ ਹੋ ਗਿਆ ਲੜਦਿਆਂ ਲੜਦਿਆਂ ਉਸ ਵੇਲੇ ਰੱਬ ਦਾ ਸਬਬ ਬਣਿਆ ਇਹਨਾਂ ਨੇ ਅਸਲਾ ਮੁਕਿਆ ਲਾਲ ਸਿੰਘ ਨੇ ਤੇ ਇਹਨਾਂ ਪਾਪੀਆਂ ਨੇ ਜਿਹੜਾ ਅਸਲਾ ਸੀ ਉਹ ਅਸਲੇ ਦੀ ਬਜਾਏ ਸਰੋਂ ਦੀਆਂ ਬੋਰੀਆਂ ਜੰਗ ਦੇ ਮੈਦਾਨ ਵਿੱਚ ਭੇਜ ਦਿੱਤੀਆਂ ਤੇ ਸਰੋਂ ਦੀਆਂ ਬੋਰੀਆਂ ਨੇ ਥੋੜਾ ਲੜਨਾ ਸੀ ਆਖਰਕਾਰ ਸ਼ਾਮ ਸਿੰਘ ਅਟਾਰੀ ਵਾਲਾ ਲੜਦਾ ਹੋਇਆ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ ਮੈਂ ਪਤਲੀ ਗੱਲ ਕਰ ਰਿਹਾ ਤੁਹਾਡੇ ਨਾਲ ਸ਼ਹੀਦ ਹੋ ਗਿਆ ਹੈਡਰਿੰਗ ਉਸ ਸ਼ੈਲ ਉਸ ਅੰਗਰੇਜ਼ ਦਾ ਨਾਮ ਹੈ ਜਿਹਨੇ ਪਹਿਲੀ ਵਾਰੀ ਇਹ ਜਿੱਤਦਾ ਆ ਉਸ ਵੇਲੇ ਕੋਲ ਖਲੋਤਾ ਸੀ ਉਹ ਸ਼ਾਮ ਸਿੰਘ ਅਟਾਰੀ ਦੇ ਪੈਰਾਂ ਵਾਲੇ ਪਾਸੇ ਜਾ ਕੇ ਖਲੋ ਗਿਆ ਉਸੇ ਵੇਲੇ ਇੱਕ ਗੁਰਾ ਆਇਆ ਉਹਨੇ ਇੱਕ ਸ਼ਰਾਬ ਦਾ ਜਾਮ ਸ਼ਰਾਬ ਦਾ ਪਿਆਲਾ ਲਿਆ ਕੇ ਉਹਨੂੰ ਦਿੱਤਾ ਕਹਿਣ ਲੱਗੇ ਸੱਜਣਾ ਤੂੰ ਖੁਸ਼ੀ ਮਨਾ ਜਿਸ ਪੰਜਾਬ ਦੀ ਧਰਤੀ ਤੇ ਤੇਰੇ ਪੈਰ ਨਹੀਂ ਸੀ ਪੈਣ ਦਿੱਤਾ ਜਾਂਦਾ ਜਿਹੜੇ ਬਹਾਦਰ ਤੈਨੂੰ ਰੋਕਦੇ ਸਨ ਅੱਜ ਉਹਨਾਂ ਬਹਾਦਰਾਂ ਦਾ ਆਖਰੀ ਥੰਮ ਵੀ ਤੂੰ ਖਤਮ ਕਰ ਦਿੱਤਾ ਤੂੰ ਪੰਜਾਬ ਦੀ ਧਰਤੀ ਉੱਤੇ ਪੈਰ ਰੱਖਣ ਲੱਗਿਆ ਰਾਜ ਤੇਰਾ ਹੋ ਗਿਆ ਜਸ਼ਨ ਮਨਾ ਖੁਸ਼ੀ ਮਨਾ ਉਹਨੇ ਸ਼ਰਾਬ ਦਾ ਪਿਆਲਾ ਲਾਮੇ ਕਰ ਦਿੱਤਾ ਅੱਖਾਂ ਵਿੱਚ ਪਾਣੀ ਆ ਗਿਆ ਅੱਖਾਂ ਵਿੱਚ ਪਾਣੀ ਆਇਆ ਤੇ ਆਖਰ ਉਹ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸਲੂਟ ਮਾਰ ਕੇ ਇੱਕ ਬਚਨ ਕਹਿਣ ਲੱਗਿਆ ਉਹ ਪੰਜਾਬ ਦੇ ਆ ਸ਼ੇਰਾ ਉਹ ਗੁਰੂ ਗੋਬਿੰਦ ਸਿੰਘ ਦੇ ਆ ਸ਼ੇਰਾ ਉਹ ਗੁਰੂ ਗ੍ਰੰਥ ਸਾਹਿਬ ਦੇ ਆ ਸ਼ੇਰਾ ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ ਮੈਨੂੰ ਆਪਣੀ ਜਿੱਤ ਤੇ ਵੀ ਸ਼ਰਮਿੰਦਗੀ ਮੈਂ ਜਿੱਤਿਆ ਨਹੀਂ ਮੈਨੂੰ ਜਿਤਾਇਆ ਗਿਆ ਉਹ ਤੈਨੂੰ ਤੇਰੇਆਂ ਹੀ ਧੋਖਾ ਦੇ ਕੇ ਮਾਰ ਲਿਆ ਸਿਰਫ ਇਤਨੀ ਬੇਨਤੀ ਕਰਦਾ ਸਾਂ ਜਿਹੜੇ ਜਿੱਤ ਵੀ ਜਾਂਦੇ ਸਨ ਸੱਜਣੋਂ ਉਹ ਵੀ ਤੁਹਾਡੇ ਪੈਰਾਂ ਵਾਲੇ ਪਾਸੇ ਖਲੋ ਕੇ ਸਲੂਟ ਮਾਰ ਕੇ ਜਾਂਦੇ ਸਨ ਜੇ ਤੈਨੂੰ ਗਦਾਰ ਨਾ ਮਾਰੇ ਤੈਨੂੰ ਕੋਈ ਰੱਬ ਤੋਂ ਬਿਨਾ ਕਰਤਾਰ ਤੋਂ ਬਿਨਾ ਤੈਨੂੰ ਕੋਈ ਮਾਰੇਗਾ ਨਹੀਂ ਤੈਨੂੰ ਮਾਰਦਾ ਜਦੋਂ ਗਦਾਰ ਮਾਰਦਾ ਸਿਰਫ ਇਤਨੀ ਅਰਜ਼ ਕਰ ਰਿਹਾ ਅਸਾਂ ਮੈਂ ਉਸ ਸ਼ਾਹ ਦੇ ਚਰਨਾਂ ਵਿੱਚ ਜੁੜਿਆ ਹੋਇਆ ਜਿਹੜੇ ਸਿੱਖ ਇੱਕ ਵਾਰੀ ਗੁੱਟ ਕੇ ਤੇ ਹੱਥ ਰੱਖ ਕੇ ਕਸਮ ਖਾ ਲੈਣ ਉਹ ਜ਼ਿੰਦਗੀ ਤਿਆਗ ਸਕਦੇ ਨੇ ਪਰ ਇਸ ਦਰ ਨੂੰ ਕਦੇ ਲਾਜ ਨਹੀਂ ਲਾਉਂਦੇ ਕਿਉਂਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਤੇਰੇ ਤੋਂ ਵੱਡਾ ਮੈਨੂੰ ਕੋਈ ਸ਼ਾਹ ਨਹੀਂ ਮਿਲਦਾ ਹਾਂ ਇੱਕ ਬੇਨਤੀ ਹੋਰ ਕਰਾਂ ਦੁਨੀਆ ਦੇ ਅੰਦਰ ਤੁਸੀਂ ਕਿਸੇ ਵੀ ਸ਼ਾਹ ਨੂੰ ਦੇਖਿਓ ਉਹਦੀ ਇੱਕ ਤਮੰਨਾ ਹੋਏਗੀ ਉਹਦੀ ਇੱਕ ਲਾਲਸਾ ਹੋਏਗੀ ਉਹ ਜਿਹੜੇ ਬੰਦੇ ਨੂੰ ਮੈਂ ਆਪਣੇ ਵੱਲੋਂ ਮਦਦ ਦੇ ਕੇ ਅੱਗੇ ਤੋਰ ਰਿਹਾ ਹਾਂ ਕੋਈ ਵੀ ਦੁਨੀਆ ਦਾ ਤਰੀਕਾ ਐਸਾ ਨਾ ਹੋਵੇ ਵੀ ਕਦੇ ਇੱਕ ਖੁਦਸ਼ਾਹ ਬਣ ਕੇ ਬੈਠ ਜਾਏ। ਉਹਦੀ ਤਮਨਾ ਹੋਏਗੀ ਵੀ ਮੈਂ ਇਹਨੂੰ ਕਦੇ ਸ਼ਾਹ ਨਾ ਬਣਨ ਦੇ ਆ। ਕੁਝ ਕੋਈ ਇਤਿਹਾਸ ਵਿੱਚੋਂ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਜ਼ਿਕਰ ਲੇਕਿਨ ਗੁਰੂ ਘਰ ਦੀ ਏਡੀ ਮਹਾਨ ਵਡਿਆਈ ਹੈ। ਜਿੰਨਾ ਵੱਡਾ ਗੁਰੂ ਨਾਨਕ ਪਾਤਸ਼ਾਹ ਸ਼ਾਹ ਹੈ। ਉਹਨੇ ਉਹਦਾ ਹੀ ਵੱਡਾ ਧੰਨ ਗੁਰੂ ਅੰਗਦ ਸਾਹਿਬ ਸ਼ਾਹ ਬਣਾ ਲਿਆ। ਕੋਈ ਅੰਤਰ ਨਹੀਂ ਰੱਖਿਆ ਕੋਈ ਦਾਤ ਲਕੋਕੇ ਨਹੀਂ ਰੱਖਿਆ। ਮੈਂ ਜਨ ਗੁਰੂਆਂ ਦੀ ਗੱਲ ਵਿੱਚੋਂ ਨਾ ਕਰਾਂ ਕਈ ਵਾਰੀ ਢੋਹਾਈਏ ਤੁਹਾਡੇ ਨਾਲ ਸਿੱਖਾਂ ਦੀ ਗੱਲ ਕਰਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਜ ਦੇ ਬਿਲੇ ਇੱਕ ਵਪਾਰੀ ਕਿਸੇ ਵਪਾਰ ਵਿੱਚੋਂ ਘਾਟਾ ਖਾ ਕੇ ਪ੍ਰਿੰਸੀਪਲ ਸੁਖਬੀਤ ਸਿੰਘ ਨੇ ਬੜੀ ਪਿਆਰੀ ਕਹਾਣੀ ਲਿਖੀ ਹੈ ਪਰ ਮੈਂ ਤੇ ਮੇਰਾਨ ਕਿਤਾਬ ਦੇ ਵਿੱਚ ਉਹ ਸਾਰਾ ਕੁਝ ਬਰਬਾਦ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਭਾਂਡੇ ਮੰਜ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨ ਲੱਗ ਪਿਆ ਸ਼ਹਿਨ ਵੀ ਕਿਹਾ ਥੋੜੇ ਦਿਨ ਭਾਂਡੇ ਮਾਂਜਦੇ ਆ ਉਹਦੇ ਮਨ ਦੀ ਮੈਲ ਲੱਥੀ ਹਜ਼ੂਰ ਇੱਕ ਦਿਨ ਕੋਲ ਖਲੋਗੇ ਕਹਨਗੇ ਸ਼ਹਾ ਜਿਹਨੇ ਤੇਰੇ ਕਾਰੋ ਵਿਹਾਰ ਨਹੀਂ ਜਿਹੜੇ ਤੇਰੇ ਹਾ ਪਾਬਨੇ ਉਹ ਭਾਂਡੇ ਮਾਂਜਣ ਵਾਲੇ ਤੇ ਨਹੀਂ ਲੱਗਦੇ ਤੂੰ ਗੱਲ ਦਸ ਵਿੱਚੋਂ ਕੀ ਹੈ ਖਲੋ ਗਿਆ ਕਹਿਣ ਲੱਗੇ ਪਤਸ਼ਾ ਮੈਂ ਤੇਰੇ ਦਰ ਦਾ ਹੀ ਸੇਵਕ ਸਾ ਮਾਇਆ ਆਈ ਮਾਇਆ ਨੇ ਇਤਨਾ ਦਿਮਾਗ ਪਰਮਾ ਦਿੱਤਾ ਇਤਨਾ ਮਨ ਭਟਕ ਗਿਆ ਮੇਰਾ ਤੇ ਤੇਰੇ ਚਰਨਾਂ ਨੂੰ ਛੱਡ ਬੈਠਾ ਸਭ ਕੁਝ ਬਰਬਾਦ ਹੋ ਗਿਆ ਕੋਈ ਦਰ ਨਾ ਲੱਭਿਆ ਜਿੱਥੇ ਜਾ ਕੇ ਮੈਂ ਰੋਟੀ ਖਾ ਸਕਦਾ ਹੋਵਾਂ ਜਿੱਥੇ ਜਾ ਕੇ ਮੈਂ ਸਿਰ ਛਪਾ ਸਕਦਾ ਹੋਵਾਂ ਇੱਕ ਤੇਰਾ ਦਰ ਲੱਭਿਆ ਤੇਰੇ ਦਰ ਤੇ ਆ ਗਿਆ ਤੇ ਇੱਥੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਨ ਲੱਗ ਪਿਆ ਸਾਬ ਹੱਸ ਕੇ ਕਹਿਣ ਲੱਗੇ ਅੱਜ ਤੋਂ ਬਾਅਦ ਭੁਲੇਖੇ ਵਿੱਚ ਨਾ ਰਹੀਂ ਹਜ਼ੂਰ ਨੇ ਕੋੜੋਂ ਪੈਸੇ ਦਿੱਤੇ ਕਭੀ ਸੰਤੋਖ ਸਿੰਘ ਨੇ 25 ਕੁ ਦਮੜਿਆਂ ਦਾ ਜ਼ਿਕਰ ਕੀਤਾ 25 ਕੁ ਦਮੜੇ ਦੇ ਕੇ ਉਹਨੂੰ ਫਿਰ ਦੁਬਾਰੇ ਬਚਨ ਆਖਿਆ ਵੀ ਜਾ ਗੁਰੂ ਨੂੰ ਚੇਤਾ ਰੱਖੀ ਵਪਾਰ ਫਿਰ ਸ਼ੁਰੂ ਕਰ ਦਿੱਲੀ ਵਿੱਚ ਆ ਕੇ ਉਹਨੇ ਆਠਵੀਂ ਦੁਕਾਨ ਫਿਰ ਕਰ ਲਈ ਅੱਜ ਕਮ ਹੋਰ ਕੱਲ ਕਮ ਹੋਰ ਵਾਧਾ ਵਾਧਾ ਫਿਰ ਉਮੀਦ ਵੱਧ ਗਿਆ ਇੱਕ ਵਕਤ ਆਇਆ ਸਤਗੁਰੂ ਦੀ ਬਾਣੀ ਦਾ ਬੱਚਾ ਨੇ ਤਿੱਤਰ ਮੂਲ ਨਾ ਥੁੜੀ ਦਿਓ ਹੁਣ ਅਗਲੀ ਪੰਕਤੀ ਬੜੀ ਪਿਆਰੀ ਹੈ ਏ ਨਹੀਂ ਵੀ ਜਿੰਨਾ ਚਿਰ ਤੂੰ ਕਮਾਈ ਕਰਦਾ ਉਹਨਾਂ ਚਿਰ ਨਹੀਂ ਥੋੜੇਗਾ। ਇਹ ਨਹੀਂ ਜਿੰਨਾ ਚਿਰ ਤੂੰ ਅਜੇ ਆਪਣੀ ਬਜ਼ੁਰਗੀ ਦੇ ਵੇਲੇ ਨਹੀਂ ਗਿਆ ਜਿੰਨਾ ਚਿਰ ਤੂੰ ਰਿਟਾਇਰ ਨਹੀਂ ਹੋਇਆ ਛੇਰ ਉਹਨਾਂ ਚਿਰ ਨਹੀਂ ਕੁਝ ਥੋੜੇਗਾ। ਨਹੀਂ ਸਹਿਬ ਕਹਿੰਦੇ ਨਹੀਂ ਚ ਚਿਰ ਮੂਲ ਇਹਨਾ ਥੁੜੀਂ ਜੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਂਹੇ ਖਰਚ ਧਨ ਮਾਨ ਤੇਰੀ ਜ਼ਿੰਦਗੀ ਚ ਕਦੇ ਕਮੀ ਨਹੀਂ ਆਵੇਗੀ ਜਿੰਨਾ ਚਿਰ ਤੇਰੇ ਉੱਤੇ ਗੁਰੂ ਦੀ ਮਿਹਰ ਭਰੀ ਨਜ਼ਰ ਹੋਈ। ਕੰਮ ਕਾਰੋ ਬਿਆਰੋ ਮੇਰਾ ਬੱਧਾ ਗਿਆ। ਆਖਰਕਾਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਇੱਕ ਪੰਡਿਤ ਆਉਂਦਾ ਹੈ ਉਹ ਆ ਕੇ ਬੇਨਤੀ ਕਰਦਾ ਵੀ ਮੇਰੀ ਲੜਕੀ ਦੀ ਸ਼ਾਦੀ ਕਰਨੀ ਹੈ ਇਤਨੀ ਵੀ ਅਰਜ਼ ਕਰਦਿਆਂ ਅੱਜ ਤੇ ਮੈਂ ਵੇਖਣਾ ਹੈ ਮੇਰੀ ਸ਼ਰਣੀ ਵਿੱਚੋਂ ਨਾ ਕਈ ਕਥਾ ਬਚਕਨੇ ਜਾਂ ਕੀਰਤਨੀਆਂ ਨੇ ਉੱਥੋਂ ਬੜਾ ਪੈਸਾ ਲੁੱਟ ਕੇ ਲੈ ਕੇ ਜਾਂਦੇ ਨੇ ਮੈਂ ਲੁੱਟ ਕੇ ਹੀ ਕਮਾਂਗਾ ਤੇ ਉਹਨਾਂ ਦਾ ਸਾਫ਼ ਕਿਤਾਬ ਵੀ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਇੱਥੇ ਕਹਿ ਦਿੰਦੇ ਨੇ ਜੀ ਅਸੀਂ ਲੜਕੀਆਂ ਦੀ ਸ਼ਾਦੀ ਕਰਨੀ ਹੈ 21 ਲੜਕੇ ਨਹੀਂ 50 ਲੜਕੇ ਦੀ ਸ਼ਾਦੀ ਕਰਨੀ ਹੈ ਔਰ ਘਰਾਨ ਹੋ ਬੋਗੇ ਤੁਸੀਂ ਵੀ ਇਹ ਲੋਕ ਹਰੇਕ ਪੰਜਾਂ ਸਾਲਾਂ ਬਾਅਦ ਟ੍ਰੈਂਡ ਚੇਂਜ ਕਰ ਲੈਂਦੇ ਨੇ ਕੱਲ ਸਕੂਲ ਕਾਲਜ ਖੋਲਦੇ ਸਨ ਹੁਣ ਜਦੋਂ ਲੋਕ ਪੁੱਛਣ ਲੱਗੇ ਵੀ ਉੱਥੋਂ ਦੇ ਵਿਦਿਆਰਥੀ ਪੜ੍ਹਿਆ ਤਾਂ ਕੋਈ ਆਇਆ ਨਹੀਂ ਤੁਹਾਡਾ ਤੇ ਕਹਿੰਦੇ ਸਕੂਲ ਕਾਲਜ ਬੰਦ ਕਰਤੇ ਹੁਣ ਅਸੀਂ ਅनाथ ਬੱਚੀਆਂ ਦੇ ਜਿਹੜੀਆਂ ਵਿਚਾਰੀ ਗਰੀਬ ਬੱਚੀਆਂ ਨੇ ਉਹਨਾਂ ਦੇ ਆਨੰਦ ਕਾਰਜ ਕਰਾਉਣੇ ਆ ਔਰ ਇੱਕ ਥਾਂ ਤੇ ਆਨੰਦ ਕਾਰਜ ਕਰਵਾ ਕੇ ਇੱਕ ਥਾਂ ਤੇ ਵੀਡੀਓ ਬਣਾ ਕੇ 10 ਦੇਸ਼ਾਂ ਵਿੱਚ ਮੇਰੇ ਉਗਰਾਹੀ ਦੱਸਦੀ ਕੀਤੀ ਇੱਕ ਦੀ ਲਾਤੀ ਇਹ ਤੋਂ ਬਿਹਤਰ ਚੰਗਾ ਹੋਰ ਕੀ ਹੋ ਸਕਦਾ ਹੈ ਮੈਂ ਬੇਨਤੀ ਕਰਾਂ ਬਹੁਤ ਬਾਰੀ ਜਿੰਨਾ ਵੀ ਪੰਜਾਬ ਦੀ ਧਰਤੀ ਤੇ ਅਨਰਥ ਹੋਇਆ ਅੱਜ ਤੁਸੀਂ ਸ਼ਰਧਾ ਦੇ ਨਾਲ ਅਨੰਦਪੁਰ ਸਾਹਿਬ ਦੇ ਸਥਾਨ ਤੇ ਜਾ ਕੇ ਦਰਸ਼ਨ ਕਰਕੇ ਦੇਖਿਓ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਉਹ ਦੇਹ ਧਾਰੀ ਡੇਰੇ ਨੇ ਚਾਰੇ ਪਾਸੇ ਦੇਹ ਧਾਰੀ ਡੇਰੇ ਨੇ ਹਜ਼ੂਰ ਸਾਹਿਬ ਜਾ ਕੇ ਦੇਖੋ ਤੁਹਾਡਾ ਕਲੇਜਾ ਬਲ ਉੱਠੇਗਾ ਜੇ ਤੁਸੀਂ ਸ਼ਰਧਾ ਨਾਲ ਦਰਸ਼ਨ ਕਰੋਗੇ ਜਿਹੜਾ ਗੁਰੂ ਦਾ ਸਥਾਨ ਹੈ ਉਹ ਬਿਲਕੁਲ ਸਿੰਪਲ ਹੈ ਜਿਹੜਾ ਗੁਰੂ ਕਾ ਨੰਗਰ ਹੈ ਉਹ ਬਿਲਕੁਲ ਸਿੰਪਲ ਹੈ ਹਾਲਾਂਕਿ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਨੇ ਅਸੀਸਾਂ ਦੇ ਕੇ ਮਹਾਨ ਜਰਨੈਲ ਬਣਾ ਕੇ ਤੋਰਿਆ ਉਹ ਬਿਲਕੁਲ ਸਿੰਪਲ ਹੈ ਹਜ਼ੂਰ ਸਾਹਿਬ ਦਾ ਤਖਤ ਬਿਲਕੁਲ ਸਿੰਪਲ ਹੈ ਉਹਦੇ ਨਾਲ ਕਿਸੇ ਸੰਤ ਦਾ ਸਥਾਨ ਹੈ ਉਹ 5 ਸਟਾਰ ਵਰਗਾ ਬਣਿਆ ਹੋਇਆ ਹੈ ਮੈਨੂੰ ਸਮਝ ਨਹੀਂ ਲੱਗਦੀ ਅਸੀਂ ਗੁਰੂ ਦੀ ਵਡਿਆਈ ਕਰਦੇ ਜਾਂ ਤੁਹੀਨ ਕਰਨੇ ਔਰ ਇਸ਼ਾਰਾ ਕੁਝ ਤੁਹਾਡੇ ਵੱਲੋਂ ਗਈ ਹੋਈ ਮਾਇਨੇ ਨਾਲ ਹੁੰਦਾ ਇਨਾ ਅੱਖ ਵੀ ਮੈਂ ਡਾਡ ਨਹੀਂ ਲੈਂਦਾ ਮੈਂ ਵੀ ਡਾਡ ਲੈਣਾ ਪਰ ਮੈਂ ਇਹਨਾਂ ਡਾਡਾਂ ਦੇ ਵਿੱਚੋਂ ਕਦੇ ਨਹੀਂ ਤੁਹਾਨੂੰ ਲਾਰਾ ਲਾ ਕੇ ਜਾਵਾਂਗਾ ਕਿ ਮੈਂ ਕੋਈ ਸਕੂਲ ਕਾਲਜ ਖੋਲਦਾ ਜਾਂ ਕੁਝ ਕਰਨਾ ਮੈਂ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨਾ ਮੈਂ ਇਹਦੇ ਵਿੱਚ ਕੋਈ ਪੈਸਾ ਪੰਥ ਲਈ ਨਹੀਂ ਜੀ ਖਰਚ ਦਾ ਬਿਲਕੁਲ ਸਪਸ਼ਟ ਕਰਨਾ ਜਿਹਦਾ ਜੀ ਕਰਦਾ ਦਿਓ ਜਿਹਦਾ ਜੀ ਕਰਦਾ ਨਾ ਦਿਓ ਮੈਨੂੰ ਇਸ ਗੱਲ ਨਾਲ ਨਹੀਂ ਵਸਦਾ ਮੇਰਾ ਗੁਰੂ ਆਪੇ ਕਿਰਪਾ ਕਰੇਗਾ ਜਿਹੜੀ ਬੇਨਤੀ ਕਰ ਰਿਹਾ ਹਾਂ ਫਿਰ ਉਹਦੇ ਬਾਰੇ ਤਵੱਜੋ ਦਿਓ ਜਿਹੜੀ ਅਰਸ਼ ਕਰ ਰਿਹਾ ਹਾਂ ਸੋ ਤੁਹਾਡੇ ਨਾਲ ਸਾਂਝੀ ਆਖਰਕਾਰ ਪੈਸੇ ਨੇ ਫਿਰ ਦੁਬਾਰੇ ਮੱਤ ਮਾਰ ਦਿੱਤੀ ਇੱਕ ਪੰਡਿਤ ਆਇਆ ਉਨੀ ਆ ਕੇ ਆਖੇ ਸਤਗੁਰੂ ਮੇਰੀ ਬੱਚੀ ਦਾ ਵਿਆਹ ਹੈ ਜਿਹੜੀ ਅਰਜ਼ ਕਰਨ ਲੱਗਾ ਸਾਂ ਅੱਜ ਪਹਿਲਾਂ ਅਸੀਂ ਐਲਾਨ ਕਰਨੇ ਵੀ ਇਹਨਾਂ ਦੀਆਂ ਬੱਚੀਆਂ ਵਿਆਉਣ ਲੱਗੀਆਂ ਤਾਂ ਕਿ ਤਿੰਨ ਪੀੜੀਆਂ ਇਹ ਬੰਦਾ ਸਿਰ ਉੱਚਾ ਚੁੱਕ ਕੇ ਨਾ ਤੁਰ ਸਕੇ ਵੀ ਤੇਰੀ ਬੱਚੀ ਤਾਂ ਕਮਲਿਆ ਤੂੰ ਆਪਣੀ ਧੀ ਜੰਮੀ ਸੀ ਤੇਰੀ ਧੀ ਕੋਈ ਨਹੀਂ ਵਿਆਹ ਸਕਿਆ ਤੇਰੀ ਧੀ ਫਲਾਣੇ ਸਿੱਖ ਨੇ ਵਿਆਹੀ ਸੀ ਸਾਰੀ ਦੁਨੀਆ ਤਿੰਨ ਪੀੜੀਆਂ ਤੱਕ ਉਹਦੇ ਮੱਥੇ ਤੇ ਇੱਕ ਕਲੰਕ ਲਾ ਦਿੰਦੇ ਵੀ ਉਹ ਬੰਦਾ ਹੈ ਜਿਨੇ ਆਪਣੀ ਧੀ ਵਿਆਉਣ ਯੋਗੀ ਵੀ ਸਮਰੱਥਾ ਨਹੀਂ ਸੀ ਰੱਖੀ ਗੁਰੂ ਨੇ ਇਸੇ ਲਈ ਬਚਨ ਆਖਿਆ ਸੀ ਗੋਲ ਕੇ ਸੇਲੀ ਲਾਈ ਸੀ ਹਾਲਾਂਕਿ ਗਰੀਬ ਦਾ ਮੂੰਹ ਐ ਇਸੇ ਲਈ ਗੋਲ ਕਲਾਈ ਸੀ ਜਦੋਂ ਤੂੰ ਕੁਝ ਦੇਣਾ ਹੈ ਤੇ ਗੁਰੂ ਨੂੰ ਆ ਕੇ ਦਮੀ ਜਦੋਂ ਕੋਈ ਮੰਗਣ ਵਾਲਾ ਮੰਗੇਗਾ ਉਹ ਗੁਰੂ ਕੋਲੋਂ ਆ ਕੇ ਮੰਗੇ ਦੇਣ ਵਾਲਾ ਹੰਕਾਰੀ ਹੋ ਕੇ ਨਾ ਕਦੇ ਵੀ ਮੈਂ ਤੇਰੀਆਂ ਧੀਆਂ ਬਿਉਣਾ ਫਿਰ ਗੁਰੂ ਇਹ ਕਦੇ ਵੀ ਗੁਰੂ ਤੇਰੀਆਂ ਧੀਆਂ ਬਿਉਂਦਾ ਤੇ ਗੁਰੂਪਤ ਦਾ ਸ਼ਾਹ ਉਹ ਕਿਸੇ ਰੀਪਤ ਖੁਆਰ ਨਹੀਂ ਹੋਣ ਦਿੰਦਾ ਉਹ ਨਹੀਂ ਕਦੇ ਕਿਸੇ ਗਰੀਬ ਨੂੰ ਜਾਣ ਦੇਣਾ ਖਰ ਜਿਹੜੀ ਬੇਨਤੀ ਕਰ ਰਿਹਾ ਅਸਾਂ ਆਖਰਕਾਰ ਉਸ ਲੜਕੀ ਦੀ شادی ਵਾਸਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਸ਼ਾਦਾ ਪਤਾ ਲਿਖ ਕੇ ਭੇਜਿਆ ਕਹਿੰਦੇ ਅੱਗੇ ਜਾਓ ਦਿੱਲੀ ਦੇ ਕੋਲ ਇਹਦੇ ਕੋਲ ਸਮਾਨ ਲੈ ਲਓ ਇਹਦੇ ਕੋਲ ਗਏ ਇਹ ਹੁਣ ਅਮੀਰ ਹੈ ਤਾਂ ਉਸ ਬਹੁਤ ਬਾਰੀ ਬੇਨਤੀ ਕਰਦਾ ਗਰੀਬ ਨੂੰ ਮਿਲਣਾ ਅਤ ਦਾ ਸੌਖਾ ਹੁੰਦਾ ਜਿੰਨਾ ਕੋਈ ਅਮੀਰ ਹੋਵੇ ਉਹਨੂੰ ਉਤਨਾ ਮਿਲਣਾ ਔਖਾ ਹੁੰਦਾ ਬੜਾ ਔਖਾ ਮਿਲ ਹੁੰਦਾ ਇਹਨੂੰ ਮਿਲਣ ਲੱਗਿਆ ਕੁਝ ਟਾਈਮ ਲੱਗਿਆ ਤੇ ਆਖਰਕਾਰ ਉਹਦੇ ਤੱਕ ਪਹੁੰਚ ਹੋਈ ਇਨੇ ਅੱਖਿਆ ਵੀ ਮੈਨੂੰ ਧੰਗੁਰੂ ਅਮਰਦਾਸ ਧੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭੇਜਿਆ। ਉਹਨੇ ਅੱਖਿਆ ਕਿਹੜਾ ਅਮਰਦਾਸ? ਕਿਹੜੇ ਗੋਇੰਦਵਾਲ ਦੀ ਗੱਲ ਕਰਦੇ ਹੋ? ਕਿਹੜੇ ਗੁਰੂ ਦੀ ਗੱਲ ਕਰਦੇ ਹੋ ਮੈਂ ਕਿਸੇ ਗੁਰੂ ਨੂੰ ਨਹੀਂ ਜਾਣਦਾ। ਉਹਨੇ ਉਸੇ ਵੇਲੇ ਹੱਥ ਜੋੜੇ ਕਹਿਣ ਲੱਗੇ ਸਜਣਾ। ਇਹਦੋਂ ਤੱਕ ਚੰਗਾ ਸੀ ਮੇਰੀ ਧੀ ਮਰ ਵੀ ਜਾਂਦੀ ਨਾ ਮੈਨੂੰ ਇੰਨਾ ਦੁੱਖ ਨਾ ਲੱਗਦਾ ਜਿੰਨਾ ਤੂੰ ਗੁਰੂ ਦੇ ਬਾਰੇ ਚ ਕਬੂਲ ਬੋਲ ਬੋਲਦੇ ਨੇ ਮੈਂ ਤੇਰਾ ਧੰਨ ਲੈ ਜਾਣਾ ਵੀ ਨਹੀਂ। ਛੱਡ ਕੇ ਵਾਪਸ ਆ ਗਿਆ। ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸਾਬ ਨੇ ਬਚਨ ਆਖਿਆ ਕਹਿਣ ਲੱਗੇ ਸਜਣਾ ਮਾਇਆ ਦਾ ਇੱਕ ਸੁਭਾਅ ਹੈ ਜਿਵੇਂ ਸੱਪਣੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਪਰ ਉਸ ਵੇਲੇ ਕੁਝ ਨਹੀਂ ਕਹਿੰਦੀ ਸੱਪਣੀ ਦੇ ਬੱਚੇ ਭੱਜਣ ਲੱਗ ਪੈਂਦੇ ਨੇ ਉਦੋਂ ਕੁਝ ਨਹੀਂ ਕਹਿੰਦੀ ਜਦੋਂ ਸੱਪਣੀ ਦੇ ਬੱਚੇ ਥੋੜੇ ਜੇ ਪਲ ਜਾਂਦੇ ਨੇ ਨਾ ਨਾਗਣੀ ਉਹ ਆਪਣੇ ਬੱਚਿਆਂ ਨੂੰ ਆਪ ਖਾਂਦੀ ਹੈ ਇੱਕੋ ਇੱਕ ਮਾਂ ਹੈ ਦੁਨੀਆ ਵਿੱਚ ਜਿਹੜੀ ਆਪਣੇ ਜਣਿਆਂ ਨੂੰ ਆਪਣੇ ਪਾਲ ਕੇ ਆਪ ਖਾਂਦੀ ਹੈ ਹਜ਼ੂਰ ਕੰਨਿਆ ਦੇ ਮਾਇਆ ਦਾ ਸੂਬਾ ਇਹ ਹੋ ਗਿਆ ਮਾਇਆ ਕੋਈ ਨਾ ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਕੀ ਕੋ ਫਿਰ ਖਾਈ ਜਿਹੜਾ ਇਹ ਸੇਵਾ ਕਰਦਾ ਜਿਹੜਾ ਇਹਨੂੰ ਗੁਜ਼ਰਾਨ ਬੜਾ ਕੇ ਵਰਤਣਾ ਉਹਨੂੰ ਨਹੀਂ ਖਾ ਸਕਦੀ ਘਰ ਜਿਹੜੀ ਬੇਨਤੀ ਕਰਿਆ ਸਾ ਆਖਰਕਾਰ ਜਿੰਨਾ ਚਿਰ ਗੁਰੂ ਦੀ ਰਹਿਮਤ ਰਹਿੰਦੀ ਉਹਨਾਂ ਚਿਰ ਭੰਡਾਰੇ ਭਰੇ ਰਹਿੰਦੇ ਨੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਬਰਬਾਦ ਹੋਣਾ ਸ਼ੁਰੂ ਹੋ ਗਿਆ 57 ਸਾਲਾਂ ਚ ਇਤਨਾ ਬਰਬਾਦ ਹੋ ਗਿਆ ਇਤਨਾ ਬਰਬਾਦ ਹੋ ਗਿਆ ਹੁਣ ਫਿਰ ਕੋਈ ਰਸਤਾ ਨਾ ਲੱਭੇ ਐਸੀ ਹੀ ਹਜ਼ੂਰ ਦੀ ਬਾਣੀ ਦਾ ਇੱਕ ਬਚਨ ਬੜਾ ਪਿਆਰਾ ਹੈ ਮਾਲਕ ਆਖਦੇ ਨੇ ਕਹਿਣ ਲੱਗੇ ਭਲਿਆ ਕਬ ਹੂੰ ਖਾਂ ਦੇ ਖੀਰ ਕੇਉ ਨਾ ਭਾਵੇ ਕਦੇ ਜ਼ਿੰਦਗੀ ਚ ਐਸਾ ਵਕਤ ਆਉਂਦਾ ਖਾਂ ਦੇ ਖੀਰ ਕੇਉ ਸਭ ਕੁਝ ਹੁੰਦਾ ਹੈ ਖਾਣ ਨੂੰ ਜੀ ਨਹੀਂ ਕਰਦਾ ਕਬ ਹੂੰ ਖਾਂ ਦੇ ਖੀਰ ਕੇਉ ਨਾ ਭਾਵੇ ਕਬ ਹੂੰ ਘਰ ਘਰ ਟੂਕ ਮੰਗਾਵੇ ਕਦੇ ਰਬੇ ਡਾ ਵੀ ਮਜਬੂਰ ਕਰ ਦਿੰਦੇ ਘਰ ਤੇ ਇੱਕ ਇੱਕ ਟੁਕੜ ਮੰਗਣ ਤੇ ਮਜਬੂਰ ਹੋ ਜਾਂਦਾ ਕਬ ਹੂੰ ਕੂਰਨ ਚਨੇ ਬਣਾਵੇ ਕਦੇ ਮੰਗਿਆਂ ਵੀ ਪੀਕ ਨਹੀਂ ਮਿਲਦੀ ਇਸ ਤਰ੍ਹਾਂ ਵੀ ਕਰਨਾ ਪੈਂਦਾ ਬੰਦਾ ਕੇਵਲ ਤੇ ਕੇਵਲ ਕੂੜਿਆਂ ਨੂੰ ਫੋਲ ਫੋਲ ਕੇ ਮਿੱਟੀ ਨੂੰ ਫੋਲ ਕੇ ਜਾਂ ਦੁਨੀਆ ਦੇ ਸਿੱਟੇ ਹੋਏ ਬੇਕਾਰ ਭੋਜਨ ਨੂੰ ਫੋਲ ਕੇ ਡਸਟਬਿਨਾਂ ਚੋਂ ਫੋਲ ਕੇ ਆਪਣੇ ਪੇਟ ਦੀ ਭੁੱਖ ਮਚਾਉਂ ਮਟਾਉਂਦਾ ਉਹ ਹੀ ਉਹ ਬੰਦਾ ਹੁੰਦਾ ਜਿਹਨੂੰ ਖੰਡ ਖੀਰ ਕੇ ਆਉਣੀ ਸੀ ਪਾਉਂਦਾ ਜੋ ਰਾਮ ਰੱਖੇ ਤੇ ਉਹ ਰਹੀਆ રે ਭਾਈ ਜਿਵੇਂ ਰੱਬ ਰੱਖਣਾ ਉਵੇਂ ਰਹਿਣਾ ਚਾਹੀਦਾ ਖੈਰ ਜਿਹੜੀ ਬੇਨਤੀ ਕਰ ਰਿਹਾ ਸੋ ਫਿਰ ਧਿਆੰ ਦਿਓ ਸਭ ਕੁਝ ਬਰਬਾਦ ਹੋ ਗਿਆ ਹੁਣ ਬੜੀ ਕੋਸ਼ਿਸ਼ ਕਰਦਾ ਮੈਂ ਗੁਰੂ ਦੇ ਦਰ ਤੇ ਨਾ ਜਾਵਾਂ ਪਰ ਪੇਟ ਦੀ ਭੁੱਖ ਨੇ ਮਜਬੂਰ ਕੀਤਾ ਜ਼ਿੰਦਗੀ ਦੀਆਂ ਲੋੜਾਂ ਨੇ ਮਜਬੂਰ ਕੀਤਾ ਗੁਰੂ ਸਾਹਿਬ ਦੇ ਉੱਚੇ ਨਿਸ਼ਾਨ ਸਾਹਿਬ ਨੇ ਆਵਾਜ਼ ਮਾਰੀ ਪਰ ਹੌਸਾ ਰੱਖ ਕੇ ਫਿਰ ਗੁਰੂ ਚਰਨਾਂ ਵਿੱਚ ਚਲਾ ਗਿਆ ਭਾਂਡੇ ਫਿਰ ਮੰਝਣ ਲੱਗ ਪਿਆ ਹੁਣ ਮੱਥਾ ਟੇਕਣ ਨਹੀਂ ਜੇ ਜਾਂਦਾ ਪੰਦੇ ਫਿਰ ਮੰਜਾਂ ਲੱਗ ਪਏ ਮੱਥਾ ਕਿੱਕਣ ਨਹੀਂ ਜਾਂਦਾ ਕੁਝ ਦਿਨ ਗੁਜ਼ਰੇ ਹਜ਼ੂਰ ਕੋਲ ਆ ਗਏ ਮੁੱਖ ਨੀਮਾ ਕੀਤਾ ਹੋਇਆ ਉਤਾਂ ਨੂੰ ਮੂੰਹ ਨਹੀਂ ਚੁੱਕਦਾ ਸਤਗੁਰੂ ਕੋਲ ਖਲੋਤੇ ਨੇ ਸਤਗੁਰੂ ਕੋਲ ਖਲੋਤੇ ਨੇ ਉਤਾਂ ਨੂੰ ਮੂੰਹ ਨਹੀਂ ਚੁੱਕਦਾ ਸਹਬ ਨੇ ਆਖਰ ਮਿਹਰ ਪਰਿਆ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਦੇ ਕੰਦੇ ਤੇ ਰੱਖਿਆ ਕਹਿਣ ਲੱਗੇ ਸ਼ਾਹ ਸ਼ਾਹਾਂ ਵਾਲੇ ਕੰਮ ਕਰਦੀ ਚੰਗੇ ਲੱਗਦੇ ਨਹੀਂ ਛੱਡ ਦੇ ਪੰਦੇ ਗੁਰੂ ਦੇ ਚਰਨਾਂ ਤੇ ਸੀਸ ਰੱਖਿਆ ਹਜ਼ਾਰ ਹਜ਼ਾਰ ਰੋਣ ਲੱਗ ਪਿਆ ਸਤਿਗੁਰੂ ਤੂੰ ਮੈਨੂੰ ਹਜੇ ਵੀ ਪਛਾਣ ਲਿਆ ਸਤਿਗੁਰੂ ਤੂੰ ਮੇਰੇ ਔਗਣਾ ਤੇ ਹਾਲੇ ਵੀ ਪਰਦਾ ਪਾ ਦਿੱਤਾ ਸਹਿਬਾ ਫਿਰ ਕੁੱਟ ਕੇ ਗਲਵਕੜੀ ਚਲਿਆ ਇੱਕ ਬਤਨ ਆਖਿਆ ਕਹਿਣ ਲੱਗੇ ਤੈਨੂੰ ਮੈਂ ਅੱਜ ਵੀ ਪੈਸੇ ਦੇਣ ਲੱਗਾ ਐ ਮੈਂ ਤੈਨੂੰ ਅੱਜ ਵੀ ਪੈਸੇ ਦੇਣ ਲੱਗਾ ਐ ਤੂੰ ਇਹ ਪੈਸੇ ਲੈ ਜਾ ਇਹਦੇ ਨਾਲ ਵਪਾਰ ਕਰੀ ਸਜਣਾ ਇਹ ਗੁਰੂ ਨੂੰ ਚੇਤਾ ਰੱਖੀ ਤੇਰੇ ਜੀਵਨ ਵਿੱਚ ਅੱਜ ਵੀ ਘਾਟਾ ਨਹੀਂ ਆਵੇਗਾ ਉਹ ਅੱਜ ਵੀ ਸ਼ਾਹਾਂ ਦੀ ਔਲਾਦ ਕਰਕੇ ਦਿੱਲੀ ਦੇ ਵਿੱਚ ਮਸ਼ਹੂਰ ਹੈ ਫਿਰ ਬੇਨਤੀ ਕਰਾਂ ਧੰਨ ਗੁਰੂ ਰਾਮਦਾਸ ਜੀ ਦੇ ਵੇਲੇ ਇੱਕ ਗਰੀਬੜਾ ਜਿਹਾ ਸਿੱਖ ਸ਼੍ਰੀ ਦਰਬਾਰ ਸਾਹਿਬ ਉਦੋਂ ਹਰਮੰਦਰ ਸਾਹਿਬ ਨਹੀਂ ਸੀ ਬਣਿਆ ਸਰੋਵਰ ਖਦਵਾਇਆ ਸੀ ਕੇਵਲ ਗੁਰੂ ਰਾਮਦਾਸ ਜੀ ਨੇ ਆਪਣੀ ਜ਼ਿੰਦਗੀ ਅੰਦਰ ਸਰੋਵਰ ਖਦਵਾਇਆ ਪੂਰਨ ਤਾਲ ਖਟਾਇਆ ਭਾਈ ਗੁਰਦਾਸ ਜੀ ਦੇ ਬੋਲਣੇ ਪੱਕਾ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਰਵਾਇਆ ਹਰਿਮੰਦਰ ਸਾਹਿਬ ਦੀ ਇਮਾਰਤ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣ ਹੈ ਉਹ ਜਦੋਂ ਸੇਵਾ ਚੱਲ ਇਸਸ ਰੋਬਰ ਦੀ ਉਹਨਾਂ ਦਿਨਾਂ ਵਿੱਚ ਇੱਕ ਸੋਮਾ ਭਾਈ ਸੋਮਾ ਉਹ ਕੁੰਗੜੀਆਂ ਵੇਚਦਾ ਤੇ ਉਹ ਵੀ ਕਿਸੇ ਕਿਨਾਰੇ ਆਪਣੀ ਕੁੰਗੜੀਆਂ ਦੀ ਛਾਬੜੀ ਲਾ ਕੇ ਬੈਠ ਜਾਂਦਾ ਜਦੋਂ ਕੁੰਗੜੀਆਂ ਜਲਦੀ ਵਿਕ ਜਾਂਦੀਆਂ ਨੇ ਸੇਵਾ ਕਰਨ ਲੱਗ ਪੈਂਦਾ ਨਹੀਂ ਵਿਕਦੀਆਂ ਤੇ ਸ਼ਾਮ ਤੱਕ ਇੰਤਜ਼ਾਰੀ ਕਰਦਾ ਰਹੇ ਕੁੰਗੜੀਆਂ ਵਕਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਦੀ ਲੰਘਦੇ ਨੇ ਤੇਉ ਤੰਦੇ ਲੰਘਦੇ ਆ ਹਜ਼ੂਰ ਕੋਲ ਰੁਕ ਜਾਂਦੇ ਨੇ ਇੱਕ ਪਲ ਰੁਕਦੇ ਨੇ ਤੇ ਚਲੇ ਜਾਂਦੇ ਨੇ ਸੋਮੇ ਸ਼ਾਨੇ ਰੋਜ ਵੇਖਿਆ ਉੱਠ ਕੇ ਮੱਥਾ ਟੇਕ ਦਿੰਦਾ ਤੇ ਗੁਰੂ ਪਾਤਸ਼ਾਹ ਚਲੇ ਜਾਂਦੇ ਨੇ ਉਹਦੇ ਇੱਕ ਦਿਨ ਮਨ ਵਿੱਚ ਖਿਆਲ ਆਈ ਸੋਮੇ ਦੇ ਮਨ ਵਿੱਚ ਉਹ ਮੂਰਖ ਮਨਾਂ ਕੀ ਤੂੰ ਸਮਝਦਾ ਨਹੀਂ ਇਸ ਗੱਲ ਨੂੰ ਵੀ ਗੁਰੂ ਤੇਰੇ ਕੋਲ ਕੇਵਲ ਮੱਥਾ ਟਕਾਉਣਾ ਇੱਥੇ ਆਉਂਦਾ ਓਥੇ ਗੁਰੂ ਨੂੰ ਥੋੜੇ ਨੇ ਮੱਥਾ ਟੇਕਣ ਵਾਲੇ ਗੁਰੂ ਕੋ ਮੱਥ ਟਿਕਾਉਣ ਦੇ ਭੁੱਖਾ ਥੋੜਾ ਫਿਰ ਤੇਰੇ ਕੋਲ ਗੁਰੂ ਕਿਉਂ ਆਉਂਦਾ ਹੁਣ ਬੰਦਾ ਆਪਣੀ ਸੋਚ ਮੁਤਾਬਕ ਹੀ ਅੰਦਾਜ਼ੇ ਲਾ ਸਕਦਾ ਹੈ ਨਾ ਤੂੰ ਨੇ ਸੋਚ ਮੁਤਾਬਕ ਅੰਦਾਜ਼ੇ ਲਾਇਆ ਕਿ ਗੁਰੂ ਰਾਮਦਾਸ ਜੀ ਦਾ ਜਿਹੜਾ ਬਚਪਨ ਦਾ ਜੀਵਨ ਹੈ ਨਾ ਉਹ ਕੁੰਗੜੀਆਂ ਨਾਲ ਹੀ ਸੰਬੰਧਿਤ ਰਿਹਾ ਹੈ ਕਈ ਵਾਰੀ ਬੰਦਾ ਵੱਡਾ ਹੋ ਜਾਏ ਤੇ ਵੱਡਾ ਦੁਨੀਆ ਦੀ ਸ਼ਰਮ ਲਾਜ ਕਰਦਾ ਹੋਇਆ ਹੋ ਸਕਦਾ ਹੈ ਗੁਰੂ ਦਾ ਚਿੱਤ ਕਰਦਾ ਹੋਵੇ ਕੁੰਗੜੀਆਂ ਸ਼ੱਕਣ ਨੂੰ ਪਰ ਇੱਥੇ ਸ਼ੱਕ ਨਾ ਸਕਦੇ ਹੁਣ ਹੋਸ਼ ਕਰੇ ਕੁੰਗੜੀਆਂ ਛੱਕਣ ਨੂੰ ਜੀ ਕਰਦਾ ਹੋਵੇ ਤੇ ਛੱਕ ਨਾ ਸਕਦੇ ਹੁਣ ਮਨ ਵਿੱਚ ਵਿਚਾਰ ਬਣਾ ਲਈ ਵੀ ਜਦੋਂ ਕੱਲ ਗੁਰੂ ਆਏਗਾ ਨਾ ਤੇ ਕੱਲ ਗੁਰੂ ਨੂੰ ਮੈਂ ਬੇਨਤੀ ਕਰਾਂਗਾ ਵੀ ਸਤਿਗੁਰੂ ਤੁਸੀਂ ਆਸਣਾ ਤੇ ਚਲੋ ਮੈਂ ਹੁੰਗੜੀਆਂ ਲੈ ਕੇ ਉੱਥੇ ਹੀ ਆਉਣਾ ਆਇਆ ਹੋ ਸਤਿਗੁਰੂ ਗੁਰਮੁਖ ਰਾਜਾ ਜੀ ਆਏ ਤੇ ਸੋਮੇਸ਼ਾਰੇ ਮੱਥਾ ਟੇਕਿਆ ਪਹਿਲਾਂ ਉਹਦਾ ਨਾਮ ਸੋਮਾ ਹੈ ਉਹਨੇ ਮੱਥਾ ਟੇਕਿਆ ਮੱਥਾ ਟੇਕ ਉੱਠ ਕੇ ਖਲੋ ਗਿਆ ਕਹਿਣ ਲੱਗੇ ਪਾਤਸ਼ਾਹ ਇਹ ਤੇ ਗੱਲ ਮੈਂ ਜਾਣਨਾ ਹੈ ਪਤ ਤੁਸੀਂ ਮੇਰੇ ਕੋਲ ਮੱਥਾ ਟਿਕਾਉਣ ਤੇ ਨਹੀਂ ਆਉਂਦੇ। ਇਹਦੇ ਪਿੱਛੇ ਕੋਈ ਗੱਲ ਜ਼ਰੂਰ ਹੈ। ਤੇ ਇਕੱਲੇ ਜੇ ਮਿਲਣ ਆਉਂਦੇ ਹੋ। ਮੈਂ ਬੇਨਤੀ ਕਰਾਂ ਵੀ ਜੇ ਤੁਹਾਡਾ ਕੁੰਗੜੀਆਂ ਛਕਣ ਤੇ ਜੀ ਕਰਦਾ ਮੈਂ ਇਕੱਲਿਆਂ ਤੁਹਾਨੂੰ ਕੁੰਗੜੀਆਂ ਛਕਾ ਸਕਣਾ ਕਿਉਂਕਿ ਤੁਸੀਂ ਪਹਿਲਾਂ ਬਚਪਨ ਚ ਕੁੰਗੜੀਆਂ ਵੇਚੀਆਂ ਨੇ। ਸਾਬ ਹੱਸ ਕੇ ਕਹਿਣ ਲੱਗੇ ਕੁੰਗੜੀਆਂ ਛਕਣ ਤੇ ਜੀ ਨਹੀਂ ਕਰਦਾ। ਤੇਰੇ ਨਾਲ ਦੋ ਗੱਲਾਂ ਕਰਨ ਤੇ ਜੀ ਕਰਦਾ ਸੀ ਪਰ ਬੜੀ ਬੜੀ ਮਨ ਬਣਾਇਆ ਲੇਕਿਨ ਕੱਲ ਨਹੀਂ ਕਰ ਪਾਇਆ ਚਲਾ ਗਿਆ ਮੈਂ। ਸੋ ਮਖੜਾ ਖੜਾ ਖਲੁਤਾ ਖਲੁਤ ਲੱਤਾ ਕੰਮ ਲੱਗੇ ਪਾਛਾ ਮੇਰੇ ਲਈ ਔਰ ਤੁਸੀਂ ਬਚਨ ਕਰਨੇ ਹੋਣ ਤੇ ਤੁਸੀਂ ਬਚਨ ਨਾ ਕਰ ਸਕੋ ਇੱਕਵੇਂ ਹੋ ਸਕਦਾ ਹੈ ਸਹਿਬ ਕਹਿਣ ਲਗੇ ਮੇਰਾ ਜੀ ਕਰਦਾ ਸੀ ਤੇਰਾ ਨਾ ਬਚਨ ਕਰਾਂ ਸੋਮਿਆ ਮੈਂ ਵੀ ਜ਼ਿੰਦਗੀ ਦੀ ਸ਼ੁਰੂਆਤ ਇਤੋਂ ਹੀ ਕੀਤੀ ਸੀ ਕਦੇ ਮੈਂ ਵੀ ਕੁੰਗੜੀਆਂ ਵੇਚੀਆਂ ਸਨ ਤੇ ਤੂੰ ਵੀ ਕੁੰਗੜੀਆਂ ਵੇਚਦਾ ਹੈ ਪਰ ਮੇਰੇ ਉੱਤੇ ਰੱਬ ਨੇ ਇੱਕ ਕਿਰਪਾ ਕਰਕੇ ਰੱਖੀ ਵੀ ਮੈਨੂੰ ਗਲਤ ਰਾਹੇ ਨਹੀਂ ਪੈਣ ਦਿੱਤਾ ਮੈਂ ਮਾਇਆ ਤੋਂ ਬਿਨਾ ਦੁੱਖਾਂ ਪਰ ਇਹ ਦਿਨ ਕੱਟ ਲਈ ਪਰ ਮੈਂ ਮਾਇਆ ਦੀ ਖਾਤਰ ਪਾਪ ਨਹੀਂ ਕੀਤੇ ਆ ਸਾਖੀ ਸੁਣ ਕੇ ਮੈਂ ਇੱਕ ਵਾਰੀ ਬੇਨਤੀ ਕਰਾਂ ਆਪਾਂ ਜਿਹੜੇ ਘਰ ਵਿੱਚ ਸੁੱਖਾ ਗੁਜ਼ਾਰਨ ਕਰਨੇ ਹਨ ਨਾ ਕਮ ਸੇ ਕਮ ਇਹਨਾਂ ਤੇ ਕਰੀਏ ਨਾ ਵੀ ਹੁਣ ਤੇ ਪਾਪ ਨਾ ਨਾ ਕਰੀਏ ਚਲੋ ਪਹਿਲਾਂ ਕਰ ਲੇ ਹੁਣ ਗੱਲ ਵੱਖਰੀ ਹੈ ਅੱਛੇ ਸਿੱਖ ਉਹਨੇ ਕੋ ਹੋਨੇ ਐ ਜਿਹਨੂੰ ਇੱਕ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ ਪਰ ਉਹਨੇ ਧੰਨ ਦੀ ਖਾਤਰ ਪਾਪ ਨਹੀਂ ਕੀਤੇ ਤੇ ਆਪ ਸਿੱਖ ਕੋਹਾ ਕੇ ਦਿਨ ਰਾਤ ਕੀ ਪੈਸਾ ਪਾਪ ਦਾ ਕਮਾਉਨੇ ਫਿਰ ਉਹ ਪਾਦਸ਼ਾਹਾਂ ਦਾ ਸਿੱਖ ਨਹੀਂ ਸੀ ਹੋ ਸਕਦਾ ਤੂੰ ਉਹਨੇ ਬੇਨਤੀ ਕੀਤੀ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ ਵੀ ਸ਼ੁਰੂਆਤ ਤਾਂ ਮੇਰੀ ਵੀ ਇੱਥੋਂ ਹੀ ਐ ਮੈਂ ਵੀ ਕੁੰਗੜੀਆਂ ਵੇਚਦਾ ਰਿਹਾ ਔਰ ਤੂੰ ਮੇਰੇ ਨਾਲੋਂ ਚੰਗਾ ਐ ਤੈਨੂੰ ਟਿਕਾਣਾ ਤੇ ਮਿਲ ਗਿਆ ਮੈਨੂੰ ਤਾਂ ਟਿਕਾਣਾ ਵੀ ਕੋਈ ਨਹੀਂ ਸੀ ਜਿੱਥੇ ਜਾ ਕੇ ਕੁੰਗੜੀਆਂ ਵੇਚਦਾ ਸਾਂ ਗਰੀਬ ਨਾਲ ਕੌਣ ਦੋਸਤੀ ਪਾਉਣੀ ਚਾਹੁੰਦਾ ਮੈਨੂੰ ਉੱਥੇ ਹੀ ਝੜਕ ਕੇ ਭੇਜ ਦਿਆ ਕਰਦੇ ਸਨ ਜੇਠਿਆ ਇੱਥੋਂ ਅੱਗੇ ਚੱਲ ਤੂੰ ਇੱਥੇ ਨਹੀਂ ਖਲੋ ਸਕਦਾ ਮੈਂ ਕਿਹਨੂੰ ਹਲਾਮਾ ਦੇਣਾ ਸੀ ਛਾਪੜੀ ਚੁੱਕਦਾ ਸਤੁਰ ਜਾਂਦਾ ਸਕੇ ਮੇਰਾ ਕੋਈ ਨਹੀਂ ਸੀ ਸੁਣਨ ਵਾਲਾ ਤੂੰ ਮੇਰੇ ਨਾਲੋਂ ਚੰਗਾ ਤੈਨੂੰ ਕਮ ਸੇ ਕਮ ਟਿਕਾਣਾ ਤੇ ਮਿਲਿਆ ਇੱਕ ਰੋਜ਼ ਕੁੰਗੜੀਆਂ ਵੇਚਣ ਲਈ ਉਨਾ ਆਪ ਵੀ ਜ਼ਿਕਰ ਕੀਤਾ ਗੁਰੂ ਕੀ ਬਾਣੀ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਬਚਨ ਨੇ ਗੁਰੂ ਬੰਨ ਮਗਰੋਂ ਜੋ ਹਮਰੀ ਬੇਦ ਹੋਤੀ ਮੇਰੇ ਸਤਿਗੁਰਾ ਸਾ ਬੇਦ ਤੂੰ ਹਰ ਜਾਨ ਨੂੰ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਰੁਲਦੇ ਫਿਰਦੇ ਸਾ ਕੋਈ ਗੱਲ ਵੀ ਨਹੀਂ ਸੀ ਪੁੱਛਦਾ ਸਤਿਗੁਰੂ ਮੈਨੂੰ ਕਦੇ ਨਹੀਂ ਸੀ ਕਿਸੇ ਨੇ ਪੁੱਛਿਆ ਜੇਠਿਆ ਤੂੰ ਰੋਟੀ ਖਾ ਲਈ ਮੈਨੂੰ ਕਦੇ ਨਹੀਂ ਸੀ ਪੁੱਛਿਆ ਜੇਠਿਆ ਤੂੰ ਜਲਦੀ ਕਿਉਂ ਆ ਗਿਆ ਜੇਠਿਆ ਤੂੰ ਦੇਰੀ ਨਾਲ ਕਿਉਂ ਆਇਆ ਜੇਠਿਆ ਤੂੰ ਕੈਸ ਧੋਤੇ ਨੇ ਜੇਠਿਆ ਤੂੰ ਕਪੜੇ ਬਦਲਾਏ ਨੇ ਜੇਠਿਆ ਤੂੰ ਕਦੋਂ ਸੁੱਤਾ ਸੀ ਗਰੀਬ ਹਮੇਸ਼ਾ ਲੋਕਾਂ ਦੀਆਂ ਠੋਕਰਾਂ ਖਾ ਕੇ ਗਮਾਂ ਦੇ ਠੋਕਰਾਂ ਖਾ ਕੇ ਅਨਾਜ ਦੀ ਥਾਂ ਤੇ ਆਪਣੇ ਪੇਟ ਨੂੰ ਭਰਦਾ ਅਥਰੂਆਂ ਦਾ ਪਾਣੀ ਪੀ ਕੇ ਆਪਣੀ ਪਿਆਸ ਬਚਾਉਂਦਾ ਉਹਨੂੰ ਕਦੇ ਮਾਂ ਪਿਓ ਦੀ ਗੋਦ ਨਹੀਂ ਉਹਨੂੰ ਫੁੱਟ ਪਾਥਾਂ ਦੀ ਗੋਦ ਵਿੱਚ ਆਪਣੀ ਜੀਵਨ ਦੀਆਂ ਘੜੀਆਂ گزارਨੀਆਂ ਹੁੰਦੀਆਂ ਨੇ ਉਹਨੂੰ ਮਾਤਾ ਪਿਤਾ ਦੀ ਗੋਦ ਨਹੀਂ ਹੁੰਦੀ ਸਹਿਬ ਆਖਣ ਲੱਗੇ ਸ਼ੁਰੂਆਤ ਮੇਰੀ ਵੀ ਇੱਥੋਂ ਸੀ ਸ਼ੁਰੂਆਤ ਤੇਰੀ ਵੀ ਇੱਥੋਂ ਹੀ ਹੈ ਪਰ ਮੈਂ ਤੇਰੇ ਔਰ ਆਪਣੇ ਚਿੱਕ ਗੱਲ ਵੇਖਣੀ ਚਾਹੁੰਦਾ ਸਮਿਆ ਮੈਂ ਗੱਲ ਵੇਖਣੀ ਚਾਹੁੰਦਾ ਵੀ ਮੈਂ ਤੇ ਮਾਇਆ ਦੀ ਪਕੜ ਵਿੱਚੋਂ ਨਿਕਲ ਗਿਆ ਤੇ ਤੂੰ ਨਿਕਲਿਆ ਕਿ ਨਹੀਂ ਗੁਰੂ ਪਾਚੀ ਨੇ ਮਨ ਵਿੱਚ ਵਿਚਾਰ ਬਣਾਈਏ ਸੋਚ ਕੇ ਅਗੇ ਖੈਰ ਜਿਹੜੀ ਬੇਨਤੀ ਕਰ ਰਿਹਾ ਸੋ ਫਿਰ ਤਵੱਜੋ ਦੇਣਾ ਸੋਮੇ ਨੂੰ ਹਜ਼ੂਰ ਕਹਿਣ ਲੱਗੇ ਵੀ ਮੈਂ ਤੇਰੇ ਸ਼ੁਰੂਆਤ ਤੇਰੀ ਮੇਰੀ ਕੋ ਥਾਂਤੂ ਐ ਪਰ ਮੈਂ ਇੱਕ ਕੰਮ ਆਇਆ ਤੇਰੇ ਕੋਲ ਕਈ ਦਿਨ ਹੋ ਗਏ ਮੈਨੂੰ ਉਹ ਕੰਮ ਪਿਆ ਨੂੰ ਕਿ ਮੈਂ ਤੇਰੇ ਨਾਲ ਉਹ ਕੰਮ ਸਾਂਝਾ ਕਰਨਾ ਸੋਮਾ ਖਲੋ ਗਿਆ ਕਹਿਣ ਲੱਗੇ ਪਰਛਾ ਹੁਕਮ ਕਰੋ ਮੇਰੇ ਤੱਕ ਕੋਈ ਕੰਮ ਮੇਰੇ ਤੱਕ ਕੋਈ ਕੰਮ ਗੁਰੂ ਤੱਕ ਕੰਮ ਹੋਵੇ ਤੇ ਗੱਲ ਮੰਨੀ ਜਾ ਸਕਦੀ ਹੈ ਹਜ਼ੂਰ ਕਹਿਣ ਲੱਗੇ ਸੋਮਿਆ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਨੇ ਇੱਕ ਗੱਲ ਚੇਤਾ ਰੱਖਿਓ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਨਾ ਤਾਕਤ ਨੂੰ ਸੰਭਾਲਣ ਵਾਸਤੇ ਵੀ ਤਾਕਤ ਦੀ ਜ਼ਰੂਰਤ ਹੈ ਕਮਜ਼ੋਰ ਬੰਦਾ ਤਾਕਤ ਵੀ ਸੰਭਾਲ ਨਹੀਂ ਪਾਉਂਦਾ ਕਮਜ਼ੋਰ ਬੰਦੇ ਨੂੰ ਦੇਸੀ ਘੋਕਾ ਦਿਓ ਨਹੀਂ ਪਚਾ ਪਾਏਗਾ ਕਮਜ਼ੋਰ ਬੰਦੇ ਨੂੰ ਰੱਜ ਕੇ ਦੁੱਧ ਪਿਆ ਦਿਓ ਨਹੀਂ ਪਚਾ ਪਾਏਗਾ ਤਾਕਤ ਨੂੰ ਸੰਭਾਲਣ ਵਾਸਤੇ ਵੀ ਤਾਕਤ ਦੀ ਜ਼ਰੂਰਤ ਹੈ ਜਦੋਂ ਇਹ ਬਚਨ ਆਖੇ ਸ਼ੋਮੇ ਦਾ ਅੰਦਰ ਫਿਰ ਕੰਬਿਆ ਕਹਿਣ ਲੱਗੇ ਸਤਿਗੁਰੂ ਤੈਨੂੰ ਮੇਰੇ ਤੱਕ ਕਮ ਔਰ ਪੈਸਿਆਂ ਤੱਕ ਤੂੰ ਦੀਨ ਦੁਨੀਆ ਦਾ ਰਾਖਾ ਤੂੰ ਜਿਹੜਾ ਗਰੀਬ ਕਿਤੇ ਨਵੀਂ ਪਰਵਾਨੀਆਂ ਜਾ ਸਕਦਾ ਉਹਦੀਆਂ ਝੋਲੀਆਂ ਭਰ ਦੇਣਾ ਤੈਨੂੰ ਮੇਰੇ ਤੱਕ ਪੈਸਿਆਂ ਦੀ ਲੋੜ ਤੇਰੇ ਦਰਬਾਰ ਭਰਿਆ ਪਿਆ ਪੈਸੇ ਨਾਲ ਖਸੂਰ ਕਹਿਣ ਲੱਗੇ ਸੋਮੇਆ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਜਿੰਨੇ ਪੈਸੇ ਸੰਸਾਰੇ ਦੇ ਦਿੱਤੇ ਮੱਥਾ ਟੇਕ ਦਿੱਤਾ ਔਰ ਇੱਕ ਬੇਨਤੀ ਕੀਤੀ ਇਹ ਪੇਟਾ ਲੈ ਕੇ ਸਤਿਗੁਰੂ ਮੇਰੇ ਤੇ ਇੱਕ ਮਿਹਰ ਦੀ ਨਜ਼ਰ ਕਰਨੀ ਹਿਰਦੇ ਵਿੱਚ ਹੰਕਾਰ ਨਾ ਪੈਦਾ ਹੋਣ ਦੇ ਹੀ ਮੈਨੂੰ ਪਿਆਰ ਪੈਦਾ ਹੋ ਜਾਇਆ। ਸਭ ਕਹਿਣ ਲੱਗੇ ਥੋੜੇ ਨੇ ਮੈਂ ਕੱਲ ਫੇਰ ਆਵਾਂਗਾ। ਕਹਿੰਦੇ ਕਿ ਠੀਕ ਹੈ। ਹੁਣ ਇਹ ਗਰੀਬ ਵਿਚਾਰੀ ਰੋਜ਼ ਦੀ ਰੋਜ਼ ਆਪਣਾ ਵਪਾਰ ਚਲਾਉਂਦੇ ਨੇ ਕਿੰਨੇ ਕੁ ਪੈਸੇ ਹੁੰਦੇ ਨੇ। ਹੁਣ ਘਰ 'ਚ ਜਿੰਨੀਆਂ ਕੁ ਢੂੰਗੜੀਆਂ ਸਨ ਦੂਜੇ ਦਿਨ ਉਹ ਉਬਾਲ ਕੇ ਲੈ ਕੇ ਆ ਗਿਆ। ਜਿਨੇ ਕੁ ਪੈਸੇ ਸਨ ਤੇ ਉਹ ਵੜ ਕੇ ਸਾਰੀ ਦੀਆਂ ਵੇਚੀਆਂ ਵੇਚ ਕੇ ਜਿੰਨੇ ਪੈਸੇ ਬਣੇ ਅੱਜ ਫਿਰ ਖਲੋਤਾ ਗੁਰੂ ਪਾਤਸ਼ਾਹ ਦੀ ਉੜੀਕ ਵਿੱਚ ਜਿਉਂ ਗੁਰੂ ਸਾਹਿਬ ਆਏ ਉਹਨੇ ਚਾਨਾਂ ਚ ਫਿਰ ਪੇਟਾ ਕਰਨ ਦਿੱਤੀ ਤੇ ਸਾਹਿਬ ਦੇਖ ਕੇ ਕਹਿਣ ਲੱਗੇ ਵੀ ਸੋਮਿਆਂ ਪੈਸੇ ਤਾਂ ਤੇਰੇ ਅੱਜ ਵੀ ਆ ਗਏ ਪਰ ਪੈਸੇ ਅੱਜ ਵੀ ਥੋੜੇ ਨੇ ਅੱਜ ਵੀ ਥੋੜੇ ਨੇ ਕਹਿਣ ਲੱਗੇ ਠੀਕ ਹੈ ਬੱਛਾ ਤੀਜਾ ਦਿਨ ਆ ਗਿਆ ਹੁਣ ਜੋ ਕੁਝ ਵੀ ਘਰ ਵਿੱਚ ਰਹਿੰਦਾ ਖੁੰਦਾ ਵੀ ਸੀ ਉਹ ਵੀ ਬੰਨੇ ਲਾ ਕੇ ਕੁੰਗੜੀਆਂ ਬਣਾ ਕੇ ਲੈ ਕੇ ਆ ਗਿਆ ਕੁੰਗੜੀਆਂ ਵੇਚ ਦਿੱਤੀਆਂ ਅੱਜ ਥੋੜੀਆਂ ਜਿਹੀਆਂ ਕੁੰਗੜੀਆਂ ਸਨ ਜਲਦੀ ਵਿਕ ਗਈਆਂ ਠਿਕਲੋਤੇ ਪੈਸੇ ਕੋਲ ਨਹੀਂ ਛਾਬੜੀ ਸੰਭਾਲੀ ਬੈਠਾ ਤੇ ਸਤਿਗੁਰੂ ਜੀ ਆਏ ਸਾਬ ਕਹਿਣ ਲੱਗਿਆ ਜ ਟੱਪੜ ਝਾੜ ਕੇ ਸਾਰੀ ਆਪਣੀ ਇਹ ਟੋਕਰੀ ਸੰਭਾਲ ਕੇ ਬੈਠਿਆ ਨਿਕਲ ਚੱਲਿਆ ਸੀ ਪਹਿਲਾਂ ਮੈਨੂੰ ਲੱਗਦਾ ਕਹਿਣ ਲੱਗੇ ਨਹੀਂ ਪਾਛਾ ਤੁਹਾਡੀ ਉਡੀਕ ਚ ਬੈਠਾ ਸੀ ਇਹ ਕੁੰਗੜੀਆਂ ਤੇ ਕਦੋਂ ਦੀਆਂ ਵਿਕ ਗਈਆਂ ਅੱਜ ਥੋੜੇ ਜਿਹੀ ਪੈਸੇ ਮਿਲੇ ਨੇ ਸਾਹਿਬ ਨੇ ਚਰਨਾ ਵਿੱਚ ਜਦੋਂ ਪੇਟਾ ਰੱਖੀ ਇਹ ਉਡੀਕਦਾ ਵਸਾਇਬ ਕਹਿਣ ਲੱਗੇ ਅੱਜ ਵੀ ਥੋੜੇ ਨੇ ਸਾਹਿਬੇ ਕਵੇਗਾ ਵੀ ਅੱਜ ਵੀ ਥੋੜੇ ਨੇ ਸਾਹਿਬ ਨੇ ਉਹ ਵੀ ਪੇਟਾ ਲਈ ਬੋਝੇ ਪਾਲੀ ਪਰ ਅੱਜ ਬੋਲੇ ਕੁਛ ਨਹੀਂ ਕੋਈ ਬਚਨ ਨਹੀਂ ਕੀਤਾ ਸੋਮੇਸ਼ਾ ਦੇ ਚਿਹਰੇ ਵੱਲ ਦੇਖਦੇ ਰਹੇ ਅਕਸਰ ਹਜ਼ੂਰ ਨੇ ਬਚਨ ਆਖਿਆ ਕਹਿਣ ਲੱਗੇ ਸੋਮੇਸ਼ਾ ਕੁਛ ਕਹਿਣਾ ਚਾਹੁੰਦੇ ਨਨ ਲੱਕੇ ਸਤਗੁਰੂ ਕਹਿਣਾ ਤੇ ਚਾਹਣਾ ਪਰ ਮੇਰੀ ਬੇਨਤੀ ਜਦੋਂ ਕੋਈ ਗਰੀਬ ਗੱਲ ਕਰਦਾ ਨਾ ਤੇ ਅਮੀਰ ਇਹੋ ਸੋਚਦਾ ਸ਼ਾਇਦ ਕੁਝ ਮੰਗਣ ਲੱਗਾ ਐ ਐਸਾ ਕੁਝ ਨਹੀਂ ਕਰਨ ਲੱਗਾ ਪਰ ਮੈਂ ਕਿ ਬੇਨਤੀ ਕਰਨ ਲੱਗਾ ਸਤਗੁਰੂ ਜਦੋਂ ਤੁਸੀਂ ਕੁੰਗੜੀਆਂ ਵੇਚਦੇ ਸੀ ਉਹ ਤਾਂ ਤੁਹਾਡੇ ਘਰ ਵਿੱਚ ਕੌਣ ਹੁੰਦਾ ਸੀ ਸਹਿਬ ਕਹਿਣ ਲੱਗੇ ਕਿ ਮੇਰੀ ਨਾਨੀ ਸੀ ਇਕੱਲੀ ਨਾਨੀ ਕੋਲ ਬਸਰ ਕਰੇ ਜਾਂਦੇ ਸਾਂ ਕਹਿੰਦੇ ਕਿ ਜਦੋਂ ਮੇਰੇ ਘਰ ਵਿੱਚ ਵੀ ਮੇਰੀ ਮਾਂ ਹੈ ਬੁੱਢੀ ਬਜ਼ੁਰਗ ਤੇਰੇ ਘਰ 'ਚ ਤੇਰੀ ਨਾਨੀ ਸੀ ਮੇਰੇ ਘਰ 'ਚ ਮੇਰੀ ਮਾਂ ਹੈ ਬੁੱਢੀ ਬਜ਼ੁਰਗ ਸਹਿਬ ਕਹਿੰਦੇ ਕਿ ਕਹਿਣਾ ਕੀ ਚਾਹਣਾ ਸਤਿਗੁਰੂ ਮੈਂ ਆਪਣੇ ਲਈ ਕੁਝ ਨਹੀਂ ਕਹਿੰਦਾ ਪਰ ਮੇਰੀ ਮਾਂ ਨੂੰ 3 ਦਿਨ ਹੋ ਗਏ ਸਤਿਗੁਰੂ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਪਾਤਸ਼ਾਹ ਤੇ ਘਰ 'ਚ ਕੁਝ ਹੈ ਨਹੀਂ ਸੀ ਅਸੀਂ ਪ੍ਰਸ਼ਾਦਾ ਕਿੱਥੋਂ ਛਕਣਾ ਸੀ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਰਾਤ ਮੇਰੀ ਮਾਂ ਸੌ ਨਹੀਂ ਸકી ਮੈਂ ਮਾਨੂੰ ਕਿਹਾ ਤੂੰ ਸੌਂ ਜਾ ਉਹ ਕਹਿੰਦੀ ਪੁੱਤ ਭੁੱਖੇ ਕਲੇਜੇ ਨੂੰ ਨੀਂਦ ਨਹੀਂ ਆਉਂਦੀ ਮੈਂ ਮਾਨੂੰ ਆਖੇ ਮਾਂ ਤੂੰ ਪਾਣੀ ਪੀ ਕੇ ਸੌਂ ਜਾ ਮੇਰੀ ਮਾਂ ਨੇ ਮੈਨੂੰ ਆਖੇ ਪੁੱਤ ਭੁੱਖੇ ਕਲੇਜੇ ਉੱਤੇ ਪਾਣੀ ਵੀ ਲੱਗਦਾ ਹੈ ਪਾਣੀ ਵੀ ਦੁੱਖ ਦਿੰਦਾ ਮੈਂ ਪਾਣੀ ਪੀ ਕੇ ਵੀ ਨਹੀਂ ਸੌਂ ਸਕਦੀ ਪਤਾ ਨਹੀਂ ਤੂੰ ਰੋਜ ਪੈਸੇ ਕਿੱਥੇ ਦੇ ਕੇ ਆਉਣਾ ਮੈਨੂੰ ਸਮਝ ਨਹੀਂ ਲੱਗਦੀ ਘੁੰਗੜੀਆਂ ਰੋਜ ਲੈ ਕੇ ਜਾਣਾ ਸਤਿਗੁਰੂ ਅੱਜ ਜੇ ਤੂੰ ਇੱਕ ਕਿਰਪਾ ਕਰਨ ਮੈਂ ਇੱਕ ਪਰਛਾਦਾ ਆਪਣੀ ਮਾਂ ਜੋਗਾ ਲੈ ਜਾਂ तेरे लंगरਾਂ ਵਿੱਚੋਂ ਮੈਂ ਪੈਸੇ ਨਾ ਮੋਲ ਨਹੀਂ ਮੰਗਦਾ ਮੈਨੂੰ ਪਤਾ ਹੀ ਨਾ ਪੈਸਿਆਂ ਦੇ ਪ੍ਰਸ਼ਾਦ ਤੇ ਤੇਰੇ ਦਰਬਾਰੋਂ ਨਹੀਂ ਮਿਲਦੇ ਪਰ ਮੈਂ ਆਪਣੀ ਮਾਂ ਜੂ ਕੇ ਇੱਕ ਪ੍ਰਸ਼ਾਦ ਲੈ ਜਾ ਸਾਹਿਬ ਨੇ ਕੁੱਟ ਕੇ ਗਲਵਕੜੀ ਚ ਲੈ ਲਿਆ ਚੱਲ ਕੇ ਸੋਮੇ ਅੱਜ ਤੂੰ ਮੰਗ ਨਾ ਤੂੰ ਤੇ ਸ਼ਾਹ ਐ ਕਮਲਿਆ ਤੂੰ ਸ਼ਾਹ ਤੇ ਸ਼ਾਹ ਵੀ ਹੁੰਦਾ ਜਿਹਨੂੰ ਗੁਰੂ ਲੋਕ ਗੁਰੂ ਨੂੰ ਸ਼ਾਹ ਕਹਿੰਦੇ ਨੇ ਤੂੰ ਸ਼ਾਹ ਵੀ ਹੁੰਦਾ ਐ ਸੇਵਨ ਇਹ ਬੋਝੇ ਚ ਹੱਥ ਪਾਇਆ ਜਿਹੜੀ ਉਹ ਨਹੀਂ ਪੇਟਾ ਸੀ ਉਹ ਵੀ ਆਪਣੇ ਵੱਲੋਂ ਵੀ ਜਿੰਨੀ ਬਖਸ਼ਿਸ਼ ਕਰ ਸਕਦੇ ਰਹਿਮਤਾ ਦੇ ਦਾਤੇ ਨੇ ਉਸ ਵੇਲੇ ਬੋਝੇ ਵਿੱਚ ਸੀ ਉਹ ਸਾਰੀ ਦੀ ਸਾਰੀ ਸ਼ੋਮੇਰੇ ਉਸ ਝੋਲੀ ਵਿੱਚ ਪਾ ਕੇ ਹਜ਼ੂਰ ਅੰਗਲ ਵਕੜੀ ਚ ਲਿਆ ਕਹਿਣ ਲੱਗੇ ਸੋਮਿਆ ਸੋਮਾ ਸ਼ਾ ਬੇਪਰਵਾ ਕਹਿਣ ਲੱਗੇ ਸੋਮਿਆ ਤੂੰ ਤੇ ਗੁਰੂ ਦਾ ਸ਼ਾਹ ਹੈ ਤੂੰ ਗੁਰੂ ਦਾ ਬੇਪਰਵਾ ਸੇਖ ਹੈ ਮੈਂ ਇੰਨੀ ਗੱਲੀ ਵੇਖਣਾ ਚਾਹੁੰਦਾ ਸੀ ਤੇਰੇ ਅੰਦਰ ਕਦੇ ਉਹ ਪਾ ਬਨਤੀ ਨਹੀਂ ਪੈਦਾ ਹੋਈ ਵੀ ਤੂੰ ਪੈਛੇ ਦੇ ਖਾਤਰ ਜ਼ਿੰਦਗੀ ਬਰਬਾਦ ਕਰ ਤੁਰ ਜਾਏ ਤੂੰ ਜਿੱਤ ਗਿਆ ਤੂੰ ਮੰਗਤਾ ਨਹੀਂ ਤੂੰ ਸ਼ਾਹ ਹੈ ਅੱਜ ਵੀ ਸੋਮੇ ਦੀ ਔਲਾਦ ਨੂੰ ਸ਼ਾਹਾਂ ਦੀ ਔਲਾਦ ਕਿਹਾ ਜਾਂਦਾ ਹੈ ਮੈਂ ਸਿਰਫ ਇਤਨੀ ਹੀ ਬੇਨਤੀ ਕਰ ਰਿਹਾ ਸਾ ਕਿਸੇ ਮਨੁੱਖ ਕੋਲੋਂ ਮੰਗੇਗਾ ਐ ਮੂਰਖ ਮਨਾ ਕਿ ਮੈਂ ਕਰੇ ਜੇ ਕਈ ਕਥਾ ਮਸਲੋਣੀਆਂ ਆਪਣੇ ਆਪ ਲਈ ਵੀ ਔਖੀਆਂ ਹੋ ਜਾਂਦੀਆਂ ਨੇ ਕਿਸੇ ਮਨੁੱਖ ਕੋਲੋਂ ਮੰਗੇਗਾ ਤੈਨੂੰ ਕੀ ਦੇ ਸਕਦਾ ਹੈ ਲੇਕਿਨ ਚੇਤਾ ਰੱਖੀ ਜੇ ਇਹ ਸ਼ਾਹ ਦੇ ਕੋਲ ਮੰਗੇਗਾ ਨਾ ਸ਼ਾਹ ਕੇਵਲ ਤੈਨੂੰ ਦਾਤਾ ਨਹੀਂ ਦੇਵੇਗਾ ਸ਼ਾਹ ਤੈਨੂੰ ਆਪਣੇ ਵਰਗਾ ਸ਼ਾਹ ਬਣਾ ਲੇਗਾ ਲੋਕ ਤੇਰੇ ਤੇ ਵੀ ਯਕੀਨ ਕਰਨਗੇ ਤੈਨੂੰ ਆਪਣੇ ਵਰਗਾ ਸ਼ਾਹ ਬਣਾ ਲੇਗਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਇ ਇੱਕ ਗੁਰਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨ ਸਮੇਂ ਨੇੜੇ ਹੋ ਚੱਲਿਆ ਹਜ਼ੂਰ ਨੇ ਇੱਕ ਬਚਨ ਆਖਿਆ ਕਹਿੰਦੇ ਜਿਹੜੀ ਦਾਤ ਤੂੰ ਲੈਣ ਵਾਸਤੇ ਆਇਆ ਨਾ ਕਿਤੇ ਭਿਖਾਰੀ ਬਣ ਕੇ ਆਇਆ ਤੇ ਭਿਖਾਰੀ ਬਣ ਕੇ ਨਾ ਟਰ ਜਾਈਂ ਉਸ ਤੋਂ ਪਹਿਲਾਂ ਮੈਂ ਨਿੱਕ ਪਾਈ ਗੁਰਦਾਸ ਜੀ ਦੇ ਬਚਨ ਚ ਤੇ ਆ ਗਿਆ ਮੈਂ ਉਹ ਸੰਝਾ ਕਰ ਲਾਂ ਪਾਛਾ ਬਖਦੇ ਨੇ ਕਹਿੰਦੇ ਦੇਖ ਤਿੰਨ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ ਨੇ ਆਪਣੀ ਜ਼ਿੰਦਗੀ ਅੰਦਰ ਝਾਤ ਮਾਰ ਕੇ ਦੇਖ ਵੀ ਤੇਰੀ ਜ਼ਿੰਦਗੀ ਕਿਤੇ ਇਹੋ ਜੀ ਤਾਂ ਨਹੀਂ ਇਹਨਾਂ ਵੱਲ ਵੇਖ ਗੁਰੂ ਦੀ ਵਿਚਾਰ ਕੀ ਹੈ ਇੱਕ ਸ਼ੀਸ਼ਾ ਹੈ ਜਿਹਦੇ ਵਿੱਚੋਂ ਅਸੀਂ ਆਪਣੇ ਅੰਦਰ ਨੂੰ ਵੇਖਣ ਦੀ ਕੋਸ਼ਿਸ਼ ਕਰਨੀ ਹੈ ਮੇਰਾ ਜੀਵਨ ਕਿ ਹੋ ਗਿਆ ਮੈਂ ਆਪਣੇ ਆਪ ਨੂੰ ਵੇਖਾਂ ਨਿਤਾ ਪ੍ਰਤੀ ਪਰਖ ਕਰਾਂ ਆਪਣੇ ਆਪ ਦੀ ਪਰਲਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਉਹਦੇ ਵਿੱਚ ਦੋ ਗੱਲਾਂ ਹੋਣ ਖੈਰ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਜੈਸੇ ਮਦ ਮੱਖੀ ਸੰਚ ਸੰਚ ਕੇ ਇਕੱਤਰ ਕਰੇ ਹਰੇ ਮਧੂ ਆਏ ਤਾਂ ਕਿ ਸ਼ਰਮੁਖ ਢਾਰਕ ਸ਼ਹਿਦ ਦੀਆਂ ਮੱਖੀਆਂ ਬੜੀ ਮੁਸੀਬਤ ਘਟ ਕੇ ਆਖਰਕਾਰ ਸ਼ਹਿਦ ਦਾ ਛੱਤਾ ਤਿਆਰ ਕਰਦੀਆਂ ਨੇ ਜਦੋਂ ਛੱਤਾ ਤਿਆਰ ਹੁੰਦਾ ਹੈ ਵਪਾਰੀ ਕੋਈ ਆ ਜਾਂਦਾ ਹੈ ਮੱਖੀਆਂ ਨੂੰ ਉਡਾ ਜਾਂਦਾ ਹੈ ਛੱਤੇ ਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ ਸ਼ਹਿਦ ਦੀਆਂ ਮੱਖੀਆਂ ਨੇ ਕਦੇ ਵੀ ਸ਼ਹਿਦ ਬੰਦਿਆਂ ਵਾਸਤੇ ਇਕੱਠਾ ਨਹੀਂ ਕੀਤਾ ਉਹਨਾਂ ਆਪਣੇ ਵਾਸਤੇ ਇਕੱਠਾ ਕੀਤਾ ਸੀ ਪਰ ਆਪ ਵਰਤਦੀਆਂ ਇੱਕ ਦਿਨ ਵੀ ਸ਼ਹਿਦ ਦਾ ਵਪਾਰੀ ਕੋਈ ਹੋਰ ਬਣ ਜਾਂਦਾ ਹੈ ਦੂਜੀ ਉਦਾਹਰਨ ਹਰੇਕ ਗਾਂ ਸਵੇਰ ਤੋਂ ਸ਼ਾਮ ਤੱਕ ਚੁਰ ਕੇ ਆਉਂਦੀ ਹੈ ਹਾਲਾਂਕਿ ਉਹ ਲੋਕਾਂ ਦੇ ਡੰਡੇ ਵੀ ਖਾਂਦੀ ਹੈ ਕਈ ਵਾਰੀ ਜੇ ਉਹ ਕਿਸੇ ਦੇ ਖੇਤ ਵਿੱਚ ਵੜਦੀ ਹੈ ਪਰ ਲੇਕਿਨ ਉਹ ਇਸ ਆਸਰਾ ਲੈ ਕੇ ਆਉਂਦੀ ਹੈ ਸਾਰੀ ਦਿਹਾੜੀ ਚੁੱਕ ਕੇ ਫੇ ਮੈਂ ਚੰਗਾ ਦੁੱਧ ਦਾ ਖਜ਼ਾਨਾ ਇਕੱਠਾ ਕਰਕੇ ਆਪਣੇ ਪੁੱਤਰ ਨੂੰ ਪਿਆਵਾਂਗੀ ਕੋਈ ਗਾਂ ਸਿਰਫ ਇਸ ਲਈ ਦੁੱਧ ਨਹੀਂ ਸੰਭਾਲ ਕੇ ਰੱਖਦੀ ਵੀ ਮੈਂ ਕਿਸੇ ਦੇ ਪੁੱਤ ਨੂੰ ਪਾਲਾਉਣਾ ਹੈ ਹਰ ਗਾਂ ਹਰ ਰੋਜ਼ ਇਹੋ ਆਸਰਾ ਲੈ ਕੇ ਆਉਂਦੀ ਮੈਂ ਆਪਣੇ ਪੁੱਤ ਨੂੰ ਪਿਉਣਾ ਹੈ لیکن وقت ਹੁੰਦਾ ਹੈ ਗਵਾਲਾ ਉਹਦੇ ਬੱਚੇ ਨੂੰ ਤੜਫਦਾ ਬੰਨ ਦਿੰਦਾ ਹੈ ماں ਵੀ ਤੜਫਦੀ ਹੈ ਪੁੱਤ ਵੀ ਤੜਫਦਾ ਹੈ ਦੁੱਧ ਦਾ ਵਪਾਰੀ ਦੁੱਧ ਆਪਨੇ ਲੈ ਲੈਂਦਾ ਹੈ ਤੀਜੀ ਉਦਾਹਰਨ ਆਈ ਗੁਰਦਾਸ ਸਿੰਘ ਨੇ ਦਿੱਤੀ ਕਹਿੰਦੇ ਜਿਵੇਂ ਇੱਕ ਚੂਹਾ ਬੜੀ ਮਿਹਨਤ ਕਰਕੇ ਧਰਤੀ ਨੂੰ ਖੋਦ ਕੇ ਖੁੱਡ ਬਣਾ ਕੇ ਆਪਣੇ ਰਹਿਣ ਦਾ ਅਸਣ ਬਣਾਉਂਦਾ ਪਰ ਜਦੋਂ ਖੁੱਡ ਬਣ ਜਾਂਦੀ ਹੈ ਕੰਡ ਅਗੇ ਉਦੋਂ ਸੱਪ ਆ ਕੇ ਉਹਦੇ ਤੇ ਕਬਜ਼ਾ ਕਰ ਲੈਂਦਾ ਸੱਪ ਉਹਦੇ ਘਰ ਤੇ ਹੀ ਕਬਜ਼ਾ ਨਹੀਂ ਕਰਦਾ ਬਲਕਿ ਚੂਹੇ ਨੂੰ ਵੀ ਮਾਰ ਕੇ ਖਾ ਜਾਂਦਾ ਕੰਡ ਅਗੇ ਸੱਜਣਾ ਕਿਤੇ ਇਹੋ ਜੀ ਕਹਾਣੀ ਤੇਰੇ ਜੀਵਨ ਦੀ ਤਾਂ ਨਹੀਂ ਆਪਣੇ ਅੰਦਰ ਝਾਤ ਮਾਰ ਜੈਸੇ ਮੱਧ ਮੱਖੀ ਸਿੰਚ ਸਿੰਚ ਕੇ ਇਕੱਤਰ ਕਰੇ ਹਰ ਅਮਦੂ ਆਏ ਤਾਂ ਕਿ ਸ਼ਰਮ ਖਡਾਰ ਕੇ ਜੈਸੇ ਬਾਛੇ ਇਹ ਤਕੋ ਸਿੰਚਤ ਹੈ ਕੀਰ ਤਾਂ ਹੈ ਲੈ ਤ ਹੈ ਇਹ ਹੀਰ ਦੋਏ ਬੱਚਰੇ ਬਡਾਰ ਕੇ ਜਿਵੇਂ ਤਰਖੋਦ ਕਰ ਬਿਲ ਸਾਜੇ موسی ਪੈਸ ਸਾਰਾ ਪਤਾਏ ਖਾਂਹੇ ਤਾਂਹੇ ਮਾਰ ਕੇ ਤੈਸੇ ਕੋਟ ਪਾਪ ਕਰ ਮਾਇਆ ਜੋਰ-ਜੋਰ ਮੂੜ ਅੰਤ ਕਾਲ ਛਾੜ ਚੱਲੇ ਦਉ ਕਰ ਝਾੜ ਕੇ ਕਹਿਣ ਲਗੇ ਆਖਰੀ ਵੇਲੇ ਦੋ ਛੱਡ ਕੇ ਹੱਥ ਝਾੜ ਕੇ ਤੁਰ ਜਾਣਾ ਕਿਤੇ ਇੱਥੇ ਇੰਨੇ ਪਾਪ ਨਾ ਕਮਾਉਂਦਾ ਰਹੀਂ ਕੱਲ ਇਹ ਧਨ ਤੇਰਾ ਸਾਥ ਨਾ ਦੇਵੇ ਬੇਨਤੀ ਕਰਨ ਲੱਗਾ ਸਾਂ ਗੁਰੂ ਪਛਨ ਇੱਕ ਬਚਨ ਆਖਿਆ ਕਹਿਣ ਲੱਗੇ ਜਿਹੜੀ ਵਸਤੂ ਨੂੰ ਤੂੰ ਲੈਣ ਆਇਆ ਉਹ ਵਸਤੂ ਕਿੱਥੋਂ ਮਿਲਣੀ ਹੈ ਕਿਵੇਂ ਮਿਲਣੀ ਹੈ ਕਿਵੇਂ ਲਿਜਾ ਸਕਣਾ ਤਿੰਨ ਗੱਲਾਂ ਨੇ ਕਿਵੇਂ ਮਿਲਣੀ ਹੈ ਕਿੱਥੋਂ ਮਿਲਣੀ ਹੈ ਤੇ ਕਿਵੇਂ ਲਿਜਾ ਕੇ ਸਾਈਂ ਦੇ ਦਰਬਾਰ ਜਾ ਸਕਣਾ ਅੰਮ੍ਰਿਤ ਬਾਣੀ ਦਾ ਬਚਨ ਪੜ੍ਹਦੇ ਹੋ ਜਿਸ ਵਖਰ ਕੋ ਲੈਣ ਤੂੰ ਆਇਆ ਉਹ ਵਸਤੂ ਕਿਤੇ ਰਾਮ ਨਾਮ ਸੰਤਨ ਕਰ ਪਾਇਆ ਗੁਰੂ ਦੀ ਸੰਗਤ ਵਿੱਚ ਆ ਗੁਰੂ ਕੋਲਾ ਗੁਰੂ ਉਹ ਸ਼ਾਹ ਐ ਸੱਚ ਸ਼ਾਹ ਹਮਾਰਾ ਤੂੰ ਧਨੀ ਤੂੰ ਮੇਰਾ ਸੱਚਾ ਸ਼ਾਹ ਐ ਤੂੰ ਮੇਰਾ ਸੱਚਾ ਧਨੀ ਮਾਲਕ ਐ ਸਭ ਜਗਤ ਬਣ ਜਾ ਰਿਆ ਰਾਮ ਰਾਜੇ ਕਰ ਜਿਹੜੀ ਬੇਨਤੀ ਕਰਿਆ ਸਫਿਰ ਧਿਆੰਦਿਓ ਮੈਂ ਬੇਨਤੀ ਕਰਾਂ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਬਮਾਨ ਲੇਖੋ ਮਨ ਮੋਲ ਇਹ ਖਰੀਦਣ ਦਾ ਟੰਗ ਹੈ ਆਰਾਮ ਨਾਮ ਗਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗਚਾਲ ਅਬਰ ਤਿਆਗ ਵਿਖਿਆ ਜੰਗਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗ ਸੋਏ ਇਹ ਵਪਾਰ ਵਰਲਾ ਵਪਾਰ ਹੈ ਨਾਨਕ ਟੰਕੇ ਸਦ ਬਲਿਆਰੇ ਆਓ ਪਿਆਰ ਵਾਲਿਓ ਜੇ ਕਿਸੇ ਕੰਗਾਲ ਦੇ ਦਰ ਤੇ ਕੋਈ ਜਾਵੇ ਤੇ ਉਥੋਂ ਭੁੱਖਾ ਮੋੜਾਵੇ ਨਾ ਤੇ ਕੋਈ ਇਤਰਾਜ਼ ਨਹੀਂ ਹੁੰਦਾ ਜੇ ਕਿਸੇ ਅਧੂਰੇ ਕੋਲ ਬੰਦਾ ਜਾਵੇ ਤੇ ਅਧੂਰਾ ਮੋੜਾਵੇ ਕੋਈ ਇਤਰਾਜ਼ ਨਹੀਂ ਹੁੰਦਾ ਜੇ ਪੂਰੇ ਕੋਲ ਆ ਕੇ ਅਧੂਰਾ ਚਲੇ ਜਾਵੇ ਤੇ ਪੂਰੇ ਨੂੰ ਵੀ ਲਾਜ ਲੱਗਦੀ ਹੈ ਜਿਹਦੇ ਘਰ ਵਿੱਚ ਸਭ ਕੁਝ ਹੈ ਜੇ ਉਹਦਾ ਪੁੱਤਰ ਕਿਸੇ ਆਮ ਦੇ ਧਾਰੀਆਂ ਦੇ ਡੇਰਿਆਂ ਤੇ ਹਜੇ ਵੀ ਪਟਕਦਾ ਫਿਰਦਾ ਹੋਵੇ ਤੇਰੇ ਗੁਰੂ ਨੂੰ ਲਾਜ ਲੱਗਦੀ ਔ ਸਜਨਾ ਤੇਰੇ ਗੁਰੂ ਨੂੰ ਲਾਜ ਲੱਗਦੀ ਹੈ ਇੱਚ ਗੁਰੂ ਦੇ ਦਰ ਤੇ ਆ ਇਹ ਗੁਰੂ ਏਡਾ ਵੱਡਾ ਸ਼ਾਹ ਹੈ ਨਾ ਇਹ ਗੁਰੂ ਏਡਾ ਵੱਡਾ ਸ਼ਾਹ ਹੈ ਇਹ ਤੇਰੇ ਭਟਕਦੇ ਜੀਵਨ ਨੂੰ ਵੀ ਮੁੜ ਕੇ ਸ਼ਾਹ ਬਣਾ ਦੇਗਾ ਇੱਥੇ ਆਪਾਂ ਪੜਨੇ ਆ ਲੱਖੀ ਸ਼ਾਹ ਮੱਖਣ ਸ਼ਾਹ ਈਓ ਨੇ ਜਿਨ੍ਹਾਂ ਨੂੰ ਗੁਰੂ ਨੇ ਸ਼ਾਹ ਬਣਾ ਦਿੱਤਾ ਔਰ ਉਹਨਾਂ ਦੀ ਔਲਾਦ ਤੁਸੀਂ ਅੱਜ ਵੀ ਸ਼ਾਹਾਂ ਦੀ ਔਲਾਦ ਵਾਂਗੂ ਦੇਖਦੇ ਹੋ ਫਿਰ ਦਰਦਰ ਤੇ ਝਟਕਣ ਦੀ ਬਜਾਏ ਇਸ ਸਤਿਗੁਰੂ ਸ਼ਾਹ ਦੇ ਕੋਲ ਆ ਜਾਈਏ ਗੁਰੂ ਸ਼ਾਹ ਕੋਲ ਆ ਜਾਈਏ ਰੱਬ ਸ਼ਾਹ ਕੋਲ ਆ ਜਾਈਏ ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੁਨਿਆਬੀ ਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਆਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ